ਸੀ ਕਿ ਭਾਈ ਰਣਜੀਤ ਸਿੰਘ ਤੂੰ ਕਹਿੰਦਾ ਕਿ ਪੈਰਾਂ 'ਚ ਨਹੀਂ ਬੈਠੇ, ਇਹ ਲੋਕ ਪੈਰਾਂ 'ਚ ਬਹਾਉਣਾ ਚਾਹੁੰਦੇ ਆ। ਅਤੇ ਮੈਂ ਤੈਨੂੰ ਕਿਹਾ ਸੀਗਾ ਕਿ ਤੂੰ ਪੈਰਾਂ 'ਚ ਤਾਂ ਤੈਨੂੰ ਕੋਈ ਨਹੀਂ ਬਹਾਉਣਾ ਚਾਹੁੰਦਾ, ਬੜੇ ਸਤਿਕਾਰ ਸਹਿਤ ਵਿਚਾਰ ਕਰਨੀ ਚਾਹੁੰਦੇ ਆ, ਪੁੱਛਣਾ ਚਾਹੁੰਦੇ ਆ ਜਿਹੜੀਆਂ ਗੱਲਾਂ ਬਾਤਾਂ ਤੇਰੇ ਵੱਲੋਂ ਕੀਤੀਆਂ ਜਾ ਰਹੀਆਂ। ਪਰ ਮੈਂ ਕਿਹਾ ਸੀ ਯਾਦ ਰੱਖੀ ਤੂੰ ਪੈਰਾਂ 'ਚ ਨਹੀਂ, ਤੂੰ ਡੂੰਘਾ ਟੋਆ ਪੁੱਟ ਕੇ ਬੈਠੇਗਾ, ਖੱਡੇ 'ਚ ਬੈਠੇਗਾ। ਪਹਿਲੀ ਗੱਲ ਤਾਂ ਇਹ ਆ ਕਿ ਤੂੰ ਜਿਸ ਵਿਚਾਰ ਤੋਂ ਹੁਣ ਤੱਕ ਭੱਜਦਾ ਰਿਹਾ ਹੁਣ ਵਿਚਾਰ 'ਤੇ ਆ ਗਿਆ, ਚਾਹੇ ਉਹ ਗਿਆਨੀ ਹਰਪ੍ਰੀਤ ਸਿੰਘ ਨਾਲ, ਚਾਹੇ ਉਹ ਭਾਈ ਅਮਰੀਕ ਸਿੰਘ ਜਨਾਲਾ ਨਾਲ, ਵਿਚਾਰ ਵਾਲੀ ਗੱਲ 'ਤੇ ਤਾਂ ਤੂੰ ਆ ਗਿਆ। ਦੂਸਰੀ ਗੱਲ, ਮੈਂ ਸਮਝਦਾ ਕਿ ਇਹ ਬਹੁਤ ਵੱਡਾ ਤੂੰ ਸਟੰਟ ਡਰਾਮਾ ਕੀਤਾ ਲੋਕਾਂ ਦੀ ਹਮਦਰਦੀ ਬਟੋਰਨ ਵਾਸਤੇ, ਕਿ ਇਸ ਤਰੀਕੇ ਦੇ ਨਾਲ ਲੋਕਾਂ ਦੀ ਹਮਦਰਦੀ ਮੇਰੇ ਨਾਲ ਸਿਮਤੀ ਜਿਹੜੀ ਆ ਜੁੜ ਜਾਵੇ, ਜੋ ਵੀਡੀਓ ਦੇ ਵਿੱਚ ਵੀ ਵੈਸੇ ਤੋਂ ਬੁੱਧੀਜੀਵੀ ਕਹਿ ਕੇ ਮਿਸ਼ਨਰੀ ਪ੍ਰਚਾਰਕ ਕਹਿ ਕੇ ਬੜੇ ਤਰਲੇ ਲਏ ਆ, ਬੜੇ ਲੋਕਾਂ ਨੂੰ ਵੀ ਕਿਹਾ ਮੇਰੇ ਨਾਲ ਰਿਹੋ ਜੇ। ਮੈਂ ਇੱਕ ਗੱਲ ਕਹਿਣੀ ਚਾਹੁੰਦਾ ਕਿ ਜਿਨ੍ਹਾਂ ਨੇ ਕ੍ਰਾਂਤੀ ਲਿਆਂਦੀ, ਤਬਦੀਲੀ ਲਿਆਂਦੀ, ਮੈਨੂੰ ਇਤਿਹਾਸ ਦੇ ਵਿੱਚ ਐਸਾ ਕੋਈ ਸਾਧੂ ਸੰਤ ਮਹਾਂਪੁਰਖ ਗੁਰੂ ਪੀਰ ਫਕੀਰ ਐਸਾ ਨਹੀਂ ਮਿਲਿਆ ਜਿਹਨੇ ਲੋਕਾਂ ਅੱਗੇ ਤਰਲੇ ਕੱਢੇ ਹੋਣ, ਦੂਜੇ ਸਾਧੂ ਸੰਤਾਂ ਜਾਂ ਪ੍ਰਚਾਰਕਾਂ ਅੱਗੇ ਤਰਲੇ ਕੱਢੇ ਹੋਣ ਕਿ ਤੁਸੀਂ ਮੇਰੇ ਨਾਲ ਰਹੋ, ਤੁਸੀਂ ਮੇਰਾ ਸਾਥ ਦਿਓ। ਔਰ ਜਿਸ ਤਰੀਕੇ ਨਾਲ ਗਿੜਗਿੜਾ ਕੇ ਤਰਲੇ ਤੈਂ ਕੱਢੇ ਆ, ਉਹ ਸਾਰੀ ਦੁਨੀਆ ਨੇ ਸੁਣੇ ਆ। ਜੇ ਵਾਕਈ ਤੂੰ ਤਬਦੀਲੀ ਲਿਆਉਣੀ ਚਾਹੁੰਦਾ ਕੋਈ, ਤੈਨੂੰ ਤੇਰੇ ਕਹਿਣ ਅਨੁਸਾਰ ਅਸੀਂ ਤਾਂ ਨਹੀਂ ਮੰਨਦੇ, ਪਰ ਫਿਰ ਪਰਮੇਸ਼ੁਰ ਦੁਆਰ ਦੀ ਕੀ ਲੋੜ ਆ, ਫਿਰ ਗੱਡੀਆਂ ਕਾਰਾਂ ਦੀ ਕੀ ਲੋੜ ਆ, ਫਿਰ ਚੱਕ ਖੇਸ ਜਾਂ ਲੋਈ ਮੋਢੇ 'ਤੇ ਰੱਖ ਅਤੇ ਤੁਰ ਪਾ, ਫਿਰ ਪੁਲਿਸ ਪ੍ਰੋਟੈਕਸ਼ਨ ਦੀ ਕੀ ਲੋੜ ਆ, ਤੁਰ ਪਾ। ਕ੍ਰਾਂਤੀਕਾਰੀਆਂ ਨੇ ਕਦੇ ਪਰਵਾਹ ਨਹੀਂ ਕੀਤੀ, ਉਹਨਾਂ ਨੇ ਫੋਰਸਾਂ ਨਹੀਂ ਰੱਖੀਆਂ, ਜਿਨ੍ਹਾਂ ਤਬਦੀਲੀਆਂ ਲਿਆਂਦੀਆਂ ਉਹ ਤੱਤੀਆਂ ਤਵੀਆਂ 'ਤੇ ਬੈਠੇ, ਉਹਨਾਂ ਚਾਂਦਨੀ ਚੌਂਕ 'ਚ ਸੀਸ ਕਟਾਇਆ, ਉਹ ਨੀਹਾਂ 'ਚ ਚਿਣੇ ਗਏ, ਉਹਨਾਂ ਨੇ ਇਸ ਤਰ੍ਹਾਂ ਸਰਕਾਰਾਂ ਕੋਲ ਤਰਲੇ ਨਹੀਂ ਕੀਤੇ ਕਿ ਸਾਡੇ ਪ੍ਰੋਗਰਾਮ ਕਰਾਓ ਜਾਂ ਸਾਨੂੰ ਸੁਰੱਖਿਆ ਦਿਓ। ਮੈਂ ਇੱਕ ਗੱਲ ਕਹਿਣੀ ਚਾਹੁੰਦਾ ਕਿ ਤੂੰ, ਮੈਂ ਉਹੀ ਲਫ਼ਜ਼ ਵਰਤ ਸਕਦਾ ਜਿਹੜਾ ਸ਼ਬਦ ਤੂੰ ਆਪਣੀ ਵੀਡੀਓ ਦੇ ਵਿੱਚ ਵਰਤਿਆ ਕਿ ਦਾਦੂ ਵਾਲ ਕਿਹੜੀ ਏਜੰਸੀ ਜਿਹੜੀ ਸਾਨੂੰ ਇੰਨਾ ਕੁਛ ਦੇ ਦੂਗੀ। ਅੱਜ ਤੱਕ ਜਿਹੜਾ ਕੁਛ ਤੇਰੇ ਕੋਲ ਆ, ਉਹ ਜੋ ਤੂੰ 15 ਸਾਲ ਜਿਹਨੂੰ ਤੂੰ ਕਹਿੰਦਾ ਕਿ ਮੈਂ ਝੂਠ ਬੋਲਿਆ, ਗੱਪਾਂ ਮਾਰੀਆਂ, ਉਹਦੇ ਕਰਕੇ ਇਕੱਠਾ ਕੀਤਾ, ਉਹਦੇ ਨਾਲ ਪਰਮੇਸ਼ੁਰ ਦੁਆਰ ਬਣਿਆ, ਉਹਦੇ ਨਾਲ ਸਾਧਨ ਆਏ, ਤੂੰ ਕਹਿ ਰਿਹਾ ਇਹ ਚਸਕਾ ਬੜਾ ਔਖਾ ਛੱਡਣਾ, ਪੁਜਾਰੀ ਛੱਡਦੇ ਨਹੀਂ, ਮੈਨੂੰ ਤੂੰ ਇੱਕ ਗੱਲ ਦੱਸ ਵੀ ਪੁਜਾਰੀ ਜਿਨ੍ਹਾਂ ਨੂੰ ਤੂੰ ਪੁਜਾਰੀ ਕਹਿੰਦਾ, ਜਿਹੜੇ ਡੇਰੇਦਾਰ ਸੰਤ ਮਹਾਤਮਾ ਨੂੰ, ਉਹਨਾਂ ਨਾਲੋਂ ਤੇਰਾ ਫਰਕ ਕੀ ਹੈ? ਕੀ ਤੇਰੇ ਰਹਿਣ ਸਹਿਣ ਦਾ ਫਰਕ ਆ ਉਹਨਾਂ ਨਾਲੋਂ? ਤੇਰੇ ਆਉਣ ਜਾਣ ਦਾ ਫਰਕ ਆ ਜਾਂ ਤੇਰੀ ਉਪਜੀਵਿਕਾ ਦਾ ਫਰਕ ਆ? ਜੇ ਉਹ ਸਾਧੂ ਸੰਤ, ਜੇ ਉਹ ਪ੍ਰਚਾਰਕ ਜਾਂ ਉਹ ਡੇਰੇਦਾਰ ਲੋਕਾਂ ਦੇ ਚੜਾਵੇ ਦੇ ਉੱਤੇ ਆਪਣਾ ਗੁਜ਼ਰ ਬਸਰ ਕਰਦੇ ਤੇਰੇ ਕਹਿਣ ਅਨੁਸਾਰ, ਤਾਂ ਮੈਨੂੰ ਤੂੰ ਦੱਸ ਦੇ ਵੀ ਤੇਰੇ ਫਾਰਮ ਹਾਊਸ ਕਿੱਥੇ ਆ, ਖਾਨਦਾਨੀ ਤੇਰੀਆਂ ਫੈਕਟਰੀਆਂ ਕਿੱਥੇ ਆ ਜਿਨ੍ਹਾਂ ਦਾ ਤੈਨੂੰ ਪੈਸਾ ਆਉਂਦਾ ਅਤੇ ਤੂੰ ਚੱਲਦਾ? ਔਰ ਮੈਂ ਉਹ ਵੀ ਲਫ਼ਜ਼ ਵਰਤ ਸਕਦਾ ਜਿੱਦਾਂ ਤੂੰ ਵਰਤਿਆ, ਮੈਂ ਵੀ ਕਹਿ ਸਕਦਾ ਕਿ ਢੱਡਰੀ, ਜਿਵੇਂ ਤੂੰ ਕਿਹਾ ਦਾਦੂ ਵਾਲ, ਮੈਂ ਕਹਿ ਸਕਦਾ ਢੱਡਰੀ ਤੇਰੀਆਂ ਫੈਕਟਰੀਆਂ ਕਿੱਥੇ ਆ, ਤੇਰੇ ਫਾਰਮ ਹਾਊਸ ਕਿੱਥੇ ਆ, ਤੇਰਾ ਉਹਨਾਂ ਨਾਲੋਂ ਫਰਕ ਕੀ ਆ? ਜੇ ਵਾਕਿਆ ਹੀ ਤੋਂ ਕਹਿੰਦਾ ਮੈਂ 15 ਸਾਲ ਗੱਪ ਕਹਾਣੀਆਂ ਸੁਣਾਈਆਂ ਉਸ ਪ੍ਰਜਾਤ ਨਾਲੋਂ, ਤੂੰ ਅੱਜ ਪਾਸੇ ਨਿਕਲਿਆ, ਤੂੰ ਕਿਹਾ ਮੈਂ ਸਾਧ ਬਾਬਿਆਂ 'ਚੋਂ ਨਿਕਲ ਕੇ ਆਇਆ, ਛੱਡਿਆ ਤੂੰ ਉਹ ਸਾਰਾ ਕੁਝ ਸਾਧ ਬਾਬਿਆਂ ਵਾਲਾ,
ਜਿਹੜਾ ਕੋਈ ਤੂੰ ਕਹਿੰਦਾ ਮੈਂ ਸਾਧ ਬਾਬਿਆਂ 'ਚੋਂ ਨਿਕਲ ਕੇ ਇਹਨਾਂ ਵੱਲ ਆਇਆ ਦੂਜੇ ਪ੍ਰਚਾਰਕਾਂ ਵੱਲ ਵੇਖ ਕੇ, ਪਹਿਲੀ ਗੱਲ ਤਾਂ ਤੇਰੀ ਇਹੀ ਗੱਲ ਗਲਤ ਆ, ਤੂੰ ਕਿਹਾ ਕਿ ਮੈਂ ਇਹਨਾਂ ਵੱਲ ਵੇਖ ਕੇ ਅਤੇ ਉਹ ਅੱਜ ਮੇਰੇ ਨਾਲ ਨਹੀਂ ਖੜ ਰਹੇ, ਪਹਿਲੀ ਤਾਂ ਤੇਰੀ ਇਹੀ ਗਲਤੀ ਆ, ਤੈਨੂੰ ਕੋਈ ਗੁਰੂ ਸਾਹਿਬ ਨੇ ਗਿਆਨ ਨਹੀਂ ਬਖਸ਼ਿਆ, ਗੁਰੂ ਦਾ ਗਿਆਨ ਲੈ ਕੇ ਤੂੰ ਆਪਣੀ ਲੀਕ ਜਿਹੜੀ ਲਾਈਨ ਆ ਵੱਖਰੀ ਨਹੀਂ ਖਿੱਚੀ, ਤੂੰ ਤਾਂ ਆਪ ਕਹਿ ਰਿਹਾ ਤੂੰ ਉਹਨਾਂ ਵੱਲ ਵੇਖ ਕੇ, ਉਹਨਾਂ ਕਥਾਵਾਚਕਾਂ, ਉਹਨਾਂ ਪ੍ਰਚਾਰਕਾਂ ਜਾਂ ਉਹਨਾਂ ਬੁੱਧੀਜੀਵੀਆਂ ਜਾਂ ਮਿਸ਼ਨਰੀਆਂ ਵੱਲ ਵੇਖ ਕੇ ਪਾਸੇ ਆਇਆ ਜਿਹੜੇ ਅੱਜ ਤੇਰੇ ਨਾਲ ਨਹੀਂ ਖੜ ਰਹੇ, ਜਿਨ੍ਹਾਂ ਨੂੰ ਤੂੰ ਤਰਲੇ ਕੱਢ ਰਿਹਾ, ਜਿਨ੍ਹਾਂ ਅੱਗੇ ਤੂੰ ਗਿੜਗਿੜਾ ਰਿਹਾ, ਜਿਨ੍ਹਾਂ ਨੂੰ ਤੂੰ ਦੱਸ ਰਿਹਾ ਕਿ ਤੁਹਾਡੇ ਨੱਕ ਭੰਨ ਤੇ ਉਹਨਾਂ ਨੇ ਤੁਹਾਨੂੰ ਐਂ ਕਰ ਦਿੱਤਾ ਉਹ ਕਰ ਦਿੱਤਾ, ਤੁਸੀਂ ਅੱਜ ਵੀ ਉਹਨਾਂ ਨਾਲ ਜਾ ਖੜੇ ਹੋਏ ਹੋ ਸਟੇਜਾਂ ਬਚਾਉਣ ਵਾਸਤੇ, ਮੈਂ ਸਟੇਜਾਂ ਨਹੀਂ ਬਚਾਉਣੀਆਂ। ਮੈਂ ਇੱਕ ਗੱਲ ਕਹਿਣੀ ਚਾਹੁੰਦਾ ਕਿ ਤੂੰ ਉਹਨਾਂ 'ਚੋਂ ਨਿਕਲ ਕਿਵੇਂ ਆਇਆ, ਤੂੰ ਕਹਿੰਦਾ ਮੈਂ ਉਹਨਾਂ ਸਾਧ ਬਾਬਿਆਂ 'ਚੋਂ ਨਿਕਲਿਆ, ਕਿਹੜੀ ਗੱਲ ਤੋਂ ਤੂੰ ਨਿਕਲਿਆ, ਕੀ ਇਕੱਲਾ ਭਾਈ ਕਹਾਉਣ ਦੇ ਨਾਲ ਕੋਈ ਨਿਕਲ ਆਉਂਦਾ, ਤੂੰ ਕਹਿੰਦਾ ਮੈਂ ਭਾਈ ਕਿਹਾ ਸੰਤ ਬਾਬਾ ਨਾ ਕਹੋ, ਇਹ ਕਹਾਉਂਦੇ ਆ ਤਾਂ ਲੋਕ ਕਹਿੰਦੇ ਆ, ਤੂੰ ਤਾਂ ਛੋਟੇ ਇਕੱਠ 'ਚ ਗਿਆ ਹੋਊ, ਮੈਂ ਤਾਂ ਲੱਖਾਂ ਦੇ ਇਕੱਠ ਵਿੱਚ ਗਿਆ ਸੀਗਾ 10 ਨਵੰਬਰ 2015 ਨੂੰ ਸਰਬੱਤ ਖਾਲਸਾ ਚੱਬਾ ਦੀ ਧਰਤੀ 'ਤੇ, ਔਰ ਇੱਥੋਂ ਤੱਕ ਕਿ ਪ੍ਰਬੰਧਕਾਂ ਨੂੰ ਵੀ ਨਹੀਂ ਸੀ ਪਤਾ ਕਿ ਮੈਂ ਸਟੇਜ 'ਤੇ ਕੀ ਕਹਿਣਾ, ਜਿਹੜੇ ਪ੍ਰਬੰਧਕ ਸਨ ਔਰਗੇਨਾਈਜ਼ਰ ਸਨ ਉਹਨਾਂ ਨੂੰ ਵੀ ਨਹੀਂ ਪਤਾ ਸੀ ਕਿ ਮੈਂ ਕੀ ਕਹਿਣਾ। ਅੱਜ ਵੀ ਉਹ ਗੁਰੂ ਸਾਹਿਬ ਦੀ ਹਜ਼ੂਰੀ 'ਚ ਇਹ ਗੱਲ ਤੈਨੂੰ ਦੱਸ ਸਕਦੇ ਆ, ਮੈਂ ਗੁਰੂ ਸਾਹਿਬ ਦੀ ਹਜ਼ੂਰੀ 'ਚ ਤੈਨੂੰ ਅੱਜ ਵੀ ਮੈਂ ਹਾਜ਼ਰ ਨਾਜ਼ਰ ਗੁਰੂ ਸਾਹਿਬ ਨੂੰ ਜਾਣ ਕੇ ਕਹਿ ਰਿਹਾ, ਮੈਂ ਦੱਸ ਸਕਦਾ ਔਰ ਤੈਨੂੰ ਦੱਸ ਰਿਹਾ ਕਿ ਮੈਂ ਵੀ ਉੱਥੇ ਕਿਹਾ ਸੀ ਭਾਈ ਮੈਨੂੰ ਸੰਤ ਬਾਬਾ ਨਾ ਕਹੋ, ਮੈਨੂੰ ਭਾਈ ਕਹਿ ਲਿਆ ਕਰੋ, ਭਾਈ ਸ਼ਬਦ ਛੋਟਾ ਨਹੀਂ, ਭਾਈ ਗੁਰੂ ਸਾਹਿਬ ਨੇ ਬਖਸ਼ਿਆ, ਸੰਤ ਮਹਾਤਮਾ ਦਾ ਅਸੀਂ ਸਤਿਕਾਰ ਕਰਦੇ ਹਾਂ, ਪਰ ਮੈਨੂੰ ਅੱਜ ਵੀ ਕਈ ਸਟੇਜਾਂ ਦੇ ਉੱਤੇ ਭਾਵੇਂ ਸਰਬੱਤ ਖਾਲਸਾ ਨੇ ਮੈਨੂੰ ਵੱਡੀਆਂ ਸੇਵਾਵਾਂ ਬਖਸ਼ ਦਿੱਤੀਆਂ, ਅੱਜ ਵੀ ਮੈਨੂੰ ਕਈ ਸਟੇਜਾਂ ਦੇ ਉੱਤੇ ਸੰਤ ਬਾਬਾ ਕਹਿ ਦਿੰਦੇ, ਕਈਆਂ ਨੂੰ ਬੇਨਤੀ ਕਰੀ ਦੀ ਹੈ ਭਾਈ ਬਲਜੀਤ ਸਿੰਘ ਕਹਿ ਦਿਓ, ਸੰਤ ਬਾਬਾ ਨਾ ਕਹੋ। ਪਰ ਜੇ ਤੇਰੇ ਕਹਿਣ ਅਨੁਸਾਰ ਕਿ ਸੰਤ ਬਾਬਾ ਕਹਾਇਆ ਜਾਂਦਾ, ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੇ ਵੀ ਕਦੇ ਨਹੀਂ ਸੀ ਕਿਹਾ ਕਿ ਮੈਨੂੰ ਸੰਤ ਬਾਬਾ ਕਹੋ, ਉਹਨਾਂ ਨੂੰ ਸੰਗਤਾਂ ਕਹਿੰਦੀਆਂ, ਸਾਧੂ ਸੰਤ ਮਹਾਤਮਾ ਇੰਨੇ ਹੋਏ ਸਾਡੇ ਸਤਿਕਾਰਯੋਗ ਆ। ਚਲੋ ਮੈਂ ਇਸ ਪਾਸੇ ਬਹੁਤਾ ਟਾਈਮ ਨਾ ਲਾਵਾਂ, ਪਹਿਲੀ ਗੱਲ ਤਾਂ ਇਹ ਹੈ ਕਿ ਜਿਨ੍ਹਾਂ ਨੂੰ ਤੂੰ ਪੁਜਾਰੀ ਕਹਿੰਦਾ ਤੇਰਾ ਉਹਨਾਂ ਨਾਲੋਂ ਕੋਈ ਫਰਕ ਨਹੀਂ ਹੈ, ਰਹਿਣ ਸਹਿਣ ਦਾ, ਆਉਣ ਜਾਣ ਦਾ, ਉਪਜੀਵਿਕਾ ਦਾ, ਜੇ ਉਹਨਾਂ ਦੇ ਕੋਈ ਫਾਰਮ ਹਾਊਸ ਨਹੀਂ, ਫੈਕਟਰੀਆਂ ਨਹੀਂ, ਉਹ ਸੰਗਤ ਦੇ ਚੜਾਵੇ ਨਾਲ ਚੱਲਦੇ ਆਉਂਦੇ, ਸੰਗਤਾਂ ਪੂਜਾ ਭੇਟ ਕਰਦੀਆਂ ਸਤਿਕਾਰ ਨਾਲ, ਅਤੇ ਉਹੀ ਕੰਮ ਤੇਰਾ ਵਾ, ਤੇਰੇ ਕੋਲ ਵੀ ਪੈਸਾ ਇਸੇ ਤਰ੍ਹਾਂ ਆਉਂਦਾ। ਸਵਾਦ ਤਾਂ ਸੀ ਜਿਹੜੀਆਂ ਜਿਨ੍ਹਾਂ ਨੂੰ ਤੂੰ ਗੱਪ ਕਹਾਣੀਆਂ ਕਿਹਾ, ਉਸ ਨੂੰ ਛੱਡ ਕੇ ਪਰਮੇਸ਼ਰ ਦੁਆਰ ਨੂੰ ਤੂੰ ਮੋਢੇ 'ਤੇ ਖੇਸ ਰੱਖ ਕੇ ਉੱਥੋਂ ਨਿਕਲਦਾ ਅਤੇ ਤੁਰ ਪੈਂਦਾ ਸੰਗਤਾਂ ਨੂੰ, ਮੈਂ ਸੁਧਾਰਨ ਵਾਸਤੇ ਚੱਲਿਆ, ਮੈਂ ਤਬਦੀਲੀ ਲਿਆਉਣ ਚੱਲਿਆ, ਮੈਂ ਕ੍ਰਾਂਤੀ ਲਿਆਉਣ ਚੱਲਿਆ, ਔਰ ਮੈਂ ਲੋਕ ਇਹਨਾਂ ਨੌਜਵਾਨਾਂ ਦੇ ਦਿਮਾਗ ਵਿੱਚੋਂ ਜਿਹੜਾ ਹੈ ਉਹ ਗੱਪ ਕਹਾਣੀਆਂ ਕੱਢਣ ਚੱਲਿਆ, ਮੈਂ ਸਹੀ ਗੱਲ ਲੋਕਾਂ ਨੂੰ ਦੱਸਣੀ ਹੈ, ਫਿਰ ਅਸੀਂ ਇਹ ਗੱਲ ਨੂੰ ਮੰਨ ਲੈਂਦੇ। ਦੂਸਰਾ ਤੂੰ ਇੱਕ ਗੱਲ ਕਹੀ ਹੈ, ਕਹਿੰਦਾ ਕਿ ਮੈਂ ਗਿਆਨੀ ਹਰਪ੍ਰੀਤ ਸਿੰਘ ਨਾਲ ਵਿਚਾਰ ਕਰੂੰ, ਅਮਰੀਕ ਸਿੰਘ ਜਨਾਲਾ ਨਾਲ ਕਰੂੰ, ਹਰੇਕ ਹੀ ਮਾਮੇ ਬਣ ਜਾਂਦੇ, ਹਰੇਕ ਨਾਲ ਵਿਚਾਰ ਨਹੀਂ ਕਰਨੀ। ਹੁਣ ਤੇਰੀ ਭਾਸ਼ਾ 'ਚ ਮੈਂ ਕਹਿ ਸਕਦਾ ਜਿਵੇਂ ਤੂੰ ਕਿਹਾ ਵੀ ਮਾਮੇ ਨਾ ਬਣ ਜਿਓ ਮੇਰੇ, ਮੈਂ ਇਹੀ ਗੱਲ ਤੈਨੂੰ ਕਹਿਣੀ ਚਾਹੁੰਦਾ ਕਿ ਦੇਖ ਢੱਡਰੀ ਤੇਰੀ ਵਾਲੀ ਭਾਸ਼ਾ ਕਿਉਂਕਿ ਤੂੰ ਵਰਤੀ ਆ, ਮੈਂ ਪਹਿਲਾਂ ਬੜੇ ਸਤਿਕਾਰ ਨਾਲ ਭਾਸ਼ਾ ਵਰਤੀ ਆ, ਪਹਿਲੀਆਂ ਵੀਡੀਓ ਮੇਰੀਆਂ ਸੁਣੀਆਂ ਜਾ ਸਕਦੀਆਂ ਨੇ। ਮੈਂ ਇੱਕ ਗੱਲ ਕਹਿਣੀ ਚਾਹੁੰਦਾ ਤੈਨੂੰ, ਤੇਰੀ ਭਾਸ਼ਾ ਦੇ ਅੰਦਰ ਤੈਨੂੰ ਉਹ ਸਾਰੇ ਕਹਿ ਸਕਦੇ ਵੀ ਜਦੋਂ ਤੂੰ ਹਰੇਕ ਦਾ ਸਾਲਾ ਬਣ ਜਾਂਦਾ, ਕਦੇ ਨਾਨਕਸਰ 'ਤੇ ਟਿੱਪਣੀ, ਕਦੇ ਦਮਦਮੀ ਟਕਸਾਲ 'ਤੇ ਟਿੱਪਣੀ, ਕਦੇ ਰਾੜਾ ਸਾਹਿਬ 'ਤੇ ਟਿੱਪਣੀ, ਕਦੇ ਕਾਰ ਸੇਵਾ 'ਤੇ ਟਿੱਪਣੀ, ਜਦੋਂ ਤੂੰ ਸਾਰਿਆਂ 'ਤੇ ਟਿੱਪਣੀਆਂ ਕਰਦੇ ਤਾਂ ਸਾਰਿਆਂ ਨੂੰ ਹੱਕ ਆ, ਉਹ ਸਾਰੇ ਕਹਿ ਸਕਦੇ ਵੀ ਸਾਡੇ ਨਾਲ ਬਹਿ ਕੇ ਗੱਲਬਾਤ ਕਰ ਲਾ, ਵਿਚਾਰ ਕਰ ਲਾ,
ਜਦੋਂ ਤੂੰ ਸਾਰਿਆਂ 'ਤੇ ਟਿੱਪਣੀ ਕਰੂੰਗਾ, ਤੂੰ ਸਾਰਿਆਂ ਦਾ ਸਾਲਾ ਬਣੂੰਗਾ ਤਾਂ ਉਹ ਤੇਰੇ ਨਾਲ ਵਿਚਾਰ ਕਰ ਸਕਦੇ ਆ। ਜਦੋਂ ਤੂੰ ਇਹ ਗੱਲ ਕਹੇਗਾ ਤਾਂ ਤੇਰੀ ਭਾਸ਼ਾ ਅੰਦਰ ਤੂੰ ਕਹਿ ਰਿਹਾ ਵੀ ਮਾਮੇ ਨਾ ਬਣ ਜਾਇਓ। ਮੈਂ ਇੱਕ ਗੱਲ ਕਹਿਣੀ ਚਾਹੁੰਦਾ, ਵਿਚਾਰਾਂ ਹੋਰ ਵੀ ਚੱਲਣਗੀਆਂ, ਵੀਡੀਓ ਬਣਨਗੀਆਂ, ਤੂੰ ਵੀ ਬਣਾਏਗਾ ਵਿਚਾਰ ਚਰਚਾ, ਥੋੜ੍ਹਾ ਜਿਹਾ ਭਾਸ਼ਾ ਨੂੰ ਸੰਕੋਚ ਕਰ, ਨਹੀਂ ਤਾਂ ਜਿਹੜੀ ਭਾਸ਼ਾ ਵਰਤੇਗਾ ਉਸੇ 'ਚ ਤੈਨੂੰ ਜਵਾਬ ਮਿਲੂਗਾ, ਟਿੱਟ ਫੋਰ ਟੈਟ ਹੋਊਗਾ, ਸਾਰੇ ਤੈਨੂੰ ਉਸ ਤਰ੍ਹਾਂ ਦੀ ਭਾਸ਼ਾ ਜਿਹੜੀ ਆ ਤੇਰੇ ਵਾਸਤੇ ਵਰਤਣਗੇ। ਅਜੇ ਤਾਂ ਆਮ ਲੋਕ ਵਰਤਦੇ ਫੇਸਬੁੱਕ 'ਤੇ ਵਰਤਦੇ ਆ, ਜਾਂ ਵਟਸਐਪ 'ਤੇ ਵਰਤਦੇ ਆ, ਜਾਂ ਹੋਰ ਇੰਟਰਨੈਟ 'ਤੇ ਕਿਤੇ ਵਰਤਦੇ ਆ, ਫਿਰ ਆਮੋ ਸਾਹਮਣੀ ਭਾਸ਼ਾ ਵੀ ਇਹ ਚੱਲ ਪਊਗੀ, ਔਰ ਇਸਦੀ ਸ਼ੁਰੂਆਤ ਵੀ ਤੂੰ ਕਰ ਰਿਹਾ। ਜਿਵੇਂ ਮੈਂ ਤੈਨੂੰ ਪਹਿਲਾਂ ਵੀ ਕਿਹਾ ਸੀਗਾ, ਜੇ ਤੇਰੇ 'ਤੇ ਹਮਲਾ ਹੋਇਆ, ਗਲਤ ਹੋਇਆ, ਅਸੀਂ ਉਹਦੀ ਨਿੰਦਾ ਕੀਤੀ, ਸਭ ਤੋਂ ਪਹਿਲਾਂ ਅਸੀਂ ਹਸਪਤਾਲ ਗਏ, ਪਰ ਉਹ ਤੇਰਾ ਕੰਮ ਸ਼ੁਰੂਆਤ ਕੀਤਾ ਸੀਗਾ। ਤੂੰ ਟਕਸਾਲ ਦੀ ਪੱਗ ਨੂੰ ਲੀਰਾਂ ਲੀਰਾਂ ਦੱਸ ਰਿਹਾ ਸੀਗਾ, ਤੂੰ ਸ਼ੁਰੂਆਤ ਕੀਤੀ ਸੀ ਤਾਂ ਤੇਰੇ 'ਤੇ ਹਮਲਾ ਹੋਇਆ, ਪਰ ਅਸੀਂ ਫਿਰ ਵੀ ਉਸ ਹਮਲੇ ਨੂੰ ਡਿਫੈਂਡ ਨਹੀਂ ਕੀਤਾ, ਕੰਡੈਮ ਕੀਤਾ। ਅਸੀਂ ਜਦੋਂ DMC ਹਸਪਤਾਲ ਗਏ, ਜਹੇਦਾਰ ਮੰਡ ਸਾਹਿਬ, ਜਹੇਦਾਰ ਅਜਨਾਲਾ ਸਾਹਿਬ ਅਤੇ ਮੈਂ ਗਏ ਸੀਗੇ, ਤਾਂ ਉਸ ਵੇਲੇ ਉੱਥੇ ਜਿਹੜੇ ਅਫਸਰ ਸੀ ਉਹਨਾਂ ਨੇ ਦੱਸਿਆ ਸੀਗਾ ਕਿ ਉਹ ਇੱਥੇ ਨਹੀਂ ਹੈਗਾ, ਉਹ ਕਿਤੇ ਬਸਤਰ ਸਾਫ਼ ਕਰ ਰਿਹਾ ਕਿਸੇ ਦੇ ਘਰ, ਅਸੀਂ ਉਸ ਪਾਸੇ ਨਹੀਂ ਬਹੁਤਾ ਵਿਸਤਾਰ 'ਚ ਜਾਣਾ ਚਾਹੁੰਦੇ। ਤੂੰ ਕਹਿੰਦਾ ਮੇਰੇ ਨਾਲ ਨਹੀਂ ਕੋਈ ਖੜਾ, ਭੋਗ ਦੇ ਉੱਤੇ ਵੀ ਜਾ ਕੇ ਤੇਰੇ ਨਾਲ ਖੜ੍ਹੇ ਸੀ ਉੱਥੇ, ਭਾਵੇਂ ਅਸੀਂ ਦਮਦਮੀ ਟਕਸਾਲ 'ਚ ਵਿੱਦਿਆ ਪ੍ਰਾਪਤ ਕੀਤੀ, ਦਮਦਮੀ ਟਕਸਾਲ ਦਾ, ਦਮਦਮੀ ਟਕਸਾਲ ਦੇ ਮਹਾਂਪੁਰਸ਼ਾਂ ਦਾ ਸਤਿਕਾਰ ਕਰਦੇ, ਕਿਸੇ ਨਾਲ ਮਤਭੇਦ ਵੀ ਹੋ ਸਕਦੇ ਆ, ਅੱਜ ਕਿਸੇ ਵਿਦਿਆਰਥੀ ਕਿਸੇ ਗਿਆਨੀ ਨਾਲ ਮਤਭੇਦ ਵੀ ਹੋ ਸਕਦੇ ਆ, ਜਿੰਦਾ ਕੌਮ ਹੈ ਆਪਸ ਵਿੱਚ ਮਤਭੇਦ ਜਿਹੜੇ ਆ ਉਹ ਪੈਦਾ ਹੋ ਜਾਂਦੇ ਆ, ਘਰ 'ਚ ਭਾਂਡੇ ਨੇ, ਚਾਰ ਭਾਂਡੇ ਟੋਕਰੀ 'ਚ ਖੜਕ ਵੀ ਜਾਂਦੇ ਆ, ਕੋਈ ਏਡੀ ਗੱਲ ਨਹੀਂ ਆ, ਪਰ ਤੈਨੂੰ ਭਾਸ਼ਾ ਦਾ ਇਸਤੇਮਾਲ ਸਹੀ ਕਰਨਾ ਚਾਹੀਦਾ। ਤੂੰ ਇਹ ਨਾ ਕਹਿ ਵੀ ਹਰੇਕ ਮਾਮੇ ਬਣ, ਤੈਨੂੰ ਹਰੇਕ ਕਹਿਣ ਲੱਗ ਜੂਗਾ ਫਿਰ ਤੂੰ ਹਰੇਕ ਦਾ ਸਾਲਾ ਬਣਦਾ, ਅਤੇ ਤਾਂ ਤੇਰੇ ਨਾਲ ਵਿਚਾਰ ਜਿਹੜੀ ਆ ਕਰਨ ਅਸੀਂ ਆਏ ਹਾਂ ਜਾਂ ਅਸੀਂ ਕਰਨੀ ਚਾਹੁੰਦੇ ਹਾਂ। ਇਸ ਗੱਲ ਤੋਂ ਤੈਨੂੰ ਗੁਰੇਜ਼ ਕਰਨਾ ਚਾਹੀਦਾ। ਤੂੰ ਕਹਿ ਰਿਹਾ ਮੇਰੇ ਮਾਂ ਪਿਓ ਸਿੱਧੇ ਆ, ਉਹ ਤੋਂ ਬੜਾ ਉਹਨਾਂ ਨੇ ਜੰਮਿਆ, ਮਾਤਾ ਪਿਤਾ ਸਤਿਕਾਰਯੋਗ ਹੁੰਦੇ ਆ, ਜੇ ਤੈਨੂੰ ਮਾਂ ਬਾਪ ਦਾ ਹੀ ਤੈਨੂੰ ਸਤਿਕਾਰ ਨਹੀਂ ਆਉਂਦਾ, ਉਹਨਾਂ ਨੂੰ ਤੂੰ ਸਿੱਧਰੇ ਕਹਿ ਰਿਹਾ, ਮਾਂ ਬਾਪ ਸਾਡੇ ਸਤਿਕਾਰਯੋਗ ਆ, ਮਾਂ ਬਾਪ ਦਾ ਸਤਿਕਾਰ ਹੀ ਨਹੀਂ ਜੇ ਸਿੱਖਿਆ ਤਾਂ ਹੋਰ ਆਪਾਂ ਗੁਰੂ ਦਾ ਸਤਿਕਾਰ ਕਿਵੇਂ ਕਰ ਲਾਂਗੇ। ਤੂੰ ਕਹਿ ਰਿਹਾ ਮਾਂ ਬਾਪ ਬੜੇ ਸਿੱਧਰੇ ਆ, ਪਰ ਪੁੱਤ ਬੜਾ ਜੰਮਿਆ, ਕੱਦ ਛੋਟਾ, ਬੜਕ ਬੜੀ ਆ, ਤੂੰ ਆਪ ਹੀ ਆਪਣੀ ਬੜਕ ਦੀਆਂ ਆਪਣੇ ਮੂੰਹੋਂ ਮੀਆਂ ਮਿੱਠੂ, ਆਪ ਹੀ ਤੇਰੀਆਂ ਵੀਡੀਓ ਪਈਆਂ ਨੇ, ਕਦੇ ਤੂੰ ਕਹਿ ਰਿਹਾ ਜਦੋਂ ਮੇਰੇ 'ਤੇ ਹਮਲਾ ਹੋਇਆ ਮੈਂ ਗੱਡੀ ਰਿੰਮਾਂ 'ਤੇ ਭਜਾਈ, ਮੈਂ ਸਪੀਡ ਨਾਲ ਭੱਜਿਆ ਉੱਥੇ ਜਾ ਕੇ, ਭਈਆਂ ਨੂੰ ਕਿਹਾ ਵੀ ਸਾਨੂੰ ਇੱਥੇ ਵੜਨ ਦਿਓ ਜੀ, ਅਸੀਂ ਲੁਕ ਜਾਈਏ, ਉਦੋਂ ਬੜਕ ਕਿੱਥੇ ਗਈ ਸੀ, ਕਿਹੜੀ ਬੜਕ ਦੀਆਂ ਗੱਲਾਂ ਕਰਦਾ। ਕੋਟਕਪੂਰੇ ਜਦੋਂ ਪੁਲਿਸ ਨੇ ਤਸ਼ੱਦਦ ਕੀਤਾ ਸਰਕਾਰ ਨੇ, ਅਤੇ ਉੱਥੇ ਸਾਥੀਆਂ ਡਾਹ ਕੇ ਖੜ੍ਹਦੇ, ਕਿੰਨੇ ਸਿੰਘ ਖੜ੍ਹੇ ਉੱਥੇ, ਗ੍ਰਿਫਤਾਰੀਆਂ ਵੀ ਹੋਈਆਂ, ਤੇਰੀ ਤਾਂ ਗ੍ਰਿਫਤਾਰੀ ਵੀ ਨਹੀਂ ਹੋਈ, ਤੇਰੀ ਆਪਦੀ ਵੀਡੀਓ ਆਈ ਆ, ਤੂੰ ਕਹਿ ਰਿਹਾ ਸਾਨੂੰ ਗ੍ਰਿਫਤਾਰ ਕੀਤਾ, ਤੇਰੇ ਜਥੇ ਨੂੰ ਮੇਰੇ ਨਾਲ ਗ੍ਰਿਫਤਾਰ ਕੀਤਾ, ਭਾਈ ਗੁਰਪ੍ਰੀਤ ਸਿੰਘ ਤੇਰੇ ਜਥੇ ਦੇ ਬਾਕੀ ਸਾਥੀਆਂ ਨੂੰ ਮੇਰੇ ਨਾਲ ਗ੍ਰਿਫਤਾਰ ਕੀਤਾ, ਸਾਨੂੰ ਬੱਸ 'ਚ ਚੜ੍ਹਾ ਕੇ ਲਗਾਏ, ਅੱਗੇ ਜਾ ਕੇ ਸਾਨੂੰ ਪੰਜ ਗਰਾਈਆਂ ਵਾਲੇ ਰਸਤੇ 'ਤੇ ਲਾਹ ਦਿੱਤਾ, ਅਸੀਂ ਫਿਰ ਵਾਪਸ ਆ ਗਏ ਅਤੇ ਤੇਰੇ ਜਥੇ ਵਾਲੇ ਜਿਹੜੇ ਸੀ ਉਹ ਚਲੇ ਗਏ ਅੱਗੇ, ਫਿਰ ਤੇਰੀ ਵੀਡੀਓ ਵਾਇਰਲ ਹੋਈ, ਤੂੰ ਕਹਿ ਰਿਹਾ ਵੀ ਪੁਲਿਸ ਲਾਠੀਆਂ ਚਲਾ ਰਹੀ ਸੀ, ਲੋਕਾਂ ਦੇ ਕੁੰਡੇ ਖੜਕਾਏ ਲੋਕਾਂ, ਅਸੀਂ ਭੱਜੇ ਉੱਥੋਂ ਨਿਕਲੇ, ਕੁੰਡੇ ਖੜਕਾਉਂਦੇ ਲੋਕ, ਕੁੰਡੇ ਨਹੀਂ ਸੀ ਖੋਲਦੇ, ਕਿੱਥੇ ਸੀ ਬੜਕ, ਕਿਹੜੀ ਬੜਕ ਦੀਆਂ ਗੱਲਾਂ ਕਰਦਾ, ਤੇਰੀ ਬੜਕ ਦੀਆਂ ਤਾਂ ਉਹ ਗੱਲ ਮੈਂ ਸਮਝ ਸਕਦਾ, ਜਿਵੇਂ ਗੰਗਾਨਗਰ ਦੀਵਾਨ ਸੀ, ਇੱਕ ਡੇਰੇ ਸਰਸੇ ਦੇ ਪੈਰੋਕਾਰ ਨੇ DC ਦਫ਼ਤਰ ਦੇ ਅੱਗੇ ਆਪਣੇ ਆਪ ਦੇ ਪੈਟਰੋਲ ਛਿੜ ਕੇ ਅੱਗ ਲਾ ਲਈ, ਅਤੇ ਤੂੰ ਮੌੜ ਮੰਡੀ ਕੋਲੋਂ ਹੀ ਮੁੜ ਗਿਆ, ਮਾੜਾ ਜਿਹਾ ਤੈਨੂੰ ਕਿਸੇ ਨੇ ਫੋਨ 'ਤੇ ਕਿਹਾ ਤਾਂ ਮਾਹੌਲ ਬੜਾ ਖਰਾਬ ਆ, ਅਤੇ ਤੂੰ ਸੰਗਤ ਉੱਥੇ ਵਿਚਾਰੀ ਹੈਰਾਨ ਹੁੰਦੀ ਰਹੀ ਗੰਗਾਨਗਰ, ਅਤੇ ਤੂੰ ਮੌੜ ਮੰਡੀ ਤੋਂ ਗੱਡੀਆਂ ਵਾਪਸ ਕਰਕੇ ਪਰਮੇਸ਼ਰ ਦੁਆਰ ਨੂੰ ਤੁਰ ਪਿਆ, ਤੇਰੀ ਬੜਕਦੀ ਤਾਂ ਉਹ ਗੱਲ ਆ, ਜਿਵੇਂ ਇੱਕ ਕਹਾਵਤ ਆ, ਕਹਿੰਦੇ ਕਿਸੇ ਢੱਠੇ ਨੂੰ ਕਿਸੇ ਨੇ ਕਿਹਾ ਵੀ ਉਹ ਬੜਕ ਮਾਰਦਾ, ਅਤੇ ਉਹਨੇ ਅੱਗੋਂ ਆਖਿਆ ਕਹਿੰਦਾ ਢੱਠਾ ਵਾਂ,
ਬੜਕ ਤਾਂ ਮਾਰਦਾ ਤੇ ਫਿਰ ਪੰਜਾਬੀ ਦਾ ਲਫ਼ਜ਼ ਵਰਤਣਾ ਪਊਗਾ। ਉਹਨੇ ਆਖਿਆ ਮੋਕ ਮਾਰਦਾ, ਕਹਿੰਦਾ ਇਹ ਗਊ ਦਾ ਜਾਇਆ, ਇਹ ਤਾਂ ਕਰਕੇ ਮੋਕ ਮਾਰਦਾ। ਤੇਰੀ ਬੜਕਦੀ ਤਾਂ ਉਹ ਗਾਂ ਗਊ ਦੇ ਜਾਏ ਵਾਲੀ ਗੱਲ ਹੈ, ਕਿਹੜੀ ਬੜਕਦੀਆਂ ਤੂੰ ਗੱਲਾਂ ਕਰਦਾ? ਕਿਉਂ ਖਾਨਾ ਜੰਗੀ ਦਾ ਮਾਹੌਲ ਪੈਦਾ ਕੀਤਾ? ਫਿਰ ਤੂੰ ਆਪਣੀਆਂ ਗੱਲਾਂ ਕਹਿ ਰਿਹਾ ਕਿ ਜਿਹੜਾ ਹੈ ਇੰਟਰਪ੍ਰਿਟੇਸ਼ਨ ਜਿਹੜੀ ਆ, ਮੈਂ ਇੰਟਰਪ੍ਰਿਟੇਸ਼ਨ ਬੱਚਿਆਂ ਨੂੰ ਦਊਂਗਾ, ਆ ਉਹ ਸਰੋਵਰ ਆ, ਆ ਉਹ ਗੁਰਦੁਆਰਾ ਸਾਹਿਬ ਆ, ਆ ਉਹ ਨਿਸ਼ਾਨ ਸਾਹਿਬ ਆ। ਤੇਰੀ ਇੰਟਰਪ੍ਰਿਟੇਸ਼ਨ ਦੇ ਉੱਤੇ ਜਿਹੜੇ ਕੰਮ ਹੋਏ ਆ, ਤੇਰੇ ਨਾਲਦਿਆਂ ਨੇ ਕੀਤੇ ਆ, ਇੱਕ ਤਾਂ ਲਾਈਵ ਬਹਿਸ 'ਤੇ ਜਦੋਂ ਬੈਠਾਂਗੇ ਤੂੰ ਸਮਾਂ ਜ਼ਰੂਰ ਕੱਢੀ। ਹੋ ਸਕਦਾ ਗਿਆਨੀ ਹਰਪ੍ਰੀਤ ਸਿੰਘ ਨਾਲ ਤੇਰੀ ਬਹਿਸ ਨਾਲ ਨਾ ਹੋਵੇ, ਉਹ ਨਾ ਟੀ ਵੀ 'ਤੇ ਬਹਿਸ ਕਰਨ ਵਾਸਤੇ ਆਉਣ। ਜਥੇਦਾਰ ਅਜਨਾਲਾ ਸਾਹਿਬ ਨੇ ਕਿਹਾ ਕਿ ਸੰਗਤ ਦੇ ਵਿੱਚ ਬਹਿਸ ਜਿਹੜੀ ਆ ਉਹ ਕਰਨੀ ਆ, ਸੰਗਤ ਵਿੱਚ ਬੈਠ ਕੇ ਬਹਿਸ ਕਰੇ। ਹੋ ਸਕਦਾ ਤੇਰੀ ਜਥੇਦਾਰ ਅਜਨਾਲਾ ਸਾਹਿਬ ਨਾਲ ਵੀ ਬਹਿਸ ਨਾ ਹੋਵੇ, ਪਰ ਮੈਂ ਭਾਈ ਰਣਜੀਤ ਸਿੰਘ ਤੈਨੂੰ ਕਹਿਣਾ ਚਾਹੁੰਦਾ, ਤੇਰੇ ਵਾਲਾ ਲਫ਼ਜ਼ ਨਹੀਂ ਵਰਤਦਾ ਹੁਣ, ਉਹ ਤੈਨੂੰ ਅਹਿਸਾਸ ਕਰਾਉਣ ਵਾਸਤੇ ਮੈਂ ਵਰਤਿਆ ਸੀਗਾ। ਭਾਈ ਰਣਜੀਤ ਸਿੰਘ ਤੂੰ ਬਹਿਸ ਦਾ ਸਮਾਂ ਜ਼ਰੂਰ ਰੱਖੀ, ਮੈਨੂੰ ਜ਼ਰੂਰ ਦੱਸੀ, ਸਮਾਂ ਮਿਲਾ ਕੇ ਆਪਾਂ ਆਪਾਂ ਟੀ ਵੀ ਦੇ ਉੱਤੇ ਬੈਠ ਜਾਵਾਂਗੇ, ਆਪਾਂ ਟੀ ਵੀ 'ਤੇ ਬੈਠ ਕੇ ਵਿਚਾਰ ਜਿਹੜੀ ਆ ਕਰ ਲਵਾਂਗੇ। ਮੈਂ ਇਹ ਕੰਡੀਸ਼ਨ ਨਹੀਂ ਰੱਖਦਾ ਵੀ ਸੰਗਤ 'ਚ ਬੈਠ ਕੇ ਕਰਾਂਗੇ ਜਾਂ ਮੈਂ ਟੀ ਵੀ 'ਤੇ ਨਹੀਂ ਆਉਣਾ, ਆਪਾਂ ਆਪਸ 'ਚ ਕਿਸੇ ਟੀ ਵੀ ਚੈਨਲ ਨਾਲ ਬਣਾ ਲਵਾਂਗੇ ਬੈਠ ਕੇ, ਅਤੇ ਕੋਈ ਰੌਲਾ ਨਹੀਂ, ਕੋਈ ਜਾਤੀ ਵਿਤਕਰਾ ਨਹੀਂ, ਗੁਰੂ ਦੀ ਬਾਣੀ ਦੀ ਗੱਲ, ਗੁਰੂ ਦੇ ਇਤਿਹਾਸ ਦੀ ਗੱਲ। ਤੂੰ ਕਹਿੰਦਾ ਮੈਂ 40 ਮਿੰਟ ਦਊਂਗਾ, ਮੈਂ 40 ਮਿੰਟ ਤੈਨੂੰ ਦੇਊਂਗਾ, 40 ਮਿੰਟ ਤੇਰੇ, ਮੈਨੂੰ 10 ਮਿੰਟ ਹੀ ਦੇ ਦੀ ਭਾਵੇਂ, 10 ਮਿੰਟ ਪਹਿਲਾਂ ਮੇਰੇ ਅਤੇ 40 ਮਿੰਟ ਤੇਰੇ, 40 ਤੋਂ 50 ਲੈ ਲਈ ਇੱਕ ਘੰਟੇ ਦੀ ਬਹਿਸ ਦੇ ਵਿੱਚ, ਆਪਾਂ ਗੱਲ ਕਰ ਲਾਂ, 10 ਮਿੰਟ ਹੀ ਬਹੁਤ ਆ, 20 ਵੀ ਨਹੀਂ ਕਹਿੰਦਾ ਮੈਂ ਤੇਰੇ ਵਾਂਗੂ, ਤੂੰ 20 ਕਹੇ ਆ, ਮੈਂ 10 ਮਿੰਟ ਹੀ ਕਹਿੰਦਾ, ਪਰ ਮੇਰੇ 10 ਮਿੰਟ ਜਿਹੜੇ ਆ ਉਹ ਸਵਾਲ ਦੇ ਜਵਾਬ ਜਿਹੜੇ ਆ ਗੁਰਬਾਣੀ ਦੇ ਇਤਿਹਾਸ ਜਾਂ ਜਿਹੜੀਆਂ ਗੱਲਾਂ ਤੂੰ ਕੀਤੀਆਂ ਉਹਦੇ ਬਾਰੇ ਹੀ ਆ, ਪਰ ਦਈ ਜ਼ਰੂਰ ਮੈਂ ਤੈਨੂੰ ਇਸ ਗੱਲ ਨੂੰ, ਜਿਹੜਾ ਹੈਗਾ ਤੂੰ ਚੈਲੰਜ ਸਮਝਦਾ ਤਾਂ ਚੈਲੰਜ ਸਮਝ ਲਈ ਇਸ ਗੱਲ ਨੂੰ, ਪਰ ਸਮਾਂ ਜ਼ਰੂਰ ਦਈ, ਕਿਉਂਕਿ ਹੋ ਸਕਦਾ ਉਹਨਾਂ ਨਾਲ ਤੇਰੀ ਬਹਿਸ ਨਾ ਹੋ ਸਕੇ, ਗਿਆਨੀ ਹਰਪ੍ਰੀਤ ਸਿੰਘ ਨਾਲ, ਜਥੇਦਾਰ ਅਜਨਾਲਾ ਸਾਹਿਬ ਨਾਲ ਨਾ ਹੋ ਸਕੇ, ਪਰ ਮੈਂ ਤੇਰੇ ਜਿੱਥੇ ਵੀ ਟਾਈਮ ਰੱਖਣਾ ਹੋਇਆ, ਨਿਊਜ਼18 'ਤੇ ਰੱਖਣਾ, ਜੀ ਪੰਜਾਬ 'ਤੇ ਰੱਖਣਾ, ਚੜ੍ਹਦੀ ਕਲਾ ਟਾਈਮ ਟੀ ਵੀ 'ਤੇ ਰੱਖਣਾ, ਕਿਸੇ ਚੈਨਲ 'ਤੇ ਰੱਖਣਾ, ਤੂੰ ਕਿਹਾ ਮੇਰੇ ਚੈਨਲ ਨਾਲ ਚੱਲ, ਤੇਰੇ ਚੈਨਲ ਵੀ ਨਾਲ ਲਾ ਲਈ, ਮੈਨੂੰ ਕਿਸੇ ਤਰ੍ਹਾਂ ਦੀ ਕੋਈ ਕਿਸੇ ਤੋਂ ਐਲਰਜੀ ਨਹੀਂ ਆ, ਵਿਚਾਰ ਚਰਚਾ ਜ਼ਰੂਰ ਕਰੀ, ਪਰ ਜਿਹੜੀ ਇੰਟਰਪ੍ਰਿਟੇਸ਼ਨ ਜਿਹੜੀ ਤੂੰ ਦਿੱਤੀ ਆ, ਤੇਰੀ ਇੰਟਰਪ੍ਰਿਟੇਸ਼ਨ 'ਤੇ ਕਿੰਨੇ ਕਿੰਨੇ ਕੀ ਕੰਮ ਕੀਤਾ, ਇੰਟਰਪ੍ਰਿਟੇਸ਼ਨ ਤੇਰੀ 'ਤੇ ਬਿੱਟੂ ਨੇ ਕੀ ਕੀਤਾ, ਤੇਰੀ ਇੰਟਰਪ੍ਰਿਟੇਸ਼ਨ 'ਤੇ ਗੁਰਪ੍ਰੀਤ ਉਹ ਸ਼ਾਇਦ ਹੁਣ USA ਆ ਸਮਾਣੇ ਉਹਨੇ ਕੀ ਕੀਤਾ, ਜਾਂ ਕਿਸ ਤਰ੍ਹਾਂ ਤੇਰੀ ਇੰਟਰਪ੍ਰਿਟੇਸ਼ਨ 'ਤੇ ਕੀ ਕੰਮ ਹੋਏ, ਬਹੁਤ ਕੁਛ ਆ, ਉਹ ਆਪਾਂ ਜਿਹੜਾ ਹੈਗਾ ਲਾਈਵ ਬੈਠ ਕੇ ਕਰਾਂਗੇ, ਉਹ ਇੱਦਾਂ ਬੈਠ ਕੇ ਨਹੀਂ, ਆਪਾਂ ਨੇ ਜਿਹੜਾ ਮੈਂ ਵੀਡੀਓ ਇੱਦਾਂ ਸੋਸ਼ਲ ਮੀਡੀਆ 'ਤੇ ਪਾ ਕੇ ਤੇਰੇ ਤੱਕ ਪਹੁੰਚਾਉਣ ਵਾਸਤੇ ਨਹੀਂ, ਉਹ ਤੈਨੂੰ ਦੱਸਣਾ, ਉਹ ਆਪਾਂ ਜਦੋਂ ਲਾਈਵ ਬੈਠਾਂਗੇ ਉਦੋਂ ਆਪਾਂ ਗੱਲ ਕਰਾਂਗੇ, ਲਾਈਵ ਬੈਠ ਕੇ ਆਪਾਂ ਕਰਾਂਗੇ ਵੀ ਹਰਿਮੰਦਰ ਸਾਹਿਬ ਜੋ ਹੈ ਉਹਦੀ ਕੀ ਮਹੱਤਤਾ ਵਾ, ਅਕਾਲ ਤਖਤ ਸਾਹਿਬ ਦੀ ਕੀ ਮਹੱਤਤਾ, ਅੰਮ੍ਰਿਤ ਸਰੋਵਰ ਦੀ ਕੀ ਮਹੱਤਤਾ, ਅਤੇ ਜਿਹੜੇ ਗ੍ਰੰਥਾਂ ਨੂੰ ਤੂੰ ਕਹਿੰਦਾ ਮੈਨੂੰ ਵੇਖ ਕੇ ਕਚੀਚੀ ਆਉਂਦੀ ਆ, ਉਹਨਾਂ ਗ੍ਰੰਥਾਂ ਦੀ ਕੀ ਮਹੱਤਤਾ ਵਾ, ਜਿਹੜੇ ਸਾਡੇ ਇਤਿਹਾਸਕ ਸਰੋਤ ਆ, ਇਤਿਹਾਸਕ ਗ੍ਰੰਥ ਆ, ਉਹਨਾਂ ਦੀ ਸਾਡੇ ਜੀਵਨ 'ਚ ਕੀ ਮਹੱਤਤਾ ਵਾ। ਮੈਂ ਪਹਿਲਾਂ ਵੀ ਅਕਸਰ ਕਹਿੰਦਾ ਹੁੰਦਾ ਕਿ ਦੁੱਧ 'ਚ ਕੱਖ ਪੈ ਗਿਆ ਅਤੇ ਕੱਖ ਕੱਢ ਕੇ ਦੁੱਧ ਵਰਤਣਾ ਸਿਆਣਪ ਆ, ਕੱਖ ਪਿੱਛੇ ਦੁੱਧ ਡੋਲਣਾ ਸਿਆਣਪ ਨਹੀਂ ਆ। ਅੱਜ 2-4 ਜੇ ਕੋਈ ਇੱਦਾਂ ਦੀਆਂ ਗੱਲਾਂ ਆ ਗਈਆਂ ਜਿਹੜੀਆਂ ਸਾਡੀ ਗੁਰਮਤ ਦੇ ਉੱਤੇ ਨਹੀਂ ਢੁਕਦੀਆਂ, ਗੁਰਮਤ ਅਨੁਸਾਰ ਨਹੀਂ ਆ, ਉਹਨਾਂ ਨੂੰ ਆਪਾਂ ਪਾਸੇ ਕਰਕੇ ਬਾਕੀ ਜਿਹੜਾ ਸਾਡਾ ਸਾਰਾ ਇਤਿਹਾਸ ਆ, ਸਾਡਾ ਜੋ ਗੌਰਵਮਈ ਸੰਘਰਸ਼ਮਈ ਇਤਿਹਾਸ ਆ, ਉਹਨੂੰ ਲੈ ਕੇ ਅਤੇ ਅਸੀਂ ਚੜ੍ਹਦੀ ਕਲਾ ਵਾਲੇ ਪਾਸੇ ਜਾਣਾ, ਅਸੀਂ ਉਸ ਇਤਿਹਾਸ ਨੂੰ ਰੱਦ ਨਹੀਂ ਕਰਨਾ। ਇਹ ਸਾਰੀਆਂ ਵਿਚਾਰਾਂ ਜਿਹੜੀਆਂ ਆਪਾਂ ਲਾਈਵ ਬੈਠ ਕੇ ਕਰਾਂਗੇ,
ਤੇ ਸਮਾਂ ਜ਼ਰੂਰ ਹੁਣ ਇਹਦੇ 'ਚ ਇਹ ਨਾ ਕਹੀਂ ਕਿ ਜਿਹੜਾ ਹੈਗਾ ਸਮਾਂ ਨਹੀਂ ਹੈਗਾ, ਸਮਾਂ ਜ਼ਰੂਰ ਦੱਸੀ ਕਿਤੇ ਬੈਠ ਕੇ ਟੀ ਵੀ ਚੈਨਲ ਦੇ ਉੱਤੇ ਲਾਈਵ ਇੰਟਰਪ੍ਰਿਟੇਸ਼ਨ ਦੀਆਂ ਗੱਲਾਂ ਪਾਣੀ ਅਤੇ ਇਤਿਹਾਸ ਦੇ ਇਹ ਸਾਰੀਆਂ ਗੱਲਾਂ ਜਿਹੜੀਆਂ ਉਹ ਆਪਾਂ ਲਾਈਵ ਬੈਠ ਕੇ ਕਰਾਂਗੇ। ਜੋ ਤੂੰ ਕਹਿਣਾ ਹੋਇਆ ਤੂੰ ਉਹ ਕਹਿ ਦੇਈਂ, ਜਿਹੜੇ ਤੇਰੇ ਚੇਲੇ ਆ ਜਿਹੜੇ ਤੈਨੂੰ ਫਾਲੋ ਕਰ ਰਹੇ ਆ, ਤੂੰ ਕਿਉਂਕਿ ਆਪ ਕਹਿ ਰਿਹਾ ਮੇਰੇ ਬੰਦੇ, ਉਹ ਤੇਰੇ ਬੰਦੇ ਹੀ ਆ, ਤੇਰੇ ਚੇਲੇ ਹੀ ਬਣ ਗਏ ਆ, ਹੈ ਹੁੰਦੇ ਤਾਂ ਸਾਥੀ ਆ, ਜਿਹੜਾ ਵੀ ਕੋਈ ਕਥਾ ਕੀਰਤਨ ਪ੍ਰਚਾਰ ਕਰਦਾ ਉਹਦੇ ਸਾਥੀ ਹੁੰਦੇ ਆ, ਪਰ ਤੂੰ ਆਪਦੇ ਬੰਦੇ ਬਣਾ ਲਏ, ਚੇਲੇ ਬਣਾ ਲਏ, ਅਤੇ ਜਿਸ ਤਰੀਕੇ ਨਾਲ ਸਾਰੀਆਂ ਗੱਲਾਂ ਬਾਤਾਂ ਉਹਨਾਂ ਨੇ ਕਮੈਂਟ ਕਰ ਲਏ, ਮੈਂ ਉਹਨਾਂ ਦੀ ਕਦੇ ਪਰਵਾਹ ਨਹੀਂ ਕੀਤੀ, ਇਹੋ ਜਿਹੀਆਂ ਨਾ ਅਸੀਂ ਕਦੇ ਸਰਕਾਰਾਂ ਦੀ ਪਰਵਾਹ, ਨਾ ਇਹੋ ਜਿਹੇ ਕਮੈਂਟਾਂ ਦੀ ਪਰਵਾਹ ਵਾ। ਤੂੰ ਇੱਕ ਆਪਣੇ ਆ ਹਉਮੇ ਹੰਕਾਰ ਕੇ ਮੇਰਾ ਦਿਮਾਗ ਵਾਲਾ ਦਿਮਾਗ 'ਤੇ ਗੋਲੀ ਜਿਹੜੀ ਆ ਮੇਰੇ ਇੱਥੇ ਮਾਰਿਓ ਅਤੇ ਦਿਮਾਗ ਉੱਥੇ ਪਿਆ ਹੋਵੇ, ਨਾ ਤੇਰੇ ਅਸੀਂ ਕੋਈ ਗੋਲੀ ਮਾਰਨੀ ਆ, ਸਾਰਿਆਂ ਨੂੰ ਬੇਨਤੀ ਕਰਾਂਗੇ ਨਾ ਤੇਰੇ ਕੋਈ ਗੋਲੀ ਮਾਰੇ, ਨਾ ਤੇਰਾ ਦਿਮਾਗ ਉੱਥੇ ਜਿਹੜਾ ਬੁੜਕ ਕੇ ਜਾਣਾ, ਤੂੰ ਉਸੇ ਤਰ੍ਹਾਂ ਹੀ ਟਿਕਾਣੇ 'ਤੇ ਆ ਜਾਣਾ। ਤੂੰ ਕਹਿੰਦਾ ਹਾਂ ਮੈਂ ਇਹਨਾਂ ਦੀਆਂ ਦੁਕਾਨਾਂ ਬੰਦ ਕਰਾ ਦੇਣੀਆਂ, ਅਤੇ ਅਸਥਾਨ ਨੇ ਗੁਰੂ ਦੇ ਅਸਥਾਨ ਨੇ ਚੱਲ ਰਹੇ, ਅੱਗੇ ਨਾਲੋਂ ਵੀ ਵੱਧ ਚੱਲ ਰਹੇ, ਜਦੋਂ ਦਾ ਤੂੰ ਦਰਬਾਰ ਸਾਹਿਬ 'ਤੇ ਜਾਂ ਅੰਮ੍ਰਿਤ ਸਰੋਵਰ 'ਤੇ ਸ਼ੰਕਾ ਕੀਤੀ ਆ, ਉਦੋਂ ਵੱਧ ਹੁਣ ਤਾਂ ਗੈਰ ਸਿੱਖ ਵੀ ਦਰਬਾਰ ਸਾਹਿਬ ਆ ਰਹੇ ਆ, ਰਸਤੇ ਭਰੇ ਜਾਂਦੇ, ਪਰਿਕਰਮਾ ਭਰੀਆਂ ਜਾਂਦੀਆਂ ਨੇ ਦਰਬਾਰ ਸਾਹਿਬ ਨੂੰ, ਘੰਟਿਆਂ ਬੱਧੀ ਲਾਈਨਾਂ 'ਚ ਲੱਗਣਾ ਪੈਂਦਾ ਮੱਥਾ ਟੇਕਣ ਵਾਸਤੇ ਦਰਬਾਰ ਸਾਹਿਬ, ਤੇਰੇ ਪ੍ਰਚਾਰ ਨਾਲ ਕੋਈ ਅਸਰ ਨਹੀਂ, ਉਲਟਾ ਤੇਰੀ ਦੁਕਾਨ ਜ਼ਰੂਰ ਬੰਦ, ਇੱਕ ਤੇਰੇ ਸਾਥੀ ਦੀ ਬੰਦ ਹੋ ਗਈ ਯੂਕੇ ਦੇ ਅੰਦਰ, ਅਤੇ ਤੇਰੀ ਵੀ ਬਾਹਰ ਦੀ ਦੁਕਾਨ ਬੰਦ ਹੋ ਗਈ। ਤੂੰ ਸੋਚਦਾ ਹੋਏਗਾ ਕਿ ਪਰਮੇਸ਼ਰ ਦੁਆਰ ਬੈਠ ਕੇ ਅਤੇ ਯੂਟਿਊਬ ਅਤੇ ਫੇਸਬੁੱਕ ਦੇ ਮਾਧਿਅਮ ਦੇ ਨਾਲ ਤੂੰ ਇਸ ਤਰ੍ਹਾਂ ਦਾ ਕੂੜ ਪ੍ਰਚਾਰ ਕਰ ਲਏਗਾ ਵੀ ਬਾਹਰੋਂ ਛੱਡ ਕੇ ਇਹ ਤੈਨੂੰ ਕੂੜ ਪ੍ਰਚਾਰ ਤੇਰੇ ਡੇਰੇ 'ਚ ਬੈਠ ਕੇ ਵੀ ਨਹੀਂ ਕਰਨ ਦੇਣਾ। ਜੇ ਤੂੰ ਸੋਚਦਾ ਹੋਵੇਂ ਪਰਮੇਸ਼ਰ ਦੁਆਰ ਬੈਠ ਕੇ ਯੂਟਿਊਬ ਅਤੇ ਫੇਸਬੁੱਕ 'ਤੇ ਕੂੜ ਪ੍ਰਚਾਰ ਕਰ ਲੂੰਗਾ, ਗੁਰੂ ਕੇ ਪੰਥ ਖਾਲਸੇ ਨੇ ਤੈਨੂੰ ਇੱਥੇ ਵੀ ਨਹੀਂ ਕਰਨ ਦੇਣਾ, ਤੂੰ ਅੱਜ ਆਪਣੀ ਹਾਲਤ ਇਹ ਦੇਖ ਲਾ, ਤੂੰ ਜਿਨ੍ਹਾਂ ਦੇ ਕਹਿੰਦਾ ਮੈਂ ਪਿੱਛੇ ਲੱਗ ਕੇ ਅਤੇ ਮੈਂ ਜਿਹੜਾ ਸੀ ਉਹ ਇੱਧਰੋਂ ਇੱਧਰ ਆਇਆ, ਅੱਜ ਤੂੰ ਕਹਿੰਦਾ ਉਹ ਵੀ ਮੇਰੇ ਨਾਲ ਨਹੀਂ ਖੜ੍ਹਦੇ, ਕਿਉਂ ਨਹੀਂ ਖੜ੍ਹਦੇ? ਉਹਨਾਂ ਨੂੰ ਵੀ ਪਤਾ ਦਰਬਾਰ ਸਾਹਿਬ ਦੀ ਮਹੱਤਤਾ ਕੀ ਆ, ਅਕਾਲ ਤਖਤ ਸਾਹਿਬ ਦੀ ਮਹੱਤਤਾ ਕੀ ਆ, ਅੰਮ੍ਰਿਤ ਸਰੋਵਰ ਦੀ ਮਹੱਤਤਾ ਕੀ ਆ, ਅਤੇ ਸਿੱਖ ਇਤਿਹਾਸ ਦੀ ਮਹੱਤਤਾ ਕੀ ਆ। ਅੱਜ ਦੇ ਤੂੰ ਆਪਣੇ ਆਪ ਨੂੰ ਇਕੱਲਾ ਸਮਝ ਰਹੇ ਹਾਂ, ਠੀਕ ਹੈ ਕੁਝ ਫਾਲੋਅਰ ਤੇਰੇ ਨਾਲ ਹੋਣਗੇ, ਪੂਰੇ ਪੰਥ 'ਚੋਂ ਕੋਈ ਸੰਸਥਾ ਕੋਈ ਜਥੇਬੰਦੀ ਨਹੀਂ ਹੈ ਤੇਰੇ ਨਾਲ, ਅਤੇ ਤੈਨੂੰ ਖੁਦ ਮੈਂ ਇੱਕ ਵਾਰ ਫਿਰ ਕਹੂੰਗਾ, ਅਹਿਸਾਸ ਕਰਨਾ ਚਾਹੀਦਾ ਆਪ ਨੜੇ ਗਰੀਬਾਣ 'ਚ ਝਾਤ ਮਾਰ ਕੇ ਦੇਖਣੀ ਚਾਹੀਦੀ ਹੈ ਕਿ ਤੂੰ ਇਹੋ ਜਿਹਾ ਕੁਝ ਕੀ ਕਰ ਰਿਹਾ ਜਿਹਦੇ ਕਰਕੇ ਕੋਈ ਵੀ ਨਹੀਂ ਹੈ, ਅਤੇ ਫਿਰ ਵੀ ਸਮਝਦੇ ਰਸਤੇ ਜਾ, ਪੰਥ ਦੀ ਵਿੱਚ ਖਾਨਾ ਜੱਗੀ, ਇਸ ਤਰ੍ਹਾਂ ਦਾ ਮਾਹੌਲ ਪੈਦਾ ਨਾ ਕਰ। ਇੱਦਾਂ ਦਾ ਪ੍ਰਚਾਰ ਪਹਿਲਾਂ ਕਰਨ ਵਾਲੇ ਵੀ ਬਹੁਤ ਆਏ, ਬੜਾ ਕੁਛ ਹੋਇਆ, ਕਿੱਧਰ ਗਏ, ਕੋਈ ਅੱਜ ਨਾਂ ਨਹੀਂ ਜਾਣਦਾ, ਜਿਵੇਂ ਪੁੱਛੇ ਅਸਮਾਨ ਫਰੀਦ ਦਾ ਖੇਵਟ ਕਿਨ ਗਏ, ਜਾਲਣ ਗੁਰਾਂ ਨਾਲ ਉਲਾਮੇ ਜੀ ਸਹਿ। ਤੂੰ ਕਹਿੰਦਾ ਕਿ ਮੈਂ ਸੰਸਾਰ ਬਦਲ ਦੇਣਾ, ਨੌਜਵਾਨ ਬਦਲ, 4-5 ਸਾਲ ਜੇ ਮੈਂ ਪ੍ਰਚਾਰ ਕਰ ਗਿਆ ਤੇ ਮੈਂ ਕਰ ਦੇਣਾ, ਇਹ ਹਉਮੇ ਦੀਆਂ ਹੰਕਾਰ ਦੀਆਂ ਗੱਲਾਂ ਨੇ। ਸੇਵਾਦਾਰ ਗੁਰੂ ਦਾ ਬਣ ਕੇ, ਸਿੱਖ ਬਣ ਕੇ ਆਪਾਂ ਕੋਈ ਗੁਰੂ ਦੀ ਗੱਲ ਕਰੀਏ, ਆਪਾਂ ਗੁਰੂ ਦੇ ਸੇਵਾਦਾਰ ਸਿੱਖ ਬਣ ਕੇ, ਦਾਸ ਬਣ ਕੇ ਕੋਈ ਗੁਰੂ ਦੀ ਜਿਹੜੀ ਗੱਲ ਆ ਉਹਨੂੰ ਕਰੀਏ। ਜਿਹੜੇ ਗੈਰ ਸਿੱਖ ਕੋਈ ਸਾਡੀ ਸਿੱਖੀ 'ਤੇ ਹਮਲਾ ਕਰਦੇ ਆ ਜਾਂ ਸਾਡੇ ਪੰਥ ਦੇ ਉੱਤੇ, ਆਪਾਂ ਉੱਧਰ ਨੂੰ ਹਿੱਕ ਡਾ ਕੇ ਆਪਣੇ ਜਿਹੜੀਆਂ ਪ੍ਰਚਾਰ ਦੀਆਂ ਤੋਪਾਂ ਉੱਧਰ ਨੂੰ ਬੀੜੀਏ, ਆਪਾਂ ਆਪਣੇ ਗੁਰਸਥਾਨਾਂ ਵਾਲੀ ਨਾ ਤੋਪਾਂ ਬੀੜ ਦੀਏ। ਨਿੱਕੀ ਨਿੱਕੀ ਗੱਲ 'ਤੇ ਤੂੰ ਤੇਰੀਆਂ ਸਟੇਟਮੈਂਟਾਂ ਆ ਜਾਂਦੀਆਂ ਨੇ, ਪਰ ਦਰਬਾਰ ਸਾਹਿਬ ਦੇ ਉੱਤੇ DGP ਬੋਲਿਆ ਤੇਰੀ ਕੋਈ ਨਹੀਂ ਆਈ ਕਿ ਦਰਬਾਰ ਸਾਹਿਬ ਜਿਹੜੇ ਸਿੱਖ ਜਾਂਦੇ ਆ ਕਰਤਾਰਪੁਰ ਸਾਹਿਬ ਉਹ ਅੱਤਵਾਦੀ ਬਣ ਕੇ ਪਰਦੇ, ਤੇਰੀ ਕੋਈ ਸਟੇਟਮੈਂਟ ਨਹੀਂ। ਦਿੱਲੀ ਦੇ ਵਿੱਚ ਇੰਨਾ ਕਤਲੇਆਮ ਹੋ ਗਿਆ, ਤੇਰੀ ਕੋਈ ਸਟੇਟਮੈਂਟ ਨਹੀਂ। ਇੱਥੋਂ ਪਤਾ ਲੱਗਦਾ ਜਦੋਂ ਤੂੰ ਕਹਿੰਦਾ ਕਿ ਮੈਨੂੰ ਕਿਹੜੀਆਂ ਏਜੰਸੀਆਂ ਕਹਿੰਦੇ ਜਿਹੜੀਆਂ ਸਿੱਖ ਵਿਰੋਧੀ ਏਜੰਸੀਆਂ ਨੇ, ਇੱਥੋਂ ਪਤਾ ਲੱਗਦਾ ਵੀ ਜਦੋਂ ਉਹਨਾਂ ਦੀ ਗੱਲ ਆਉਂਦੀ ਆ ਤਾਂ ਤੇਰੀ ਜ਼ਬਾਨ 'ਚੋਂ ਬੋਲ ਨਹੀਂ ਨਿਕਲਦੇ, ਪਰ ਜਦੋਂ ਕੋਈ ਸਿੱਖੀ ਦਾ ਮਸਲਾ ਕਿਤੇ ਨਗਰ ਕੀਰਤਨ ਦੇ ਵਿੱਚ ਬਰੂਦ ਫਟ ਜਾਵੇ, ਆਤਿਸ਼ਬਾਜ਼ੀ ਫਟ ਜਾਵੇ, ਤਾਂ ਤੂੰ ਝੱਟ ਹੀ ਬਿਆਨ ਜਿਹੜੇ ਤੇਰੇ ਨਾਲ ਦੀ ਨਾਲ ਹੀ ਜਿਹੜੇ ਉਹ ਵਾਇਰਲ ਹੋ ਜਾਂਦੇ ਆ। ਇੱਥੋਂ ਪਤਾ ਲੱਗ ਜਾਂਦਾ
ਕਿ ਏਜੰਸੀਆਂ ਕੀ ਨੇ, ਇਹਨਾਂ ਗੱਲਾਂ ਦੇ ਨਾਲ ਏਜੰਸੀਆਂ ਦੀ ਜਿਹੜੀ ਸਮਝ ਆ ਉਹ ਪੈ ਜਾਂਦੀ ਆ। ਸੋ ਮੈਂ ਬਹੁਤੇ ਵਿਸਥਾਰ ਵਿੱਚ ਨਾ ਜਾਵਾਂ, ਮੈਂ ਤੈਨੂੰ ਕਹਿਣਾ ਚਾਹੁੰਦਾ ਕਿ ਆ ਜਿਹੜੀ ਤੇਰੀ ਇੰਟਰਪ੍ਰਿਟੇਸ਼ਨ ਦੀਆਂ ਗੱਲਾਂ, ਤੇਰੀ ਇੰਟਰਪ੍ਰਿਟੇਸ਼ਨ ਕੀ ਹੈ ਇਹ ਆਪਾਂ ਜਦੋਂ ਲਾਈਵ ਬੈਠਾਂਗੇ ਉਸ ਵੇਲੇ ਆਪਾਂ ਗੱਲਾਂ ਬਾਤਾਂ ਜਿਹੜੀਆਂ ਸਾਰੀਆਂ ਕਰਾਂਗੇ। ਅਤੇ ਇਹਨਾਂ ਵਿਚਾਰਾਂ ਵਾਸਤੇ ਤੇਰੀ ਜਿਹੜੀ ਲਾਈਵ ਤੂੰ ਵੀਡੀਓ ਪਾਈ ਆ, ਵਾਇਰਲ ਕੀਤੀ ਆ 1.5 ਘੰਟੇ ਦੀ, ਉਹ ਮੈਂ ਸੁਣੀ ਆ, ਅਤੇ ਇਸ ਕਾਰਨ ਕਰਕੇ ਮੈਂ ਤੈਨੂੰ ਕਹਿ ਰਿਹਾ। ਦੂਸਰੀ ਗੱਲ, ਤੂੰ ਕਿਹਾ ਆਪੂ ਬਣੇ ਜਥੇਦਾਰ, ਅਸੀਂ ਆਪੂ ਨਹੀਂ ਬਣੇ, ਸਾਨੂੰ ਕੌਮ ਨੇ, ਪੰਥ ਨੇ ਉੱਥੇ ਸੇਵਾਵਾਂ ਬਖਸ਼ੀਆਂ ਸੀ, ਜਿੰਨੀਆਂ ਨਿਭਾ ਹੋਈਆਂ ਨਿਭਾਈਆਂ, ਜਿੰਨੀਆਂ ਨਿਭਾ ਹੋ ਰਹੀਆਂ ਨਿਭਾ ਰਹੇ ਹਾਂ। ਜੇ ਤੈਨੂੰ ਕਹਿ ਦੀ ਆਪੂ ਬਣਿਆ ਸੰਤ, ਆਪੂ ਬਣਿਆ ਭਾਈ, ਆਪੂ ਬਣਿਆ ਪ੍ਰਚਾਰ, ਤੈਨੂੰ ਕਿਹਨੇ ਬਣਾਇਆ, ਕਿਹਨੇ ਸਰਟੀਫਿਕੇਟ ਦਿੱਤਾ ਤੈਨੂੰ? ਕਿਉਂਕਿ ਤੂੰ ਤਾਂ ਜਿਹੜੀ ਥਾਲੀ 'ਚ ਖਾਧਾ ਉਸੇ 'ਚ ਸੇਕ, ਜਿੱਥੋਂ ਤੂੰ ਰਾੜਾ ਸਾਹਿਬ ਤੋਂ, ਜਿਹਦੀ ਸਿੱਧ ਸਰ ਭੀਖੀ ਤੋਂ ਜਿੱਥੋਂ ਤੂੰ ਤੁਰਿਆ ਸੀਗਾ, ਤੂੰ ਉਹਨਾਂ ਦੇ ਵੀ ਖਿਲਾਫ ਹਾਂ। ਅਤੇ ਜਿਹੜੇ ਕਦੇ ਬਾਬੇ ਕਰਮ ਸਿੰਘ ਦੀਆਂ ਤੂੰ ਧਾਰਨਾ ਰੋ ਰੋ ਕੇ ਪਰਨਾ ਗਿੱਲਾ ਕਰ ਦਿੰਦਾ ਸੀ, ਮੈਨੂੰ ਪੈਂਦੇ ਆ ਭੁਲੇਖੇ, ਅੱਜ ਤੇਰੀ ਨੀਲੀ ਕਾਰ ਦੇ, ਅੱਜ ਉਹ ਨੀਲੀ ਕਾਰ ਤੂੰ ਤਾਂ ਉਹਨਾਂ ਦਾ ਨਹੀਂ ਬਣਿਆ। ਕਦੇ ਤੈਨੂੰ ਬਾਬਾ ਈਸ਼ਰ ਸਿੰਘ ਦਾ ਵਾਜਾ ਕਹਿੰਦਾ ਹੁੰਦਾ ਸਾਂ, ਕਰਦਾ ਮਸਤਾਨੇ ਦੀ ਵੱਜਦਾ ਜਦੋਂ ਵਾਜਾ ਤੇਰਾ, ਹੁਣ ਪਤਾ ਨਾ ਤੂੰ ਕਾਹਦੇ 'ਚ ਮਸਤ ਹੋਇਆ ਫਿਰਦਾ। ਪਰ ਇਹ ਪੰਥ ਦੇ ਵਿੱਚ ਇੱਦਾਂ ਦੀਆਂ ਗੱਲਾਂ ਰਣਜੀਤ ਸਿੰਘ ਨਹੀਂ ਚੱਲਣੀਆਂ। ਗੁਰੂ ਦੇ ਸਿਧਾਂਤ ਦੀ ਗੱਲ, ਗੁਰਬਾਣੀ ਦੀ, ਗੁਰਸਿੱਖੀ ਦੀ ਗੱਲ, ਗੁਰਮਤ ਦੀ ਗੱਲ ਜਿਹੜੀ ਆ ਉਹ ਪੰਥ ਦੇ ਵਿੱਚ ਹੁੰਦੀ ਆਈ ਆ, ਸਦੀਆਂ ਤੋਂ ਹੁੰਦੀ ਆਈ ਆ, ਹੁੰਦੀ ਰਹਿਣੀ ਆ ਅਤੇ ਹੁੰਦੀ ਆ ਰਹੀ ਆ। ਤੂੰ ਵੱਖਰਾਪਣ ਆਪਣਾ ਰੱਖ ਕੇ ਹਮੇਸ਼ਾ ਤੂੰ ਕਹਿੰਦਾ ਕਿ ਮੈਂ ਬਾਬਾ ਨੰਬਰ 1 ਸੀ। ਪਹਿਲੀ ਗੱਲ ਇਹ ਵੀ ਮੈਂ ਦੱਸ ਦਿਆਂ, ਤੈਨੂੰ ਕਿਹਨੇ ਕਿਹਾ ਤੂੰ ਬਾਬਾ? ਇਹੀ ਭੁਲੇਖੇ ਪਾਲੇ ਆ। ਤੂੰ ਕਦੇ ਕਹਿੰਦਾ ਮੈਂ ਸਟਾਰ ਪ੍ਰਚਾਰਕ, ਬਾਬਾ ਨੰਬਰ 1 ਏਅਰਪੋਰਟ ਜਾਮ ਕਰਦੇ, ਤੇਰੇ ਹੁਣ ਨਹੀਂ ਏਅਰਪੋਰਟ ਜਾਮ ਹੁੰਦੇ? ਤੂੰ ਕਰਾ ਕੇ ਦਿਖਾ ਮੈਨੂੰ ਅਮਰੀਕਾ ਦਾ ਏਅਰਪੋਰਟ ਜਾਮ, ਕੈਨੇਡਾ ਦਾ, ਇੰਗਲੈਂਡ ਦਾ, ਇੰਡੀਆ ਦਾ, ਕਰਾ ਕੇ ਦਿੱਲੀ ਦਾ ਏਅਰਪੋਰਟ ਜਾਮ ਕਰਾ ਕੇ ਦਿਖਾ ਦੇ। ਜੇ ਤੂੰ ਇਕੱਠ ਦੀ ਗੱਲ ਕਰਦਾ, ਗੁਰਬਾਣੀ ਸੁਣਾ, ਗੁਰੂ ਦਾ ਇਤਿਹਾਸ ਸੁਣਾ। ਇਕੱਠ ਦਾ, ਇਕੱਠ ਤਾਂ ਸਰਸੇ ਵਾਲੇ ਦਾ ਬਹੁਤ ਹੁੰਦਾ ਸੀਗਾ, ਇਕੱਠ ਤਾਂ ਗਾਉਣ ਵਾਲਿਆਂ ਦੇ ਬਹੁਤ ਹੁੰਦੇ ਆ, ਇਕੱਠ ਤਾਂ ਅਖਾੜਿਆਂ 'ਚ ਬਹੁਤ ਹੁੰਦੇ ਆ, ਇਕੱਠਾਂ ਦੀ ਗੱਲ ਨਹੀਂ ਆ। ਇਕੱਠ ਨੂੰ ਤੂੰ ਆਪਣਾ ਨਾ ਸਮਝ, ਇਹੀ ਤੇਰੀ ਹਉਮੇ ਆ, ਤੂੰ ਸਮਝਦਾ ਇਹ ਮੇਰਾ ਵਾ, ਇਕੱਠ ਤੇਰਾ ਨਹੀਂ ਆ। ਇਹੀ ਗੱਲ ਤੂੰ ਬਰਗਾੜੀ ਆ ਕੇ ਕਹੀ ਸੀਗੇ ਜਦੋਂ ਭੋਗ ਸੀ ਦੋਨਾਂ ਸਿੰਘਾਂ ਦਾ, ਤੂੰ ਕਿਹਾ ਸੀ ਬੇਅਦਬੀ ਤਾਂ ਬੜੇ ਥਾਈਂ ਹੋਈ ਆ, ਪਰ ਆਹ ਜਿਹੜਾ ਇਕੱਠ ਆ ਇਹ ਸਾਡੇ ਕਰਕੇ, ਪ੍ਰਚਾਰਕਾਂ ਕਰਕੇ ਆ, ਇਹ ਪ੍ਰਚਾਰਕਾਂ ਕਰਕੇ ਇਕੱਠ ਹੋਇਆ। ਤੇਰਾ ਤਾਂ ਕੁਛ ਵੀ ਨਹੀਂ ਸੀ ਰਿਹਾ ਜੇ ਅਸੀਂ ਹਉਮੇ ਕਰੀਏ ਇਸ ਗੱਲ ਦੀ, ਤਾਂ ਤੇਰੇ ਨਾਲ ਉੱਥੇ ਕਈ ਅਸੀਂ ਤਾਂ 20-20 ਕਿਲੋਮੀਟਰ ਜਾਮ ਕਰਤਾ ਸੀ ਬਰਗਾੜੀ। ਬਰਗਾੜੀ ਤਾਂ 20-20 ਕਿਲੋਮੀਟਰ ਜਾਮ ਹੋ ਗਿਆ ਸੀ ਮੋਰਚੇ ਵੇਲੇ, ਅਤੇ ਅਸੀਂ ਕਹੀਏ ਜੇ ਸਾਡਾ ਹਉਮੇ ਕਰੀਏ, ਪਰ ਨਹੀਂ, ਉਹ ਸਾਡਾ ਨਹੀਂ, ਉਹ ਗੁਰੂ ਗ੍ਰੰਥ ਸਾਹਿਬ ਕਰਕੇ ਕੱਟ ਸੀ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਰੋਸ ਵਜੋਂ ਕੱਟ ਸੀਗਾ। ਆਪਾਂ ਸਾਰੇ ਗੁਰੂ ਕਰਕੇ ਹਾਂ, ਸਾਡੇ ਕਰਕੇ ਗੁਰੂ ਨਹੀਂ ਹਾਂ, ਆਪਾਂ ਗੁਰੂ ਕਰਕੇ ਹਾਂ, ਇਹ ਤੈਨੂੰ ਸਮਝਣਾ ਚਾਹੀਦਾ। ਅਤੇ ਇਹ ਵਿਚਾਰਧਾਰਾ ਲੈ ਕੇ ਚੱਲ, ਬਾਕੀ ਤੇਰੇ ਸਮੇਂ ਦੀ ਮੈਂ ਉਡੀਕ ਕਰੂੰਗਾ ਕਿ ਤੂੰ ਸਮਾਂ ਕਦੋਂ ਰੱਖਦਾ ਟੀਵੀ ਚੈਨਲ ਦੇ ਉੱਤੇ, ਪਰ ਤੈਅ ਕਰਕੇ ਰੱਖੀ, ਸਮਾਂ ਬਣਾ ਕੇ ਰੱਖੀ ਕਿ ਕਦੋਂ ਆਪਾਂ ਨੇ ਜਿਹੜੀ ਆ ਵਿਚਾਰ ਉੱਥੇ ਕਰਨੀ ਆ। ਸਾਰੀਆਂ ਗੱਲਾਂ ਜਿਹੜੀਆਂ ਮੁੱਕ ਜਾਣਗੀਆਂ, ਆਪਾਂ ਵਿਚਾਰ ਜਿਹੜੀਆਂ ਉੱਥੇ ਕਰ ਲਵਾਂਗੇ। ਅਤੇ ਸਾਰੀਆਂ ਸੰਗਤਾਂ ਨੂੰ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਜਿਹੜੇ ਮਾਈ ਭਾਈ ਨੂੰ ਗੁੰਮਰਾਹ ਕੀਤਾ ਜਾ ਰਿਹਾ ਇਸ ਤਰ੍ਹਾਂ ਦੀਆਂ ਗੱਲਾਂ ਕਰਕੇ ਕਿ ਮੈਂ ਨੌਜਵਾਨਾਂ ਨੂੰ ਇਸ ਤਰ੍ਹਾਂ, ਨੌਜਵਾਨ ਟੁੱਟ ਗਏ ਜੀ, ਨੌਜਵਾਨ ਤੁਰਦੇ ਨਹੀਂ, ਨੌਜਵਾਨ ਦੇ ਅੱਜ ਵੀ ਦਰਬਾਰ ਸਾਹਿਬ ਜਾਂ ਲਾਈਨਾਂ ਲੱਗੀਆਂ ਪਈਆਂ, ਅਨੰਦਪੁਰ ਸਾਹਿਬ ਜਾਂ ਲਾਈਨਾਂ ਲੱਗੀਆਂ ਪਈਆਂ, ਨੌਜਵਾਨ ਦਰਸ਼ਨ ਇਸ਼ਨਾਨ ਕਰਨ ਵਾਸਤੇ ਜਾਂਦੇ ਆ, ਨੌਜਵਾਨ ਅੱਜ ਵੀ ਕੋਈ ਗੁਰੂ ਦੀ ਗੱਲ ਹੋਵੇ ਹਰ ਜਗ੍ਹਾ 'ਤੇ ਖੜ੍ਹੇ ਆ। ਤੂੰ ਸਮਝਦਾ ਬਸ ਉਹ ਜਿਵੇਂ ਆਪ ਮਰੇ ਜੱਗ ਪਰਲੋ, ਵੀ ਤੂੰ ਸਮਝਦਾ ਸਾਰਾ ਕੁਝ ਤੇਰੇ ਨਾਲ ਹੈ, ਭੁਲੇਖਾ ਮਨ 'ਚੋਂ ਕੱਢ ਦੇ। ਸਾਰੀਆਂ ਸੰਗਤਾਂ ਦਾ ਧੰਨਵਾਦ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਸ਼ ਵਿਦੇਸ਼ ਵਿੱਚ ਵੱਸਦੀਆਂ ਸਮੂਹ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਨੂੰ ਦਾਸ ਵੱਲੋਂ ਸਤਿਕਾਰ ਸਹਿਤ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਦੁਆਰਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਖੇ ਸਾਲਾਨਾ ਸਮਾਗਮ ਸੀ, 21 ਲੋੜਵੰਦ ਪਰਿਵਾਰਾਂ ਦੀਆਂ ਬੱਚੀਆਂ ਦੇ ਆਨੰਦ ਕਾਰਜ ਸੀ, ਮਹਾਨਗਰ ਕੀਰਤਨ ਸੀ, ਅਤੇ ਉਸ ਸਮਾਗਮ ਦੇ ਵਿੱਚ ਬਿਜੀ ਹੋਣ ਕਰਕੇ
ਮੈਂ ਇਸ ਪਾਸੇ ਬਹੁਤਾ ਧਿਆਨ ਨਹੀਂ ਦੇ ਸਕਿਆ। ਵੈਸੇ ਇੱਕ ਦੋ ਟੀ ਵੀ ਚੈਨਲਾਂ ਨੇ ਸੰਪਰਕ ਕਰਕੇ ਜਿਹੜਾ ਸੀ ਇਸ 'ਤੇ ਮੇਰੇ ਵਿਚਾਰ ਲੈਣ ਦੀ ਜਿਹੜੀ ਸੀਗੀ ਉਹ ਕੋਸ਼ਿਸ਼ ਕੀਤੀ। ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਜੋਗੇ ਰੱਲੇ ਦੀਵਾਨ ਤੋਂ ਬਾਅਦ ਆਪਣੀ ਜਿਹੜੀ ਕੋਈ ਤਕਰੀਬਨ ਘੰਟੇ ਡੇਢ ਘੰਟੇ ਦੀ ਵੀਡੀਓ ਜਿਹੜੀ ਆ ਉਹ ਵਾਇਰਲ ਕੀਤੀ ਆ, ਔਰ ਜਿਸ ਦੇ ਵਿੱਚ ਉਸਨੇ ਆਪਣੇ ਸਮਾਗਮ ਬੰਦ ਕਰਨ ਦਾ ਐਲਾਨ ਕੀਤਾ। ਵਿਚਾਰ ਚਰਚਾ ਟੀ ਵੀ ਚੈਨਲਾਂ ਦੇ ਉੱਤੇ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ, ਭਾਈ ਅਮਰੀਤ ਸਿੰਘ ਜਨਾਲਾ ਦੇ ਨਾਲ ਕਰਨ ਦਾ ਐਲਾਨ ਕੀਤਾ। ਸਭ ਤੋਂ ਪਹਿਲੀ ਗੱਲ ਤਾਂ ਮੈਂ ਇਹੀ ਕਹਿਣੀ ਚਾਹੁੰਦਾ ਕਿ ਮੈਂ ਇਸ ਤੋਂ ਪਹਿਲਾਂ ਆਪਣੀ ਵੀਡੀਓ ਦੇ ਵਿੱਚ ਕਿਹਾ ਸੀ ਕਿ ਭਾਈ ਰਣਜੀਤ ਸਿੰਘ ਤੂੰ ਕਹਿੰਦਾ ਕਿ ਪੈਰਾਂ 'ਚ ਨਹੀਂ ਬੈਠੇ, ਇਹ ਲੋਕ ਪੈਰਾਂ 'ਚ ਬਹਾਉਣਾ ਚਾਹੁੰਦੇ ਆ, ਅਤੇ ਮੈਂ ਤੈਨੂੰ ਕਿਹਾ ਸੀਗਾ ਕਿ ਤੂੰ ਪੈਰਾਂ 'ਚ ਤਾਂ ਤੈਨੂੰ ਕੋਈ ਨਹੀਂ ਬਹਾਉਣਾ ਚਾਹੁੰਦਾ, ਬੜੇ ਸਤਿਕਾਰ ਸਹਿਤ ਵਿਚਾਰ ਕਰਨੀ ਚਾਹੁੰਦੇ ਆ, ਪੁੱਛਣਾ ਚਾਹੁੰਦੇ ਆ ਜਿਹੜੀਆਂ ਗੱਲਾਂ ਬਾਤਾਂ ਤੇਰੇ ਵੱਲੋਂ ਕੀਤੀਆਂ ਜਾ ਰਹੀਆਂ। ਪਰ ਮੈਂ ਕਿਹਾ ਸੀ ਯਾਦ ਰੱਖੀ ਤੂੰ ਪੈਰਾਂ 'ਚ ਨਹੀਂ, ਤੂੰ ਡੂੰਘਾ ਟੋਆ ਪੁੱਟ ਕੇ ਬੈਠੇਗਾ, ਖੱਡੇ 'ਚ ਬੈਠੇਗਾ। ਪਹਿਲੀ ਗੱਲ ਤਾਂ ਇਹ ਆ ਕਿ ਤੂੰ ਜਿਸ ਵਿਚਾਰ ਤੋਂ ਹੁਣ ਤੱਕ ਭੱਜਦਾ ਰਿਹਾ ਹੁਣ ਵਿਚਾਰ 'ਤੇ ਆ ਗਿਆ, ਚਾਹੇ ਉਹ ਗਿਆਨੀ ਹਰਪ੍ਰੀਤ ਸਿੰਘ ਨਾਲ, ਚਾਹੇ ਉਹ ਭਾਈ ਅਮਰੀਕ ਸਿੰਘ ਜਨਾਲਾ ਨਾਲ, ਵਿਚਾਰ ਵਾਲੀ ਗੱਲ 'ਤੇ ਤਾਂ ਤੂੰ ਆ ਗਿਆ। ਦੂਸਰੀ ਗੱਲ, ਮੈਂ ਸਮਝਦਾ ਕਿ ਇਹ ਬਹੁਤ ਵੱਡਾ ਤੂੰ ਸਟੰਟ ਡਰਾਮਾ ਕੀਤਾ ਹੈ ਲੋਕਾਂ ਦੀ ਹਮਦਰਦੀ ਬਟੋਰਨ ਵਾਸਤੇ, ਕਿ ਇਸ ਤਰੀਕੇ ਦੇ ਨਾਲ ਲੋਕਾਂ ਦੀ ਹਮਦਰਦੀ ਮੇਰੇ ਨਾਲ ਸਿਮਤੀ ਜਿਹੜੀ ਆ ਜੁੜ ਜਾਵੇ, ਜੋ ਵੀਡੀਓ ਦੇ ਵਿੱਚ ਵੀ ਵੈਸੇ ਤੋਂ ਬੁੱਧੀਜੀਵੀ ਕਹਿ ਕੇ ਮਿਸ਼ਨਰੀ ਪ੍ਰਚਾਰਕ ਕਹਿ ਕੇ ਬੜੇ ਤਰਲੇ ਲਏ ਆ, ਬੜੇ ਲੋਕਾਂ ਨੂੰ ਵੀ ਕਿਹਾ ਮੇਰੇ ਨਾਲ ਰਿਹੋ। ਜੇ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਕਿ ਜਿਨ੍ਹਾਂ ਨੇ ਕ੍ਰਾਂਤੀ ਲਿਆਂਦੀ, ਤਬਦੀਲੀ ਲਿਆਂਦੀ, ਮੈਨੂੰ ਇਤਿਹਾਸ ਦੇ ਵਿੱਚ ਐਸਾ ਕੋਈ ਸਾਧੂ ਸੰਤ ਮਹਾਂਪੁਰਖ ਗੁਰੂ ਪੀਰ ਫਕੀਰ ਐਸਾ ਨਹੀਂ ਮਿਲਿਆ ਜਿਹਨੇ ਲੋਕਾਂ ਅੱਗੇ ਤਰਲੇ ਕੱਢੇ ਹੋਣ, ਦੂਜੇ ਸਾਧੂ ਸੰਤਾਂ ਜਾਂ ਪ੍ਰਚਾਰਕਾਂ ਅੱਗੇ ਤਰਲੇ ਕੱਢੇ ਹੋਣ ਕਿ ਤੁਸੀਂ ਮੇਰੇ ਨਾਲ ਰਹੋ, ਤੁਸੀਂ ਮੇਰਾ ਸਾਥ ਦਿਓ, ਔਰ ਜਿਸ ਤਰੀਕੇ ਨਾਲ ਗਿੜਗਿੜਾ ਕੇ ਤਰਲੇ ਤੈਂ ਕੱਢੇ ਆ ਉਹ ਸਾਰੀ ਦੁਨੀਆ ਨੇ ਸੁਣੇ ਆ। ਜੇ ਵਾਕਈ ਤੂੰ ਤਬਦੀਲੀ ਲਿਆਉਣੀ ਚਾਹੁੰਦਾ ਕੋਈ, ਤੈਨੂੰ ਤੇਰੇ ਕਹਿਣ ਅਨੁਸਾਰ ਅਸੀਂ ਤਾਂ ਨਹੀਂ ਮੰਨਦੇ, ਪਰ ਫਿਰ ਪਰਮੇਸ਼ੁਰ ਦੁਆਰ ਦੀ ਕੀ ਲੋੜ ਆ, ਪਰ ਗੱਡੀਆਂ ਕਾਰਾਂ ਦੀ ਕੀ ਲੋੜ ਆ, ਫਿਰ ਚੱਕ ਖੇਸ ਜਾਂ ਲੋਈ ਮੋਢੇ 'ਤੇ ਰੱਖ ਅਤੇ ਤੁਰ ਪਾ, ਫਿਰ ਪੁਲਿਸ ਪ੍ਰੋਟੈਕਸ਼ਨ ਦੀ ਕੀ ਲੋੜ ਆ, ਤੁਰ ਪਾ। ਕ੍ਰਾਂਤੀਕਾਰੀਆਂ ਨੇ ਕਦੇ ਪਰਵਾਹ ਨਹੀਂ ਕੀਤੀ, ਉਹਨਾਂ ਨੇ ਫੋਰਸਾਂ ਨਹੀਂ ਰੱਖੀਆਂ, ਜਿਨ੍ਹਾਂ ਤਬਦੀਲੀਆਂ ਲਿਆਂਦੀਆਂ ਉਹ ਤੱਤੀਆਂ ਤਵੀਆਂ 'ਤੇ ਬੈਠੇ, ਉਹਨਾਂ ਚਾਂਦਨੀ ਚੌਂਕ 'ਚ ਸੀਸ ਕਟਾਇਆ, ਉਹ ਨੀਹਾਂ 'ਚ ਚਿਣੇ ਗਏ, ਉਹਨਾਂ ਨੇ ਇਸ ਤਰ੍ਹਾਂ ਸਰਕਾਰਾਂ ਕੋਲ ਤਰਲੇ ਨਹੀਂ ਕੀਤੇ ਕਿ ਸਾਡੇ ਪ੍ਰੋਗਰਾਮ ਕਰਾਓ ਜਾਂ ਸਾਨੂੰ ਸੁਰੱਖਿਆ ਦਿਓ। ਮੈਂ ਇੱਕ ਗੱਲ ਕਹਿਣੀ ਚਾਹੁੰਦਾ ਕਿ ਤੂੰ, ਮੈਂ ਉਹੀ ਲਫ਼ਜ਼ ਵਰਤ ਸਕਦਾ ਜਿਹੜਾ ਸ਼ਬਦ ਤੂੰ ਆਪਣੀ ਵੀਡੀਓ ਦੇ ਵਿੱਚ ਵਰਤਿਆ ਕਿ ਦਾਦੂ ਵਾਲ ਕਿਹੜੀ ਏਜੰਸੀ ਜਿਹੜੀ ਸਾਨੂੰ ਇੰਨਾ ਕੁਛ ਦੇ ਦੂਗੀ। ਅੱਜ ਤੱਕ ਜਿਹੜਾ ਕੁਛ ਤੇਰੇ ਕੋਲ ਆ ਉਹ, ਜੋ ਤੂੰ 15 ਸਾਲ ਜਿਹਨੂੰ ਤੂੰ ਕਹਿੰਦਾ ਕਿ ਮੈਂ ਝੂਠ ਬੋਲਿਆ, ਗੱਪਾਂ ਮਾਰੀਆਂ, ਉਹਦੇ ਕਰਕੇ ਇਕੱਠਾ ਕੀਤਾ, ਉਹਦੇ ਨਾਲ ਪਰਮੇਸ਼ੁਰ ਦੁਆਰ ਬਣਿਆ, ਉਹਦੇ ਨਾਲ ਸਾਧਨ ਆਏ, ਤੂੰ ਕਹਿ ਰਿਹਾ ਇਹ ਚਸਕਾ ਬੜਾ ਔਖਾ ਛੱਡਣਾ, ਪੁਜਾਰੀ ਛੱਡਦੇ ਨਹੀਂ, ਮੈਨੂੰ ਤੂੰ ਇੱਕ ਗੱਲ ਦੱਸ ਵੀ ਪੁਜਾਰੀ ਜਿਨ੍ਹਾਂ ਨੂੰ ਤੂੰ ਪੁਜਾਰੀ ਕਹਿੰਦਾ, ਜਿਹੜੇ ਡੇਰੇਦਾਰ ਸੰਤ ਮਹਾਤਮਾ ਨੂੰ, ਉਹਨਾਂ ਨਾਲੋਂ ਤੇਰਾ ਫਰਕ ਕੀ ਹੈ, ਕੀ ਤੇਰੇ ਰਹਿਣ ਸਹਿਣ ਦਾ ਫਰਕ ਆ ਉਹਨਾਂ ਨਾਲੋਂ, ਤੇਰੇ ਆਉਣ ਜਾਣ ਦਾ ਫਰਕ ਆ, ਜਾਂ ਤੇਰੀ ਉਪਜੀਵਿਕਾ ਦਾ ਫਰਕ ਆ। ਜੇ ਉਹ ਸਾਧੂ ਸੰਤ, ਜੇ ਉਹ ਪ੍ਰਚਾਰਕ ਜਾਂ ਉਹ ਡੇਰੇਦਾਰ
ਲੋਕਾਂ ਦੇ ਚੜਾਵੇ ਦੇ ਉੱਤੇ ਆਪਣਾ ਗੁਜ਼ਰ ਬਸਰ ਕਰਦੇ ਤੇਰੇ ਕਹਿਣ ਅਨੁਸਾਰ, ਤਾਂ ਮੈਨੂੰ ਤੂੰ ਦੱਸ ਦੇ ਵੀ ਤੇਰੇ ਫਾਰਮ ਹਾਊਸ ਕਿੱਥੇ ਆ, ਖਾਨਦਾਨੀ ਤੇਰੀਆਂ ਫੈਕਟਰੀਆਂ ਕਿੱਥੇ ਆ ਜਿਨ੍ਹਾਂ ਦਾ ਤੈਨੂੰ ਪੈਸਾ ਆਉਂਦਾ ਅਤੇ ਤੂੰ ਚੱਲਦਾ। ਔਰ ਮੈਂ ਉਹ ਵੀ ਲਫ਼ਜ਼ ਵਰਤ ਸਕਦਾ ਜਿੱਦਾਂ ਤੂੰ ਵਰਤਿਆ, ਮੈਂ ਵੀ ਕਹਿ ਸਕਦਾ ਕਿ ਢੱਡਰੀ, ਜਿਵੇਂ ਤੂੰ ਕਿਹਾ ਦਾਦੂ ਵਾਲ, ਮੈਂ ਕਹਿ ਸਕਦਾ ਢੱਡਰੀ ਤੇਰੀਆਂ ਫੈਕਟਰੀਆਂ ਕਿੱਥੇ ਆ, ਤੇਰੇ ਫਾਰਮ ਹਾਊਸ ਕਿੱਥੇ ਆ, ਤੇਰਾ ਉਹਨਾਂ ਨਾਲੋਂ ਫਰਕ ਕੀ ਆ। ਜੇ ਵਾਕਿਆ ਤੋਂ ਕਹਿੰਦਾ ਮੈਂ 15 ਸਾਲ ਗੱਪ ਕਹਾਣੀਆਂ ਸੁਣਾਈਆਂ ਉਸ ਪ੍ਰਜਾਤ ਨਾਲੋਂ, ਤੂੰ ਅੱਜ ਪਾਸੇ ਨਿਕਲਿਆ, ਤੂੰ ਕਿਹਾ ਮੈਂ ਸਾਧ ਬਾਬਿਆਂ 'ਚੋਂ ਨਿਕਲ ਕੇ ਆਇਆ, ਛੱਡਿਆ ਤੂੰ ਉਹ ਸਾਰਾ ਕੁਝ ਸਾਧ ਬਾਬਿਆਂ ਵਾਲਾ, ਜਿਹੜਾ ਕੋਈ ਤੂੰ ਕਹਿੰਦਾ ਮੈਂ ਸਾਧ ਬਾਬਿਆਂ 'ਚੋਂ ਨਿਕਲ ਕੇ ਇਹਨਾਂ ਵੱਲ ਆਇਆ ਦੂਜੇ ਪ੍ਰਚਾਰਕਾਂ ਵੱਲ ਵੇਖ ਕੇ। ਪਹਿਲੀ ਗੱਲ ਤਾਂ ਤੇਰੀ ਇਹੀ ਗੱਲ ਗਲਤ ਆ, ਤੂੰ ਕਿਹਾ ਕਿ ਮੈਂ ਉਹਨਾਂ ਵੱਲ ਵੇਖ ਕੇ ਅਤੇ ਉਹ ਅੱਜ ਮੇਰੇ ਨਾਲ ਨਹੀਂ ਖੜ ਰਹੇ, ਪਹਿਲੀ ਤਾਂ ਤੇਰੀ ਇਹੀ ਗਲਤੀ ਆ। ਤੈਨੂੰ ਕੋਈ ਗੁਰੂ ਸਾਹਿਬ ਨੇ ਗਿਆਨ ਨਹੀਂ ਬਖਸ਼ਿਆ, ਗੁਰੂ ਦਾ ਗਿਆਨ ਲੈ ਕੇ ਤੂੰ ਆਪਣੀ ਲੀਕ ਜਿਹੜੀ ਲਾਈਨ ਆ ਵੱਖਰੀ ਨਹੀਂ ਖਿੱਚੀ, ਤੂੰ ਤਾਂ ਆਪ ਕਹਿ ਰਿਹਾ ਤੂੰ ਉਹਨਾਂ ਵੱਲ ਵੇਖ ਕੇ, ਉਹਨਾਂ ਕਥਾਵਾਚਕਾਂ, ਉਹਨਾਂ ਪ੍ਰਚਾਰਕਾਂ ਜਾਂ ਉਹਨਾਂ ਬੁੱਧੀਜੀਵੀਆਂ ਜਾਂ ਮਿਸ਼ਨਰੀਆਂ ਵੱਲ ਵੇਖ ਕੇ ਪਾਸੇ ਆਇਆ ਜਿਹੜੇ ਅੱਜ ਤੇਰੇ ਨਾਲ ਨਹੀਂ ਖੜ ਰਹੇ, ਜਿਨ੍ਹਾਂ ਨੂੰ ਤੂੰ ਤਰਲੇ ਕੱਢ ਰਿਹਾ, ਜਿਨ੍ਹਾਂ ਅੱਗੇ ਤੂੰ ਗਿੜਗਿੜਾ ਰਿਹਾ, ਜਿਨ੍ਹਾਂ ਨੂੰ ਤੂੰ ਦੱਸ ਰਿਹਾ ਕਿ ਤੁਹਾਡੇ ਨੱਕ ਭੰਨ ਤੇ ਉਹਨਾਂ ਨੇ ਤੁਹਾਨੂੰ ਐਂ ਕਰ ਦਿੱਤਾ, ਉਹ ਕਰ ਦਿੱਤਾ, ਤੁਸੀਂ ਅੱਜ ਵੀ ਉਹਨਾਂ ਨਾਲ ਜਾ ਖੜੇ ਹੋਏ ਹੋ ਸਟੇਜਾਂ ਬਚਾਉਣ ਵਾਸਤੇ। ਮੈਂ ਸਟੇਜਾਂ ਨਹੀਂ ਬਚਾਉਣੀਆਂ, ਮੈਂ ਇੱਕ ਗੱਲ ਕਹਿਣੀ ਚਾਹੁੰਦਾ ਕਿ ਤੂੰ ਉਹਨਾਂ 'ਚੋਂ ਨਿਕਲ ਕਿਵੇਂ ਆਇਆ। ਤੂੰ ਕਹਿੰਦਾ ਮੈਂ ਉਹਨਾਂ ਸਾਧ ਬਾਬਿਆਂ 'ਚੋਂ ਨਿਕਲਿਆ, ਕਿਹੜੀ ਗੱਲ ਤੋਂ ਤੂੰ ਨਿਕਲਿਆ? ਕੀ ਇਕੱਲਾ ਭਾਈ ਕਹਾਉਣ ਦੇ ਨਾਲ ਕੋਈ ਨਿਕਲ ਆਉਂਦਾ? ਤੂੰ ਕਹਿੰਦਾ ਮੈਂ ਭਾਈ ਕਿਹਾ, ਸੰਤ ਬਾਬਾ ਨਾ ਕਹੋ, ਇਹ ਕਹਾਉਂਦੇ ਆ ਤਾਂ ਲੋਕ ਕਹਿੰਦੇ ਆ, ਤੂੰ ਤਾਂ ਛੋਟੇ ਇਕੱਠ 'ਚ ਕਿਹਾ ਹੋਊ, ਮੈਂ ਤਾਂ ਲੱਖਾਂ ਦੇ ਇਕੱਠ ਵਿੱਚ ਕਿਹਾ ਸੀਗਾ 10 ਨਵੰਬਰ 2015 ਨੂੰ ਸਰਬੱਤ ਖਾਲਸਾ ਚੱਬਾ ਦੀ ਧਰਤੀ 'ਤੇ। ਔਰ ਇੱਥੋਂ ਤੱਕ ਕਿ ਪ੍ਰਬੰਧਕਾਂ ਨੂੰ ਵੀ ਨਹੀਂ ਸੀ ਪਤਾ ਕਿ ਮੈਂ ਸਟੇਜ 'ਤੇ ਕੀ ਕਹਿਣਾ, ਜਿਹੜੇ ਪ੍ਰਬੰਧਕ ਸਨ ਔਰਗੇਨਾਈਜ਼ਰ ਸਨ ਉਹਨਾਂ ਨੂੰ ਵੀ ਨਹੀਂ ਪਤਾ ਸੀ ਕਿ ਮੈਂ ਕੀ ਕਹਿਣਾ। ਅੱਜ ਵੀ ਉਹ ਗੁਰੂ ਸਾਹਿਬ ਦੀ ਹਜ਼ੂਰੀ 'ਚ ਇਹ ਗੱਲ ਤੈਨੂੰ ਦੱਸ ਸਕਦੇ ਆ, ਮੈਂ ਗੁਰੂ ਸਾਹਿਬ ਦੀ ਹਜ਼ੂਰੀ 'ਚ ਤੈਨੂੰ ਅੱਜ ਵੀ ਮੈਂ ਹਾਜ਼ਰ ਨਾਜ਼ਰ ਗੁਰੂ ਸਾਹਿਬ ਨੂੰ ਜਾਣ ਕੇ ਕਹਿ ਰਿਹਾ, ਮੈਂ ਦੱਸ ਸਕਦਾ ਔਰ ਤੈਨੂੰ ਦੱਸ ਰਿਹਾ ਕਿ ਮੈਂ ਵੀ ਉੱਥੇ ਕਿਹਾ ਸੀ ਭਾਈ ਮੈਨੂੰ ਸੰਤ ਬਾਬਾ ਨਾ ਕਹੋ, ਮੈਨੂੰ ਭਾਈ ਕਹਿ ਲਿਆ ਕਰੋ, ਭਾਈ ਸ਼ਬਦ ਛੋਟਾ ਨਹੀਂ, ਭਾਈ ਗੁਰੂ ਸਾਹਿਬ ਨੇ ਬਖਸ਼ਿਆ, ਸੰਤ ਮਹਾਤਮਾ ਦਾ ਅਸੀਂ ਸਤਿਕਾਰ ਕਰਦੇ ਹਾਂ, ਪਰ ਮੈਨੂੰ ਅੱਜ ਵੀ ਕਈ ਸਟੇਜਾਂ ਦੇ ਉੱਤੇ ਭਾਵੇਂ ਸਰਬੱਤ ਖਾਲਸਾ ਨੇ ਮੈਨੂੰ ਵੱਡੀਆਂ ਸੇਵਾਵਾਂ ਬਖਸ਼ ਦਿੱਤੀਆਂ, ਅੱਜ ਵੀ ਮੈਨੂੰ ਕਈ ਸਟੇਜਾਂ ਦੇ ਉੱਤੇ ਸੰਤ ਬਾਬਾ ਕਹਿ ਦਿੰਦੇ, ਕਈਆਂ ਨੂੰ ਬੇਨਤੀ ਕਰੀ ਦੀ ਹੈ ਭਾਈ ਬਲਜੀਤ ਸਿੰਘ ਕਹਿ ਦਿਓ, ਸੰਤ ਬਾਬਾ ਨਾ ਕਹੋ। ਪਰ ਜੇ ਤੇਰੇ ਕਹਿਣ ਅਨੁਸਾਰ ਕਿ ਸੰਤ ਬਾਬਾ ਕਹਾਇਆ ਜਾਂਦਾ, ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੇ ਵੀ ਕਦੇ ਨਹੀਂ ਸੀ ਕਿਹਾ ਵੀ ਮੈਨੂੰ ਸੰਤ ਬਾਬਾ ਕਹੋ, ਉਹਨਾਂ ਨੂੰ ਸੰਗਤਾਂ ਕਹਿੰਦੀਆਂ, ਸਾਧੂ ਸੰਤ ਮਹਾਤਮਾ ਇੰਨੇ ਹੋਏ ਸਾਡੇ ਸਤਿਕਾਰਯੋਗ ਆ। ਚਲੋ ਮੈਂ ਇਸ ਪਾਸੇ ਬਹੁਤਾ ਟਾਈਮ ਨਾ ਲਾਵਾਂ, ਪਹਿਲੀ ਗੱਲ ਤਾਂ ਇਹ ਹੈ ਕਿ ਜਿਨ੍ਹਾਂ ਨੂੰ ਤੂੰ ਪੁਜਾਰੀ ਕਹਿੰਦਾ ਤੇਰਾ ਉਹਨਾਂ ਨਾਲੋਂ ਕੋਈ ਫਰਕ ਨਹੀਂ ਹੈ, ਰਹਿਣ ਸਹਿਣ ਦਾ, ਆਉਣ ਜਾਣ ਦਾ, ਉਪਜੀਵਿਕਾ ਦਾ। ਜੇ ਉਹਨਾਂ ਦੇ ਕੋਈ ਫਾਰਮ ਹਾਊਸ ਨਹੀਂ, ਫੈਕਟਰੀਆਂ ਨਹੀਂ, ਉਹ ਸੰਗਤ ਦੇ ਚੜਾਵੇ ਨਾਲ ਚੱਲਦੇ ਆਉਂਦੇ, ਸੰਗਤਾਂ ਪੂਜਾ ਭੇਟ ਕਰਦੀਆਂ ਸਤਿਕਾਰ ਨਾਲ, ਅਤੇ ਉਹੀ ਕੰਮ ਤੇਰਾ ਵਾ, ਤੇਰੇ ਕੋਲ ਵੀ ਪੈਸਾ ਇਸੇ ਤਰ੍ਹਾਂ ਆਉਂਦਾ। ਸਵਾਦ ਤਾਂ ਸੀ ਜਿਹੜੀਆਂ ਜਿਨ੍ਹਾਂ ਨੂੰ ਤੂੰ ਗੱਪ ਕਹਾਣੀਆਂ ਕਿਹਾ, ਉਸ ਨੂੰ ਛੱਡ ਕੇ ਪਰਮੇਸ਼ਰ ਦੁਆਰ ਨੂੰ ਤੂੰ ਮੋਢੇ 'ਤੇ ਖੇਸ ਰੱਖ ਕੇ ਉੱਥੋਂ ਨਿਕਲਦਾ ਅਤੇ ਤੁਰ ਪੈਂਦਾ ਸੰਗਤਾਂ ਨੂੰ ਮੈਂ ਸੁਧਾਰਨ ਵਾਸਤੇ ਚੱਲਿਆ, ਮੈਂ ਤਬਦੀਲੀ ਲਿਆਉਣ ਚੱਲਿਆ, ਮੈਂ ਕ੍ਰਾਂਤੀ ਲਿਆਉਣ ਚੱਲਿਆ, ਔਰ ਮੈਂ ਲੋਕ ਇਹਨਾਂ ਨੌਜਵਾਨਾਂ ਦੇ ਦਿਮਾਗ ਵਿੱਚੋਂ ਜਿਹੜਾ ਹੈ ਉਹ ਗੱਪ ਕਹਾਣੀਆਂ ਕੱਢਣ ਚੱਲਿਆ, ਮੈਂ ਸਹੀ ਗੱਲ ਲੋਕਾਂ ਨੂੰ ਦੱਸਣੀ ਹੈ, ਫਿਰ ਅਸੀਂ ਇਹ ਗੱਲ ਨੂੰ ਮੰਨ ਲੈਂਦੇ।
ਦੂਸਰਾ ਤੂੰ ਇੱਕ ਗੱਲ ਕਹੀ ਹੈ, ਕਹਿੰਦਾ ਕਿ ਮੈਂ ਗਿਆਨੀ ਹਰਪ੍ਰੀਤ ਸਿੰਘ ਨਾਲ ਵਿਚਾਰ ਕਰੂੰ, ਅਮਰੀਕ ਸਿੰਘ ਜਨਾਲਾ ਨਾਲ ਕਰੂੰ, ਹਰੇਕ ਹੀ ਮਾਮੇ ਬਣ ਜਾਂਦੇ, ਹਰੇਕ ਨਾਲ ਵਿਚਾਰ ਨਹੀਂ ਕਰਨੀ। ਹੁਣ ਤੇਰੀ ਭਾਸ਼ਾ 'ਚ ਮੈਂ ਕਹਿ ਸਕਦਾ ਜਿਵੇਂ ਤੂੰ ਕਿਹਾ ਵੀ ਮਾਮੇ ਨਾ ਬਣ ਜਿਓ ਮੇਰੇ, ਮੈਂ ਇਹੀ ਗੱਲ ਤੈਨੂੰ ਕਹਿਣੀ ਚਾਹੁੰਦਾ ਕਿ ਦੇਖ ਢੱਡਰੀ ਤੇਰੀ ਵਾਲੀ ਭਾਸ਼ਾ, ਕਿਉਂਕਿ ਤੂੰ ਵਰਤੀ ਹੈ, ਮੈਂ ਪਹਿਲਾਂ ਬੜੇ ਸਤਿਕਾਰ ਨਾਲ ਭਾਸ਼ਾ ਵਰਤੀ ਹੈ, ਪਹਿਲੀਆਂ ਵੀਡੀਓ ਮੇਰੀਆਂ ਸੁਣੀਆਂ ਜਾ ਸਕਦੀਆਂ ਨੇ। ਮੈਂ ਇੱਕ ਗੱਲ ਕਹਿਣੀ ਚਾਹੁੰਦਾ ਤੈਨੂੰ, ਤੇਰੀ ਭਾਸ਼ਾ ਦੇ ਅੰਦਰ ਤੈਨੂੰ ਉਹ ਸਾਰੇ ਕਹਿ ਸਕਦੇ ਵੀ ਜਦੋਂ ਤੂੰ ਹਰੇਕ ਦਾ ਸਾਲਾ ਬਣ ਜਾਂਦਾ, ਕਦੇ ਨਾਨਕਸਰ 'ਤੇ ਟਿੱਪਣੀ, ਕਦੇ ਦਮਦਮੀ ਟਕਸਾਲ 'ਤੇ ਟਿੱਪਣੀ, ਕਦੇ ਰਾੜਾ ਸਾਹਿਬ 'ਤੇ ਟਿੱਪਣੀ, ਕਦੇ ਕਾਰ ਸੇਵਾ 'ਤੇ ਟਿੱਪਣੀ, ਜਦੋਂ ਤੂੰ ਸਾਰਿਆਂ 'ਤੇ ਟਿੱਪਣੀਆਂ ਕਰਦੇ ਤਾਂ ਸਾਰਿਆਂ ਨੂੰ ਹੱਕ ਆ, ਉਹ ਸਾਰੇ ਕਹਿ ਸਕਦੇ ਵੀ ਸਾਡੇ ਨਾਲ ਬਹਿ ਕੇ ਗੱਲਬਾਤ ਕਰ ਲਾ, ਵਿਚਾਰ ਕਰ ਲਾ। ਜਦੋਂ ਤੂੰ ਸਾਰਿਆਂ 'ਤੇ ਟਿੱਪਣੀ ਕਰੂੰਗਾ, ਤੂੰ ਸਾਰਿਆਂ ਦਾ ਸਾਲਾ ਬਣੂੰਗਾ, ਤਾਂ ਉਹ ਤੇਰੇ ਨਾਲ ਵਿਚਾਰ ਕਰ ਸਕਦੇ ਆ। ਜਦੋਂ ਤੂੰ ਇਹ ਗੱਲ ਕਹੇਗਾ ਤਾਂ ਤੇਰੀ ਭਾਸ਼ਾ ਅੰਦਰ ਤੂੰ ਕਹਿ ਰਿਹਾ ਵੀ ਮਾਮੇ ਨਾ ਬਣ ਜਾਇਓ। ਮੈਂ ਇੱਕ ਗੱਲ ਕਹਿਣੀ ਚਾਹੁੰਦਾ, ਵਿਚਾਰਾਂ ਹੋਰ ਵੀ ਚੱਲਣਗੀਆਂ, ਵੀਡੀਓ ਬਣਨਗੀਆਂ, ਤੂੰ ਵੀ ਬਣਾਏਗਾ ਵਿਚਾਰ ਚਰਚਾ, ਥੋੜ੍ਹਾ ਜਿਹਾ ਭਾਸ਼ਾ ਨੂੰ ਸੰਕੋਚ ਕਰ, ਨਹੀਂ ਤਾਂ ਜਿਹੜੀ ਭਾਸ਼ਾ ਵਰਤੇਗਾ ਉਸੇ 'ਚ ਤੈਨੂੰ ਜਵਾਬ ਮਿਲੂਗਾ, ਟਿਟ ਫੋਰ ਟੈਟ ਹੋਊਗਾ, ਸਾਰੇ ਤੈਨੂੰ ਉਸ ਤਰ੍ਹਾਂ ਦੀ ਭਾਸ਼ਾ ਜਿਹੜੀ ਆ ਤੇਰੇ ਵਾਸਤੇ ਵਰਤਣਗੇ। ਅਜੇ ਤਾਂ ਆਮ ਲੋਕ ਵਰਤਦੇ ਫੇਸਬੁੱਕ 'ਤੇ ਵਰਤਦੇ ਆ, ਜਾਂ ਵਟਸਐਪ 'ਤੇ ਵਰਤਦੇ ਆ, ਜਾਂ ਹੋਰ ਇੰਟਰਨੈਟ 'ਤੇ ਕਿਤੇ ਵਰਤਦੇ ਆ, ਫਿਰ ਆਮੋ ਸਾਹਮਣੀ ਭਾਸ਼ਾ ਵੀ ਇਹ ਚੱਲ ਪਊਗੀ, ਔਰ ਇਸਦੀ ਸ਼ੁਰੂਆਤ ਵੀ ਤੂੰ ਕਰ ਰਿਹਾ। ਜਿਵੇਂ ਮੈਂ ਤੈਨੂੰ ਪਹਿਲਾਂ ਵੀ ਕਿਹਾ ਸੀਗਾ, ਜਦ ਤੇਰੇ 'ਤੇ ਹਮਲਾ ਹੋਇਆ, ਗਲਤ ਹੋਇਆ, ਅਸੀਂ ਉਹਦੀ ਨਿੰਦਾ ਕੀਤੀ, ਸਭ ਤੋਂ ਪਹਿਲਾਂ ਅਸੀਂ ਹਸਪਤਾਲ ਗਏ, ਪਰ ਉਹ ਤੇਰਾ ਕੰਮ ਸ਼ੁਰੂਆਤ ਕੀਤਾ ਸੀਗਾ। ਤੂੰ ਟਕਸਾਲ ਦੀ ਪੱਗ ਨੂੰ ਲੀਰਾਂ ਲੀਰਾਂ ਦੱਸ ਰਿਹਾ ਸੀਗਾ, ਤੂੰ ਸ਼ੁਰੂਆਤ ਕੀਤੀ ਸੀ ਤਾਂ ਤੇਰੇ 'ਤੇ ਹਮਲਾ ਹੋਇਆ, ਪਰ ਅਸੀਂ ਫਿਰ ਵੀ ਉਸ ਹਮਲੇ ਨੂੰ ਡਿਫੈਂਡ ਨਹੀਂ ਕੀਤਾ, ਕੰਡੈਮ ਕੀਤਾ। ਅਸੀਂ ਜਦੋਂ DMC ਹਸਪਤਾਲ ਗਏ, ਜਹੇਦਾਰ ਮੰਡ ਸਾਹਿਬ, ਜਹੇਦਾਰ ਅਜਨਾਲਾ ਸਾਹਿਬ ਅਤੇ ਮੈਂ ਗਏ ਸੀਗੇ, ਤਾਂ ਉਸ ਵੇਲੇ ਉੱਥੇ ਜਿਹੜੇ ਅਫਸਰ ਸੀ ਉਹਨਾਂ ਨੇ ਦੱਸਿਆ ਸੀਗਾ ਕਿ ਉਹ ਇੱਥੇ ਨਹੀਂ ਹੈਗਾ, ਉਹ ਕਿਤੇ ਬਸਤਰ ਸਾਫ਼ ਕਰ ਰਿਹਾ ਕਿਸੇ ਦੇ ਘਰੇ, ਅਸੀਂ ਉਸ ਪਾਸੇ ਨਹੀਂ ਬਹੁਤਾ ਵਿਸਤਾਰ 'ਚ ਜਾਣਾ ਚਾਹੁੰਦੇ। ਤੂੰ ਕਹਿੰਦਾ ਮੇਰੇ ਨਾਲ ਨਹੀਂ ਕੋਈ ਖੜਾ, ਭੋਗ ਦੇ ਉੱਤੇ ਵੀ ਜਾ ਕੇ ਤੇਰੇ ਨਾਲ ਖੜੇ ਸੀ ਉੱਥੇ, ਭਾਵੇਂ ਅਸੀਂ ਦਮਦਮੀ ਟਕਸਾਲ 'ਚ ਵਿੱਦਿਆ ਪ੍ਰਾਪਤ ਕੀਤੀ, ਦਮਦਮੀ ਟਕਸਾਲ ਦਾ, ਦਮਦਮੀ ਟਕਸਾਲ ਦੇ ਮਹਾਂਪੁਰਸ਼ਾਂ ਦਾ ਸਤਿਕਾਰ ਕਰਦੇ, ਕਿਸੇ ਨਾਲ ਮਤਭੇਦ ਵੀ ਹੋ ਸਕਦੇ, ਅੱਜ ਕਿਸੇ ਵਿਦਿਆਰਥੀ ਕਿਸੇ ਗਿਆਨੀ ਨਾਲ ਮਤਭੇਦ ਵੀ ਹੋ ਸਕਦੇ ਆ, ਜਿੰਦਾ ਕੌਮ ਹੈ ਆਪਸ ਵਿੱਚ ਮਤਭੇਦ ਜਿਹੜੇ ਆ ਉਹ ਪੈਦਾ ਹੋ ਜਾਂਦੇ ਆ, ਘਰ 'ਚ ਭਾਂਡੇ ਨੇ, ਚਾਰ ਭਾਂਡੇ ਟੋਕਰੀ 'ਚ ਖੜਕ ਵੀ ਜਾਂਦੇ ਆ, ਕੋਈ ਐਡੀ ਗੱਲ ਨਹੀਂ ਆ, ਪਰ ਤੈਨੂੰ ਭਾਸ਼ਾ ਦਾ ਇਸਤੇਮਾਲ ਸਹੀ ਕਰਨਾ ਚਾਹੀਦਾ। ਤੂੰ ਇਹ ਨਾ ਕਹਿ ਵੀ ਹਰੇਕ ਮਾਮੇ ਬਣ, ਤੈਨੂੰ ਹਰੇਕ ਕਹਿਣ ਲੱਗ ਜੂਗਾ, ਫਿਰ ਤੂੰ ਹਰੇਕ ਦਾ ਸਾਲਾ ਬਣਦਾ, ਅਤੇ ਤਾਂ ਤੇਰੇ ਨਾਲ ਵਿਚਾਰ ਜਿਹੜੀ ਆ ਕਰਨ ਅਸੀਂ ਆਏ ਹਾਂ ਜਾਂ ਅਸੀਂ ਕਰਨੀ ਚਾਹੁੰਦੇ ਹਾਂ। ਇਸ ਗੱਲ ਤੋਂ ਤੈਨੂੰ ਗੁਰੇਜ਼ ਕਰਨਾ ਚਾਹੀਦਾ। ਤੂੰ ਕਹਿ ਰਿਹਾ ਮੇਰੇ ਮਾਂ ਪਿਓ ਸਿੱਧੇ ਆ, ਉਹ ਤੋਂ ਬੜਾ ਉਹਨਾਂ ਨੇ ਜੰਮਿਆ, ਮਾਤਾ ਪਿਤਾ ਸਤਿਕਾਰਯੋਗ ਹੁੰਦੇ ਆ, ਜੇ ਤੂੰ ਮਾਂ ਬਾਪ ਦਾ ਹੀ ਤੈਨੂੰ ਸਤਿਕਾਰ ਨਹੀਂ ਆਉਂਦਾ, ਉਹਨਾਂ ਨੂੰ ਤੂੰ ਸਿੱਧਰੇ ਕਹਿ ਰਿਹਾ, ਮਾਂ ਬਾਪ ਸਾਡੇ ਸਤਿਕਾਰਯੋਗ ਆ, ਮਾਂ ਬਾਪ ਦਾ ਸਤਿਕਾਰ ਹੀ ਨਹੀਂ ਜੇ ਸਿੱਖਿਆ ਤਾਂ ਹੋਰ ਆਪਾਂ ਗੁਰੂ ਦਾ ਸਤਿਕਾਰ ਕਿਵੇਂ ਕਰ ਲਾਂਗੇ। ਤੂੰ ਕਹਿ ਰਿਹਾ ਮਾਂ ਬਾਪ ਬੜੇ ਸਿੱਧਰੇ ਆ, ਪਰ ਪੁੱਤ ਬੜਾ ਜੰਮਿਆ, ਕੱਦ ਛੋਟਾ, ਬੜਕ ਬੜੀ ਆ, ਤੂੰ ਆਪ ਹੀ ਆਪਣੀ ਬੜਕ ਦੀਆਂ ਆਪਣੇ ਮੂੰਹੋਂ ਮੀਆਂ ਮਿੱਠੂ, ਆਪ ਹੀ ਤੇਰੀਆਂ ਵੀਡੀਓ ਪਈਆਂ ਨੇ, ਕਦੇ ਤੂੰ ਕਹਿ ਰਿਹਾ ਜਦੋਂ ਮੇਰੇ 'ਤੇ ਹਮਲਾ ਹੋਇਆ ਮੈਂ ਗੱਡੀ ਰਿੰਮਾਂ 'ਤੇ ਭਜਾਈ, ਮੈਂ ਸਪੀਡ ਨਾਲ ਭੱਜਿਆ ਉੱਥੇ ਜਾ ਕੇ, ਭਈਆਂ ਨੂੰ ਕਿਹਾ ਵੀ ਸਾਨੂੰ ਇੱਥੇ ਵੜਨ ਦਿਓ ਜੀ, ਅਸੀਂ ਲੁਕ ਜਾਈਏ, ਉਦੋਂ ਬੜਕ ਕਿੱਥੇ ਗਈ ਸੀ, ਕਿਹੜੀ ਬੜਕ ਦੀਆਂ ਗੱਲਾਂ ਕਰਦਾ। ਕੋਟ ਕਪੂਰੇ ਜਦੋਂ ਪੁਲਿਸ ਨੇ ਤਸ਼ੱਦਦ ਕੀਤਾ ਸਰਕਾਰ ਨੇ, ਅਤੇ ਉੱਥੇ ਸਾਤੀਆਂ ਡਾਹ ਕੇ ਖੜਦੇ, ਕਿੰਨੇ ਸਿੰਘ ਖੜ੍ਹੇ ਉੱਥੇ, ਗ੍ਰਿਫਤਾਰੀਆਂ ਵੀ ਹੋਈਆਂ, ਤੇਰੀ ਤਾਂ ਗ੍ਰਿਫਤਾਰੀ ਵੀ ਨਹੀਂ ਹੋਈ, ਤੇਰੀ ਆਪਦੀ ਵੀਡੀਓ ਆਈ ਆ, ਤੂੰ ਕਹਿ ਰਿਹਾ ਸਾਨੂੰ ਗ੍ਰਿਫਤਾਰ ਕੀਤਾ, ਤੇਰੇ ਜਥੇ ਨੂੰ ਮੇਰੇ ਨਾਲ ਗ੍ਰਿਫਤਾਰ ਕੀਤਾ, ਭਾਈ ਗੁਰਪ੍ਰੀਤ ਸਿੰਘ ਤੇਰੇ ਜਥੇ ਦੇ ਬਾਕੀ ਸਾਥੀਆਂ ਨੂੰ ਮੇਰੇ ਨਾਲ ਗ੍ਰਿਫਤਾਰ ਕੀਤਾ, ਸਾਨੂੰ ਬੱਸ 'ਚ ਚੜ੍ਹਾ ਕੇ ਲਗਾਏ, ਅੱਗੇ ਜਾ ਕੇ ਸਾਨੂੰ ਪੰਜ ਗ੍ਰਾਈਆਂ ਵਾਲੇ ਰਸਤੇ 'ਤੇ ਲਾਹ ਦਿੱਤਾ, ਅਸੀਂ ਫਿਰ ਵਾਪਸ ਆ ਗਏ,
ਤੇ ਤੇਰੇ ਜਥੇ ਵਾਲੇ ਜਿਹੜੇ ਸੀ ਉਹ ਚਲੇ ਗਏ ਅੱਗੇ। ਫਿਰ ਤੇਰੀ ਵੀਡੀਓ ਵਾਇਰਲ ਹੋਈ, ਤੂੰ ਕਹਿ ਰਿਹਾ ਵੀ ਪੁਲਿਸ ਲਾਠੀਆਂ ਚਲਾ ਰਹੀ ਸੀ ਲੋਕਾਂ ਦੇ, ਕੁੰਡੇ ਖੜਕਾਏ ਲੋਕਾਂ, ਅਸੀਂ ਭੱਜੇ ਉੱਥੋਂ ਨਿਕਲੇ, ਕੁੰਡੇ ਖੜਕਾਉਂਦੇ ਲੋਕ, ਕੁੰਡੇ ਨਹੀਂ ਸੀ ਖੋਲਦੇ, ਕਿੱਥੇ ਸੀ ਵੜਕ, ਕਿਹੜੀ ਵੜਕ ਦੀਆਂ ਗੱਲਾਂ ਕਰਦਾ ਤੇਰੀ ਵੜਕ ਦੀਆਂ। ਤੇ ਉਹ ਗੱਲ ਮੈਂ ਸਮਝ ਸਕਦਾ ਜਿਵੇਂ ਗੰਗਾਨਗਰ ਦੀਵਾਨ ਸੀ ਇੱਕ ਡੇਰੇ ਸਰਸੇ ਦੇ ਪੈਰੋਕਾਰ ਨੇ ਡੀਸੀ ਦਫ਼ਤਰ ਦੇ ਅੱਗੇ ਆਪਣੇ ਆਪ ਦੇ ਪੈਟਰੋਲ ਛਿੜ ਕੇ ਅੱਗ ਲਾ ਲਈ ਤੇ ਤੂੰ ਮੌੜ ਮੰਡੀ ਕੋਲੋਂ ਹੀ ਮੁੜ ਗਿਆ, ਮਾੜਾ ਜਿਹਾ ਤੈਨੂੰ ਕਿਸੇ ਨੇ ਫੋਨ 'ਤੇ ਕਿਹਾ ਤਾਂ ਮਾਹੌਲ ਬੜਾ ਖਰਾਬ ਆ ਅਤੇ ਤੂੰ ਸੰਗਤ ਉੱਥੇ ਵਿਚਾਰੀ ਹੈਰਾਨ ਹੁੰਦੀ ਰਹੀ ਗੰਗਾਨਗਰ, ਅਤੇ ਤੂੰ ਮੌੜ ਮੰਡੀ ਤੋਂ ਗੱਡੀਆਂ ਵਾਪਸ ਕਰਕੇ ਪਰਮੇਸ਼ਰ ਦੁਆਰ ਨੂੰ ਤੁਰ ਪਿਆ। ਤੇਰੀ ਵੜਕਦੀ ਤਾਂ ਉਹ ਗੱਲ ਆ ਜਿਵੇਂ ਇੱਕ ਕਹਾਵਤ ਆ, ਕਹਿੰਦੇ ਕਿਸੇ ਢੱਠੇ ਨੂੰ ਕਿਸੇ ਨੇ ਕਿਹਾ ਵੀ ਉਹ ਵੜਕ ਮਾਰਦਾ, ਅਤੇ ਉਹਨੇ ਅੱਗੋਂ ਆਖਿਆ ਕਹਿੰਦਾ ਢੱਠਾ ਵਾਂ, ਵੜਕ ਤਾਂ ਮਾਰਦਾ, ਅਤੇ ਫਿਰ ਪੰਜਾਬੀ ਦਾ ਲਫ਼ਜ਼ਾ ਵਰਤਣਾ ਪਊਗਾ। ਉਹਨੇ ਆਖਿਆ ਮੋਕ ਮਾਰਦਾ, ਕਹਿੰਦਾ ਇਹ ਗਊ ਦਾ ਜਾਇਆ ਇਹ ਤਾਂ ਕਰਕੇ ਮੋਕ ਮਾਰਦਾ। ਤੇਰੀ ਵੜਕਦੀ ਤਾਂ ਉਹ ਗਾਂ ਗਊ ਦੇ ਜਾਏ ਵਾਲੀ ਗੱਲ ਆ, ਕਿਹੜੀ ਵੜਕਦੀਆਂ ਤੂੰ ਗੱਲਾਂ ਕਰਦਾ, ਕਿਉਂ ਖਾਨਾ ਜੰਗੀ ਦਾ ਮਾਹੌਲ ਪੈਦਾ ਕੀਤਾ। ਫਿਰ ਤੂੰ ਆਪਣੀਆਂ ਗੱਲਾਂ ਕਹਿ ਰਿਹਾ ਕਿ ਜਿਹੜਾ ਹੈ ਇੰਟਰਪ੍ਰਟੇਸ਼ਨ ਜਿਹੜੀ ਆ, ਮੈਂ ਇੰਟਰਪ੍ਰਟੇਸ਼ਨ ਬੱਚਿਆਂ ਨੂੰ ਦਊਂਗਾ, ਆ ਉਹ ਸਰੋਵਰ ਆ, ਆ ਉਹ ਗੁਰਦੁਆਰਾ ਸਾਹਿਬ ਆ, ਆ ਉਹ ਨਿਸ਼ਾਨ ਸਾਹਿਬ ਆ, ਤੇਰੀ ਇੰਟਰਪ੍ਰੇਸ਼ਨ ਦੇ ਉੱਤੇ ਜਿਹੜੇ ਕੰਮ ਹੋਏ ਆ ਤੇਰੇ ਨਾਲਦਿਆਂ ਨੇ ਕੀਤੇ ਆ, ਇੱਕ ਤਾਂ ਲਾਈਵ ਬਹਿਸ 'ਤੇ ਜਦੋਂ ਬੈਠਾਂਗੇ ਤੂੰ ਸਮਾਂ ਜ਼ਰੂਰ ਕੱਢੀ, ਹੋ ਸਕਦਾ ਗਿਆਨੀ ਹਰਪ੍ਰੀਤ ਸਿੰਘ ਨਾਲ ਤੇਰੀ ਬਹਿਸ ਨਾਲ ਨਾ ਹੋਵੇ, ਉਹ ਨਾ ਟੀ ਵੀ 'ਤੇ ਬਹਿਸ ਕਰਨ ਵਾਸਤੇ ਆਉਣ। ਜਥੇਦਾਰ ਅਜਨਾਲਾ ਸਾਹਿਬ ਨੇ ਕਿਹਾ ਕਿ ਸੰਗਤ ਦੇ ਵਿੱਚ ਬਹਿਸ ਜਿਹੜੀ ਆ ਉਹ ਕਰਨੀ ਆ, ਸੰਗਤ ਵਿੱਚ ਬੈਠ ਕੇ ਬਹਿਸ ਕਰੇ, ਹੋ ਸਕਦਾ ਤੇਰੀ ਜਥੇਦਾਰ ਅਜਨਾਲਾ ਸਾਹਿਬ ਨਾਲ ਵੀ ਬਹਿਸ ਨਾ ਹੋਵੇ। ਪਰ ਮੈਂ ਭਾਈ ਰਣਜੀਤ ਸਿੰਘ ਤੈਨੂੰ ਕਹਿਣਾ ਚਾਹੁੰਦਾ, ਤੇਰੇ ਵਾਲਾ ਲਫ਼ਜ਼ ਨਹੀਂ ਵਰਤਦਾ ਹੁਣ, ਉਹ ਤੈਨੂੰ ਅਹਿਸਾਸ ਕਰਾਉਣ ਵਾਸਤੇ ਮੈਂ ਵਰਤਿਆ ਸੀਗਾ। ਭਾਈ ਰਣਜੀਤ ਸਿੰਘ ਤੂੰ ਬਹਿਸ ਦਾ ਸਮਾਂ ਜ਼ਰੂਰ ਰੱਖੀਂ, ਮੈਨੂੰ ਜ਼ਰੂਰ ਦੱਸੀ, ਸਮਾਂ ਮਿਲਾ ਕੇ ਆਪਾਂ ਆਪਾਂ ਟੀ ਵੀ ਦੇ ਉੱਤੇ ਬੈਠ ਜਾਵਾਂਗੇ, ਆਪਾਂ ਟੀ ਵੀ 'ਤੇ ਬੈਠ ਕੇ ਵਿਚਾਰ ਜਿਹੜੀ ਆ ਕਰ ਲਵਾਂਗੇ। ਮੈਂ ਇਹ ਕੰਡੀਸ਼ਨ ਨਹੀਂ ਰੱਖਦਾ ਵੀ ਸੰਗਤ 'ਚ ਬੈਠ ਕੇ ਕਰਾਂਗੇ ਜਾਂ ਮੈਂ ਟੀ ਵੀ 'ਤੇ ਨਹੀਂ ਆਉਣਾ, ਆਪਾਂ ਆਪਸ 'ਚ ਕਿਸੇ ਟੀ ਵੀ ਚੈਨਲ ਨਾਲ ਬਣਾ ਲਵਾਂਗੇ ਬੈਠ ਕੇ, ਅਤੇ ਕੋਈ ਰੌਲਾ ਨਹੀਂ, ਕੋਈ ਜਾਤੀ ਵਿਤਕਰਾ ਨਹੀਂ, ਗੁਰੂ ਦੀ ਬਾਣੀ ਦੀ ਗੱਲ, ਗੁਰੂ ਦੇ ਇਤਿਹਾਸ ਦੀ ਗੱਲ। ਤੂੰ ਕਹਿੰਦਾ ਮੈਂ 40 ਮਿੰਟ ਦਊਂਗਾ, ਮੈਂ 40 ਮਿੰਟ ਤੈਨੂੰ ਦੇਊਂਗਾ, 40 ਮਿੰਟ ਤੇਰੇ, ਮੈਨੂੰ 10 ਮਿੰਟ ਹੀ ਦੇ ਦੀ ਭਾਵੇਂ, 10 ਮਿੰਟ ਪਹਿਲਾਂ ਮੇਰੇ ਅਤੇ 40 ਮਿੰਟ ਤੇਰੇ, 40 ਤੋਂ 50 ਲੈ ਲਈ ਇੱਕ ਘੰਟੇ ਦੀ ਬਹਿਸ ਦੇ ਵਿੱਚ ਆਪਾਂ ਗੱਲ ਕਰ ਲਾਂ, 10 ਮਿੰਟ ਹੀ ਬਹੁਤ ਆ, 20 ਵੀ ਨਹੀਂ ਕਹਿੰਦਾ ਮੈਂ ਤੇਰੇ ਵਾਂਗੂ, ਤੂੰ 20 ਕਹੇ ਆ, ਮੈਂ 10 ਮਿੰਟ ਹੀ ਕਹਿਣਾ, ਪਰ ਮੇਰੇ 10 ਮਿੰਟ ਜਿਹੜੇ ਆ ਉਹ ਸਵਾਲ ਦੇ ਜਵਾਬ ਜਿਹੜੇ ਆ ਗੁਰਬਾਣੀ ਅਤੇ ਇਤਿਹਾਸ ਜਾਂ ਜਿਹੜੀਆਂ ਗੱਲਾਂ ਤੂੰ ਕੀਤੀਆਂ ਉਹਦੇ ਬਾਰੇ ਹੀ ਆ, ਪਰ ਦਈ ਜ਼ਰੂਰ ਮੈਂ ਤੈਨੂੰ ਇਸ ਗੱਲ ਨੂੰ, ਜਿਹੜਾ ਹੈਗਾ ਤੂੰ ਚੈਲੰਜ ਸਮਝਦਾ ਤਾਂ ਚੈਲੰਜ ਸਮਝ ਲਈ ਇਸ ਗੱਲ ਨੂੰ, ਪਰ ਸਮਾਂ ਜ਼ਰੂਰ ਦਈ, ਕਿਉਂਕਿ ਹੋ ਸਕਦਾ ਉਹਨਾਂ ਨਾਲ ਤੇਰੀ ਬਹਿਸ ਨਾ ਹੋ ਸਕੇ, ਗਿਆਨੀ ਹਰਪ੍ਰੀਤ ਸਿੰਘ ਨਾਲ, ਜਥੇਦਾਰ ਅਜਨਾਲਾ ਸਾਹਿਬ ਨਾਲ ਨਾ ਹੋ ਸਕੇ, ਪਰ ਮੈਂ ਤੇਰੇ ਜਿੱਥੇ ਵੀ ਟਾਈਮ ਰੱਖਣਾ ਹੋਇਆ, ਨਿਊਜ਼ 18 'ਤੇ ਰੱਖਣਾ, ਜੀ ਪੰਜਾਬ 'ਤੇ ਰੱਖਣਾ, ਚੜ੍ਹਦੀ ਕਲਾ ਟਾਈਮ ਟੀ ਵੀ 'ਤੇ ਰੱਖਣਾ, ਕਿਸੇ ਚੈਨਲ 'ਤੇ ਰੱਖਣਾ, ਤੂੰ ਕਿਹਾ ਮੇਰੇ ਚੈਨਲ ਨਾਲ ਚੱਲ, ਤੇਰੇ ਚੈਨਲ ਵੀ ਨਾਲ ਲਾ ਲਈ, ਮੈਨੂੰ ਕਿਸੇ ਤਰ੍ਹਾਂ ਦੀ ਕੋਈ ਕਿਸੇ ਤੋਂ ਐਲਰਜੀ ਨਹੀਂ ਆ, ਵਿਚਾਰ ਚਰਚਾ ਜ਼ਰੂਰ ਕਰੀ, ਪਰ ਜਿਹੜੀ ਇੰਟਰਪ੍ਰਟੇਸ਼ਨ ਜਿਹੜੀ ਤੂੰ ਦਿੱਤੀ ਆ, ਤੇਰੀ ਇੰਟਰਪ੍ਰਟੇਸ਼ਨ 'ਤੇ ਕਿੰਨੇ ਕਿੰਨੇ ਕੀ ਕੰਮ ਕੀਤਾ, ਇੰਟਰਪ੍ਰਟੇਸ਼ਨ ਤੇਰੀ ਅਤੇ ਬਿੱਟੂ ਨੇ ਕੀ ਕੀਤਾ, ਤੇਰੀ ਇੰਟਰਪ੍ਰਟੇਸ਼ਨ 'ਤੇ ਗੁਰਪ੍ਰੀਤ ਉਹ ਸ਼ਾਇਦ ਹੁਣ USA ਆ ਸਮਾਣੇ, ਉਹਨੇ ਕੀ ਕੀਤਾ ਜਾਂ ਕਿਸ ਤਰ੍ਹਾਂ ਤੇਰੀ ਇੰਟਰਪ੍ਰਟੇਸ਼ਨ 'ਤੇ ਕੀ ਕੰਮ ਹੋਏ, ਬਹੁਤ ਕੁਛ ਆ, ਉਹ ਆਪਾਂ ਜਿਹੜਾ ਹੈਗਾ ਲਾਈਵ ਬੈਠ ਕੇ ਕਰਾਂਗੇ, ਉਹ ਇੱਦਾਂ ਬੈਠ ਕੇ ਨਹੀਂ, ਆਪਾਂ ਨੇ ਜਿਹੜਾ ਮੈਂ ਵੀਡੀਓ ਇੱਦਾਂ ਸੋਸ਼ਲ ਮੀਡੀਆ 'ਤੇ ਪਾ ਕੇ ਤੇਰੇ ਤੱਕ ਪਹੁੰਚਾਉਣ ਵਾਸਤੇ ਨਹੀਂ ਉਹ ਤੈਨੂੰ ਦੱਸਣਾ, ਉਹ ਆਪਾਂ ਜਦੋਂ ਲਾਈਵ ਬੈਠਾਂਗੇ ਉਦੋਂ ਆਪਾਂ ਗੱਲ ਕਰਾਂਗੇ, ਲਾਈਵ ਬੈਠ ਕੇ ਆਪਾਂ ਕਰਾਂਗੇ ਵੀ ਹਰਿਮੰਦਰ ਸਾਹਿਬ ਜੋ ਹੈ ਉਹਦੀ ਕੀ ਮਹੱਤਤਾ ਵਾ, ਅਕਾਲ ਤਖ਼ਤ ਸਾਹਿਬ ਦੀ ਕੀ ਮਹੱਤਤਾ, ਅੰਮ੍ਰਿਤ ਸਰੋਵਰ ਦੀ ਕੀ ਮਹੱਤਤਾ, ਅਤੇ ਜਿਹੜੇ ਗ੍ਰੰਥਾਂ ਨੂੰ ਤੂੰ
ਕਹਿੰਦਾ ਮੈਨੂੰ ਵੇਖ ਕੇ ਕਚੀਚੀ ਆਉਂਦੀ ਆ, ਉਹਨਾਂ ਗ੍ਰੰਥਾਂ ਦੀ ਕੀ ਮਹੱਤਤਾ ਵਾ ਜਿਹੜੇ ਸਾਡੇ ਇਤਿਹਾਸਕ ਸਰੋਤ ਆ, ਇਤਿਹਾਸਕ ਗ੍ਰੰਥ ਆ, ਉਹਨਾਂ ਦੀ ਸਾਡੇ ਜੀਵਨ 'ਚ ਕੀ ਮਹੱਤਤਾ ਵਾ। ਮੈਂ ਪਹਿਲਾਂ ਵੀ ਅਕਸਰ ਕਹਿੰਦਾ ਹੁੰਦਾ ਕਿ ਦੁੱਧ 'ਚ ਕੱਖ ਪੈ ਗਿਆ ਅਤੇ ਕੱਖ ਕੱਢ ਕੇ ਦੁੱਧ ਵਰਤਣਾ ਸਿਆਣਪ ਆ, ਕੱਖ ਪਿੱਛੇ ਦੁੱਧ ਡੋਲਣਾ ਸਿਆਣਪ ਨਹੀਂ ਆ। ਅੱਜ ਦੋ ਚਾਰ ਜੇ ਕੋਈ ਇੱਦਾਂ ਦੀਆਂ ਗੱਲਾਂ ਆ ਗਈਆਂ ਜਿਹੜੀਆਂ ਸਾਡੀ ਗੁਰਮਤ ਦੇ ਉੱਤੇ ਨਹੀਂ ਝੁਕਦੀਆਂ, ਗੁਰਮਤ ਅਨੁਸਾਰ ਨਹੀਂ ਆ, ਉਹਨਾਂ ਨੂੰ ਆਪਾਂ ਪਾਸੇ ਕਰਕੇ ਬਾਕੀ ਜਿਹੜਾ ਸਾਡਾ ਸਾਰਾ ਇਤਿਹਾਸ ਆ, ਸਾਡਾ ਜੋ ਗੌਰਵਮਈ ਸੰਘਰਸ਼ਮਈ ਇਤਿਹਾਸ ਆ, ਉਹਨੂੰ ਲੈ ਕੇ ਅਤੇ ਅਸੀਂ ਚੜ੍ਹਦੀ ਕਲਾ ਵਾਲੇ ਪਾਸੇ ਜਾਣਾ। ਅਸੀਂ ਉਸ ਇਤਿਹਾਸ ਨੂੰ ਰੱਦ ਨਹੀਂ ਕਰਨਾ। ਇਹ ਸਾਰੀਆਂ ਵਿਚਾਰਾਂ ਜਿਹੜੀਆਂ ਆਪਾਂ ਲਾਈਵ ਬੈਠ ਕੇ ਕਰਾਂਗੇ, ਅਤੇ ਸਮਾਂ ਜ਼ਰੂਰ ਹੁਣ ਇਹਦੇ 'ਚ ਇਹ ਨਾ ਕਹੀ ਕਿ ਜਿਹੜਾ ਹੈਗਾ ਸਮਾਂ ਨਹੀਂ ਹੈਗਾ, ਸਮਾਂ ਜ਼ਰੂਰ ਦੱਸੀ ਕਿ ਅਤੇ ਬੈਠ ਕੇ ਟੀ ਵੀ ਚੈਨਲ ਦੇ ਉੱਤੇ ਲਾਈਵ ਇੰਟਰਪ੍ਰਿਟੇਸ਼ਨ ਦੀਆਂ ਗੱਲਾਂ ਪਾਣੀ ਅਤੇ ਇਤਿਹਾਸ ਦੇ ਇਹ ਸਾਰੀਆਂ ਗੱਲਾਂ ਜਿਹੜੀਆਂ ਉਹ ਆਪਾਂ ਲਾਈਵ ਬੈਠ ਕੇ ਕਰਾਂਗੇ। ਜੋ ਤੂੰ ਕਹਿਣਾ ਹੋਇਆ ਤੂੰ ਉਹ ਕਹਿ ਦੇਈਂ, ਜਿਹੜੇ ਤੇਰੇ ਚੇਲੇ ਆ ਜਿਹੜੇ ਤੈਨੂੰ ਫਾਲੋ ਕਰ ਰਹੇ ਆ, ਤੂੰ ਕਿਉਂਕਿ ਆਪ ਕਹਿ ਰਿਹਾ ਮੇਰੇ ਬੰਦੇ, ਉਹ ਤੇਰੇ ਬੰਦੇ ਹੀ ਆ, ਤੇਰੇ ਚੇਲੇ ਹੀ ਬਣ ਗਏ ਆ, ਹੈ ਹੁੰਦੇ ਤਾਂ ਸਾਥੀ ਆ, ਜਿਹੜਾ ਵੀ ਕੋਈ ਕਥਾ ਕੀਰਤਨ ਪ੍ਰਚਾਰ ਕਰਦਾ ਉਹਦੇ ਸਾਥੀ ਹੁੰਦੇ ਆ, ਪਰ ਤੂੰ ਆਪਦੇ ਬੰਦੇ ਬਣਾ ਲਏ, ਚੇਲੇ ਬਣਾ ਲਏ। ਅਤੇ ਜਿਸ ਤਰੀਕੇ ਨਾਲ ਸਾਰੀਆਂ ਗੱਲਾਂ ਬਾਤਾਂ ਉਹਨਾਂ ਨੇ ਕਮੈਂਟ ਕਰਨੇ, ਮੈਂ ਉਹਨਾਂ ਦੀ ਕਦੇ ਪਰਵਾਹ ਨਹੀਂ ਕੀਤੀ, ਇਹੋ ਜਿਹੀਆਂ ਨਾ ਅਸੀਂ ਕਦੇ ਸਰਕਾਰਾਂ ਦੀ ਪਰਵਾਹ, ਨਾ ਇਹੋ ਜਿਹੇ ਕਮੈਂਟਾਂ ਦੀ ਪਰਵਾਹ ਵਾ। ਤੂੰ ਇੱਕ ਆਪਣੇ ਆ ਹਉਮੇ ਹੰਕਾਰ ਕੇ ਮੇਰਾ ਦਿਮਾਗ ਵਾਲਾ ਦਿਮਾਗ 'ਤੇ ਗੋਲੀ ਜਿਹੜੀ ਆ ਮੇਰੇ ਇੱਥੇ ਮਾਰਿਓ ਅਤੇ ਦਿਮਾਗ ਉੱਥੇ ਪਿਆ ਹੋਵੇ, ਨਾ ਤੇਰੇ ਅਸੀਂ ਕੋਈ ਗੋਲੀ ਮਾਰਨੀ ਆ। ਸਾਰਿਆਂ ਨੂੰ ਬੇਨਤੀ ਕਰਾਂਗੇ ਨਾ ਤੇਰੇ ਕੋਈ ਗੋਲੀ ਮਾਰੇ, ਨਾ ਤੇਰਾ ਦਿਮਾਗ ਉੱਥੇ ਜਿਹੜਾ ਬੁੜਕ ਕੇ ਜਾਣਾ, ਤੂੰ ਉਸੇ ਤਰ੍ਹਾਂ ਹੀ ਟਿਕਾਣੇ 'ਤੇ ਆ ਜਾਣਾ। ਤੂੰ ਕਹਿੰਦਾ ਸਾ ਮੈਂ ਇਹਨਾਂ ਦੀਆਂ ਦੁਕਾਨਾਂ ਬੰਦ ਕਰਾ ਦੇਣੀਆਂ, ਅਤੇ ਅਸਥਾਨ ਨੇ ਗੁਰੂ ਦੇ ਅਸਥਾਨ ਨੇ ਚੱਲ ਰਹੇ, ਅੱਗੇ ਨਾਲੋਂ ਵੀ ਵੱਧ ਚੱਲ ਰਹੇ, ਜਦੋਂ ਦਾ ਤੂੰ ਦਰਬਾਰ ਸਾਹਿਬ 'ਤੇ ਜਾਂ ਅੰਮ੍ਰਿਤ ਸਰੋਵਰ 'ਤੇ ਸ਼ੰਕਾ ਕੀਤੀ ਆ, ਉਦੋਂ ਵੱਧ ਹੁਣ ਤਾਂ ਗੈਰ ਸਿੱਖ ਵੀ ਦਰਬਾਰ ਸਾਹਿਬ ਆ ਰਹੇ ਆ। ਰਸਤੇ ਭਰੇ ਜਾਂਦੇ, ਪਰਿਕਰਮਾ ਭਰੀਆਂ ਜਾਂਦੀਆਂ ਨੇ ਦਰਬਾਰ ਸਾਹਿਬ ਨੂੰ, ਘੰਟਿਆਂ ਬੱਧੀ ਲਾਈਨਾਂ 'ਚ ਲੱਗਣਾ ਪੈਂਦਾ ਮੱਥਾ ਟੇਕਣ ਵਾਸਤੇ ਦਰਬਾਰ ਸਾਹਿਬ। ਤੇਰੇ ਪ੍ਰਚਾਰ ਨਾਲ ਕੋਈ ਅਸਰ ਨਹੀਂ, ਉਲਟਾ ਤੇਰੀ ਦੁਕਾਨ ਜ਼ਰੂਰ ਬੰਦ, ਇੱਕ ਤੇਰੇ ਸਾਥੀ ਦੀ ਬੰਦ ਹੋ ਗਈ ਯੂਕੇ ਦੇ ਅੰਦਰ, ਅਤੇ ਤੇਰੀ ਵੀ ਬਾਹਰ ਦੀ ਦੁਕਾਨ ਬੰਦ ਹੋ ਗਈ। ਤੂੰ ਸੋਚਦਾ ਹੋਏਗਾ ਕਿ ਪਰਮੇਸ਼ਰ ਦੁਆਰ ਬੈਠ ਕੇ ਅਤੇ ਯੂਟਿਊਬ ਅਤੇ ਫੇਸਬੁੱਕ ਦੇ ਮਾਧਿਅਮ ਦੇ ਨਾਲ ਤੂੰ ਇਸ ਤਰ੍ਹਾਂ ਦਾ ਕੂੜ ਪ੍ਰਚਾਰ ਕਰ ਲਏਗਾ ਵੀ ਬਾਹਰੋਂ ਛੱਡ ਕੇ ਇਹ ਤੈਨੂੰ ਕੂੜ ਪ੍ਰਚਾਰ ਤੇਰੇ ਡੇਰੇ 'ਚ ਬੈਠ ਕੇ ਵੀ ਨਹੀਂ ਕਰਨ ਦੇਣਾ। ਜੇ ਤੂੰ ਸੋਚਦਾ ਹੋਵੇਂ ਪਰਮੇਸ਼ਰ ਦੁਆਰ ਬੈਠ ਕੇ ਯੂਟਿਊਬ ਅਤੇ ਫੇਸਬੁੱਕ 'ਤੇ ਕੂੜ ਪ੍ਰਚਾਰ ਕਰ ਲੂੰਗਾ, ਗੁਰੂ ਕੇ ਪੰਥ ਖਾਲਸੇ ਨੇ ਤੈਨੂੰ ਇੱਥੇ ਵੀ ਨਹੀਂ ਕਰਨ ਦੇਣਾ, ਤੂੰ ਅੱਜ ਆਪਣੀ ਹਾਲਤ ਇਹ ਦੇਖ ਲਾ। ਤੂੰ ਜਿਨ੍ਹਾਂ ਦੇ ਕਹਿੰਦਾ ਮੈਂ ਪਿੱਛੇ ਲੱਗ ਕੇ ਅਤੇ ਮੈਂ ਜਿਹੜਾ ਸੀ ਉਹ ਇੱਧਰੋਂ ਇੱਧਰ ਆਇਆ, ਅੱਜ ਤੂੰ ਕਹਿੰਦਾ ਉਹ ਵੀ ਮੇਰੇ ਨਾਲ ਨਹੀਂ ਖੜ੍ਹਦੇ, ਕਿਉਂ ਨਹੀਂ ਖੜ੍ਹਦੇ? ਉਹਨਾਂ ਨੂੰ ਵੀ ਪਤਾ ਦਰਬਾਰ ਸਾਹਿਬ ਦੀ ਮਹੱਤਤਾ ਕੀ ਆ, ਅਕਾਲ ਤਖਤ ਸਾਹਿਬ ਦੀ ਮਹੱਤਤਾ ਕੀ ਆ, ਅੰਮ੍ਰਿਤ ਸਰੋਵਰ ਦੀ ਮਹੱਤਤਾ ਕੀ ਆ, ਅਤੇ ਸਿੱਖ ਇਤਿਹਾਸ ਦੀ ਮਹੱਤਤਾ ਕੀ ਆ। ਅੱਜ ਦੇ ਤੂੰ ਆਪਣੇ ਆਪ ਨੂੰ ਇਕੱਲਾ ਸਮਝ ਰਿਹਾ, ਠੀਕ ਹੈ ਕੁਝ ਫਾਲੋਅਰ ਤੇਰੇ ਨਾਲ ਹੋਣਗੇ, ਪੂਰੇ ਪੰਥ 'ਚੋਂ ਕੋਈ ਸੰਸਥਾ ਕੋਈ ਜਥੇਬੰਦੀ ਨਹੀਂ ਹੈ ਤੇਰੇ ਨਾਲ, ਅਤੇ ਤੈਨੂੰ ਖੁਦ ਮੈਂ ਇੱਕ ਵਾਰ ਫਿਰ ਕਹੂੰਗਾ ਅਹਿਸਾਸ ਕਰਨਾ ਚਾਹੀਦਾ, ਆਪ ਨੜੇ ਗਰੀਬਾਣ 'ਚ ਝਾਤ ਮਾਰ ਕੇ ਦੇਖਣੀ ਚਾਹੀਦੀ ਹੈ ਕਿ ਤੂੰ ਇਹੋ ਜਿਹਾ ਕੁਝ ਕੀ ਕਰ ਰਿਹਾ ਜਿਹਦੇ ਕਰਕੇ ਕੋਈ ਵੀ ਨਹੀਂ ਹੈ। ਅਤੇ ਫਿਰ ਵੀ ਸਮਝਦੇ ਰਸਤੇ ਜਾ, ਪੰਥ ਦੀ ਵਿੱਚ ਖਾਨਾ ਜੱਗੀ, ਇਸ ਤਰ੍ਹਾਂ ਦਾ ਮਾਹੌਲ ਪੈਦਾ ਨਾ ਕਰ, ਇੱਦਾਂ ਦਾ ਪ੍ਰਚਾਰ ਪਹਿਲਾਂ ਕਰਨ ਵਾਲੇ ਵੀ ਬਹੁਤ ਆਏ, ਬੜਾ ਕੁਛ ਹੋਇਆ, ਕਿੱਧਰ ਗਏ, ਕੋਈ ਅੱਜ ਨਾਂ ਨਹੀਂ ਜਾਣਦਾ। ਜਿਵੇਂ ਪੁੱਛੇ ਅਸਮਾਨ ਫਰੀਦਾ ਖੇਵਟ ਕਿਨ ਗਏ, ਜਾਲਣ ਗੁਰਾਂ ਨਾਲ ਉਲਾਮੇ ਜੀ ਸਹਿ, ਤੂੰ ਕਹਿੰਦਾ ਕਿ ਮੈਂ ਸੰਸਾਰ ਬਦਲ ਦੇਣਾ, ਨੌਜਵਾਨ ਬਦਲ, 4-5 ਸਾਲ ਜੇ ਮੈਂ ਪ੍ਰਚਾਰ ਕਰ ਗਿਆ ਤਾਂ ਮੈਂ ਕਰ ਦੇਣਾ, ਇਹ ਹਉਮੇ ਦੀਆਂ ਹੰਕਾਰ ਦੀਆਂ ਗੱਲਾਂ ਨੇ। ਸੇਵਾਦਾਰ ਗੁਰੂ ਦਾ ਬਣ ਕੇ, ਸਿੱਖ ਬਣ ਕੇ ਆਪਾਂ ਕੋਈ ਗੁਰੂ ਦੀ ਗੱਲ ਕਰੀਏ, ਆਪਾਂ ਗੁਰੂ ਦੇ ਸੇਵਾਦਾਰ ਸਿੱਖ ਬਣ ਕੇ, ਦਾਸ ਬਣ ਕੇ ਕੋਈ ਗੁਰੂ ਦੀ ਜਿਹੜੀ ਗੱਲ ਆ ਉਹਨੂੰ ਕਰੀਏ। ਜਿਹੜੇ ਗੈਰ ਸਿੱਖ ਕੋਈ ਸਾਡੀ ਸਿੱਖੀ 'ਤੇ ਹਮਲਾ ਕਰਦੇ ਆ ਜਾਂ ਸਾਡੇ ਪੰਥ ਦੇ ਉੱਤੇ, ਆਪਾਂ ਉੱਧਰ ਨੂੰ ਹਿੱਕ ਡਾ ਕੇ ਆਪਣੇ ਜਿਹੜੀਆਂ ਪ੍ਰਚਾਰ ਦੀਆਂ ਤੋਪਾਂ ਉੱਧਰ ਨੂੰ ਬੀੜੀਏ,
ਆਪਾਂ ਆਪਣੇ ਗੁਰਸਥਾਨਾਂ ਵੱਲ ਹੀ ਨਾ ਤੋਪਾਂ ਬੀੜ ਦਈਏ। ਨਿੱਕੀ ਨਿੱਕੀ ਗੱਲ 'ਤੇ ਤੂੰ ਤੇਰੀਆਂ ਸਟੇਟਮੈਂਟਾਂ ਆ ਜਾਂਦੀਆਂ ਨੇ, ਪਰ ਦਰਬਾਰ ਸਾਹਿਬ ਦੇ ਉੱਤੇ DGP ਬੋਲਿਆ ਤੇਰੀ ਕੋਈ ਨਹੀਂ ਆਈ ਕਿ ਦਰਬਾਰ ਸਾਹਿਬ ਜਿਹੜੇ ਸਿੱਖ ਜਾਂਦੇ ਆ ਕਰਤਾਰਪੁਰ ਸਾਹਿਬ ਉਹ ਅੱਤਵਾਦੀ ਬਣ ਕੇ ਪਰਦੇ, ਤੇਰੀ ਕੋਈ ਸਟੇਟਮੈਂਟ ਨਹੀਂ। ਦਿੱਲੀ ਦੇ ਵਿੱਚ ਇੰਨਾ ਕਤਲੇਆਮ ਹੋ ਗਿਆ, ਤੇਰੀ ਕੋਈ ਸਟੇਟਮੈਂਟ ਨਹੀਂ। ਇੱਥੋਂ ਪਤਾ ਲੱਗਦਾ ਜਦੋਂ ਤੂੰ ਕਹਿੰਦਾ ਕਿ ਮੈਨੂੰ ਕਿਹੜੀਆਂ ਏਜੰਸੀਆਂ ਕਹਿੰਦੇ ਜਿਹੜੀਆਂ ਸਿੱਖ ਵਿਰੋਧੀ ਏਜੰਸੀਆਂ ਨੇ, ਇੱਥੋਂ ਪਤਾ ਲੱਗਦਾ ਵੀ ਜਦੋਂ ਉਹਨਾਂ ਦੀ ਗੱਲ ਆਉਂਦੀ ਹੈ ਤਾਂ ਤੇਰੀ ਜ਼ਬਾਨ 'ਚੋਂ ਬੋਲ ਨਹੀਂ ਨਿਕਲਦੇ, ਪਰ ਜਦੋਂ ਕੋਈ ਸਿੱਖੀ ਦਾ ਮਸਲਾ ਕਿਤੇ ਨਗਰ ਕੀਰਤਨ ਦੇ ਵਿੱਚ ਬਰੂਦ ਫਟ ਜਾਵੇ, ਆਤਿਸ਼ਬਾਜ਼ੀ ਫਟ ਜਾਵੇ, ਤਾਂ ਤੂੰ ਝੱਟ ਹੀ ਬਿਆਨ ਜਿਹੜੇ ਤੇਰੇ ਨਾਲ ਦੀ ਨਾਲ ਹੀ ਜਿਹੜੇ ਉਹ ਵਾਇਰਲ ਹੋ ਜਾਂਦੇ ਆ। ਇੱਥੋਂ ਪਤਾ ਲੱਗ ਜਾਂਦਾ ਕਿ ਏਜੰਸੀਆਂ ਕੀ ਨੇ। ਇਹਨਾਂ ਗੱਲਾਂ ਦੇ ਨਾਲ ਏਜੰਸੀਆਂ ਦੀ ਜਿਹੜੀ ਸਮਝ ਆ ਉਹ ਪੈ ਜਾਂਦੀ ਹੈ। ਸੋ ਮੈਂ ਬਹੁਤੇ ਵਿਸਥਾਰ ਵਿੱਚ ਨਾ ਜਾਵਾਂ, ਮੈਂ ਤੈਨੂੰ ਕਹਿਣਾ ਚਾਹੁੰਦਾ ਕਿ ਆ ਜਿਹੜੀ ਤੇਰੀ ਇੰਟਰਪ੍ਰਿਟੇਸ਼ਨ ਦੀਆਂ ਗੱਲਾਂ, ਤੇਰੀ ਇੰਟਰਪ੍ਰਿਟੇਸ਼ਨ ਕੀ ਹੈ, ਇਹ ਆਪਾਂ ਜਦੋਂ ਲਾਈਵ ਬੈਠਾਂਗੇ ਉਸ ਵੇਲੇ ਆਪਾਂ ਗੱਲਾਂ ਬਾਤਾਂ ਜਿਹੜੀਆਂ ਸਾਰੀਆਂ ਕਰਾਂਗੇ। ਅਤੇ ਇਹਨਾਂ ਵਿਚਾਰਾਂ ਵਾਸਤੇ ਤੇਰੀ ਜਿਹੜੀ ਲਾਈਵ ਤੂੰ ਵੀਡੀਓ ਪਾਈ ਆ, ਵਾਇਰਲ ਕੀਤੀ ਆ 1.5 ਘੰਟੇ ਦੀ, ਉਹ ਮੈਂ ਸੁਣੀ ਆ, ਅਤੇ ਇਸ ਕਾਰਨ ਕਰਕੇ ਮੈਂ ਤੈਨੂੰ ਕਹਿ ਰਿਹਾ। ਦੂਸਰੀ ਗੱਲ, ਤੂੰ ਕਿਹਾ ਆਪੂ ਬਣੇ ਜਥੇਦਾਰ, ਅਸੀਂ ਆਪੂ ਨਹੀਂ ਬਣੇ, ਸਾਨੂੰ ਕੌਮ ਨੇ, ਪੰਥ ਨੇ ਉੱਥੇ ਸੇਵਾਵਾਂ ਬਖਸ਼ੀਆਂ ਸੀ, ਜਿੰਨੀਆਂ ਨਿਭਾ ਹੋਈਆਂ ਨਿਭਾਈਆਂ, ਜਿੰਨੀਆਂ ਨਿਭਾ ਹੋ ਰਹੀਆਂ ਨਿਭਾ ਰਹੇ ਹਾਂ। ਜੇ ਤੈਨੂੰ ਕਹਿ ਦੀ ਆਪੂ ਬਣਿਆ ਸੰਤ, ਆਪੂ ਬਣਿਆ ਭਾਈ, ਆਪੂ ਬਣਿਆ ਪ੍ਰਚਾਰ, ਤੈਨੂੰ ਕਿਹਨੇ ਬਣਾਇਆ, ਕਿਹਨੇ ਸਰਟੀਫਿਕੇਟ ਦਿੱਤਾ ਤੈਨੂੰ? ਕਿਉਂਕਿ ਤੂੰ ਤਾਂ ਜਿਹੜੀ ਥਾਲੀ 'ਚ ਖਾਧਾ ਉਸੇ 'ਚ ਸੇਕ, ਜਿੱਥੋਂ ਤੂੰ ਰਾੜਾ ਸਾਹਿਬ ਤੋਂ, ਜਿਹੜੀ ਸਿੱਧ ਸਰ ਭੀਖੀ ਤੋਂ ਜਿੱਥੋਂ ਤੂੰ ਤੁਰਿਆ ਸੀਗਾ, ਤੂੰ ਉਹਨਾਂ ਦੇ ਵੀ ਖਿਲਾਫ਼ ਆ। ਅਤੇ ਜਿਹੜੇ ਕਦੇ ਬਾਬੇ ਕਰਮ ਸਿੰਘ ਦੀਆਂ ਤੂੰ ਧਾਰਨਾ ਰੋ ਰੋ ਕੇ ਪਰਨਾ ਗਿੱਲਾ ਕਰ ਦਿੰਦਾ ਸੀ, ਮੈਨੂੰ ਪੈਂਦੇ ਆ ਭੁਲੇਖੇ, ਅੱਜ ਤੇਰੀ ਨੀਲੀ ਕਾਰ ਦੇ, ਅੱਜ ਉਹ ਨੀਲੀ ਕਾਰ ਤੂੰ ਤਾਂ ਉਹਨਾਂ ਦਾ ਨਹੀਂ ਬਣਿਆ। ਕਦੇ ਤੈਨੂੰ ਬਾਬਾ ਈਸ਼ਰ ਸਿੰਘ ਦਾ ਵਾਜਾ ਕਹਿੰਦਾ ਹੁੰਦਾ ਸਾਂ, ਕਰਦਾ ਮਸਤਾਨੇ ਦੀ ਵੱਜਦਾ ਜਦੋਂ ਵਾਜਾ ਤੇਰਾ, ਹੁਣ ਪਤਾ ਇਹਨੂੰ ਤੂੰ ਕਾਹਦੇ 'ਚ ਮਸਤ ਹੋਇਆ ਫਿਰਦਾ। ਪਰ ਇਹ ਪੰਥ ਦੇ ਵਿੱਚ ਇੱਦਾਂ ਦੀਆਂ ਗੱਲਾਂ ਰਣਜੀਤ ਸਿੰਘ ਨਹੀਂ ਚੱਲਣੀਆਂ। ਗੁਰੂ ਦੇ ਸਿਧਾਂਤ ਦੀ ਗੱਲ, ਗੁਰਬਾਣੀ ਦੀ, ਗੁਰਸਿੱਖੀ ਦੀ ਗੱਲ, ਗੁਰਮਤ ਦੀ ਗੱਲ ਜਿਹੜੀ ਆ ਉਹ ਪੰਥ ਦੇ ਵਿੱਚ ਹੁੰਦੀ ਆਈ ਆ, ਸਦੀਆਂ ਤੋਂ ਹੁੰਦੀ ਆਈ ਆ, ਹੁੰਦੀ ਰਹਿਣੀ ਆ ਅਤੇ ਹੁੰਦੀ ਆ ਰਹੀ ਆ। ਤੂੰ ਵੱਖਰਾਪਣ ਆਪਣਾ ਰੱਖ ਕੇ ਹਮੇਸ਼ਾ ਤੂੰ ਕਹਿੰਦਾ ਕਿ ਮੈਂ ਬਾਬਾ ਨੰਬਰ 1 ਸੀ। ਪਹਿਲੀ ਗੱਲ ਇਹ ਵੀ ਮੈਂ ਦੱਸ ਦਿਆਂ, ਤੈਨੂੰ ਕਿਹਨੇ ਕਿਹਾ ਤੂੰ ਬਾਬਾ? ਇਹੀ ਭੁਲੇਖੇ ਵਾਲੇ ਆ। ਤੂੰ ਕਦੇ ਕਹਿੰਦਾ ਮੈਂ ਸਟਾਰ ਪ੍ਰਚਾਰਕ, ਬਾਬਾ ਨੰਬਰ 1 ਏਅਰਪੋਰਟ ਜਾਮ ਕਰਦੇ, ਤੇਰੇ ਹੁਣ ਨਹੀਂ ਏਅਰਪੋਰਟ ਜਾਮ ਹੁੰਦੇ? ਤੂੰ ਕਰਾ ਕੇ ਦਿਖਾ ਮੈਨੂੰ ਅਮਰੀਕਾ ਦਾ ਏਅਰਪੋਰਟ ਜਾਮ, ਕੈਨੇਡਾ ਦਾ, ਇੰਗਲੈਂਡ ਦਾ, ਇੰਡੀਆ ਦਾ, ਕਰਾ ਕੇ ਦਿੱਲੀ ਦਾ ਏਅਰਪੋਰਟ ਜਾਮ ਕਰਾ ਕੇ ਦਿਖਾ ਦੇ। ਜੇ ਤੂੰ ਇਕੱਠ ਦੀ ਗੱਲ ਕਰਦਾ, ਗੁਰਬਾਣੀ ਸੁਣਾ, ਗੁਰੂ ਦਾ ਇਤਿਹਾਸ ਸੁਣਾ। ਇਕੱਠ ਦਾ, ਇਕੱਠ ਤਾਂ ਸਰਸੇ ਵਾਲੇ ਦਾ ਬਹੁਤ ਹੁੰਦਾ ਸੀਗਾ, ਇਕੱਠ ਤਾਂ ਗਾਉਣ ਵਾਲਿਆਂ ਦੇ ਬਹੁਤ ਹੁੰਦੇ ਆ, ਇਕੱਠ ਤਾਂ ਅਖਾੜਿਆਂ 'ਚ ਬਹੁਤ ਹੁੰਦੇ ਆ, ਇਕੱਠਾਂ ਦੀ ਗੱਲ ਨਹੀਂ ਆ। ਇਕੱਠ ਨੂੰ ਤੂੰ ਆਪਣਾ ਨਾ ਸਮਝ, ਇਹੀ ਤੇਰੀ ਹਉਮੇ ਆ, ਤੂੰ ਸਮਝਦਾ ਇਹ ਮੇਰਾ ਵਾ, ਇਕੱਠ ਤੇਰਾ ਨਹੀਂ ਆ। ਇਹੀ ਗੱਲ ਤੂੰ ਬਰਗਾੜੀ ਆ ਕੇ ਕਹੀ ਸੀਗੇ ਜਦੋਂ ਭੋਗ ਸੀ ਦੋਨਾਂ ਸਿੰਘਾਂ ਦਾ, ਤੂੰ ਕਿਹਾ ਸੀ ਬੇਅਦਬੀ ਤੇ ਬੜੇ ਥਾਈਂ ਹੋਈ ਆ, ਪਰ ਆਹ ਜਿਹੜਾ ਇਕੱਠ ਆ ਇਹ ਸਾਡੇ ਕਰਕੇ, ਪ੍ਰਚਾਰਕਾਂ ਕਰਕੇ ਆ, ਇਹ ਪ੍ਰਚਾਰਕਾਂ ਕਰਕੇ ਇਕੱਠ ਹੋਇਆ। ਤੇਰਾ ਤਾਂ ਕੁਛ ਵੀ ਨਹੀਂ ਸੀ ਰਿਹਾ ਜੇ ਅਸੀਂ ਹਉਮੇ ਕਰੀਏ ਇਸ ਗੱਲ ਦੀ, ਤਾਂ ਤੇਰੇ ਨਾਲ ਉੱਤੇ ਕਈ ਗਾਹੀ ਤਾਂ 20-20 ਕਿਲੋਮੀਟਰ ਜਾਮ ਕਰਤਾ ਸੀ ਬਰਗਾੜੀ। ਬਰਗਾੜੀ ਤਾਂ 20-20 ਕਿਲੋਮੀਟਰ ਜਾਮ ਹੋ ਗਿਆ ਸੀ ਮੋਰਚੇ ਵੇਲੇ, ਤੇ ਅਸੀਂ ਕਹੀਏ ਜੇ ਸਾਡਾ ਹਉਮੇ ਕਰੀਏ, ਪਰ ਨਹੀਂ, ਉਹ ਸਾਡਾ ਨਹੀਂ, ਉਹ ਗੁਰੂ ਗ੍ਰੰਥ ਸਾਹਿਬ ਕਰਕੇ ਕੱਟ ਸੀ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਰੋਸ ਵਜੋਂ ਕੱਟ ਸੀਗਾ। ਆਪਾਂ ਸਾਰੇ ਗੁਰੂ ਕਰਕੇ ਹਾਂ, ਸਾਡੇ ਕਰਕੇ ਗੁਰੂ ਨਹੀਂ ਆ, ਆਪਾਂ ਗੁਰੂ ਕਰਕੇ ਹਾਂ। ਇਹ ਤੈਨੂੰ ਸਮਝਣਾ ਚਾਹੀਦਾ, ਅਤੇ ਇਹ ਵਿਚਾਰਧਾਰਾ ਲੈ ਕੇ ਚੱਲ। ਬਾਕੀ ਤੇਰੇ ਸਮੇਂ ਦੀ ਮੈਂ ਉਡੀਕ ਕਰੂੰਗਾ ਕਿ ਤੂੰ ਸਦਾ ਸਮਾਂ ਕਦੋਂ ਰੱਖਦਾ TV ਚੈਨਲ ਦੇ ਉੱਤੇ, ਪਰ ਤੈਅ ਕਰਕੇ ਰੱਖੀ, ਸਮਾਂ ਬਣਾ ਕੇ ਰੱਖੀ ਕਿ ਕਦੋਂ ਆਪਾਂ ਨੇ ਜਿਹੜੀ ਆ ਵਿਚਾਰ ਉੱਥੇ ਕਰਨੀ ਆ। ਸਾਰੀਆਂ ਗੱਲਾਂ ਜਿਹੜੀਆਂ ਮੁੱਕ ਜਾਣਗੀਆਂ, ਆਪਾਂ ਵਿਚਾਰ ਜਿਹੜੀਆਂ ਉੱਥੇ ਕਰ ਲਵਾਂਗੇ। ਅਤੇ ਸਾਰੀਆਂ ਸੰਗਤਾਂ ਨੂੰ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਜਿਹੜੇ ਮਾਈ ਭਾਈ
ਨੂੰ ਗੁੰਮਰਾਹ ਕੀਤਾ ਜਾ ਰਿਹਾ ਇਸ ਤਰ੍ਹਾਂ ਦੀਆਂ ਗੱਲਾਂ ਕਰਕੇ ਕਿ ਮੈਂ ਨੌਜਵਾਨਾਂ ਨੂੰ ਇਸ ਤਰ੍ਹਾਂ ਨੌਜਵਾਨ ਟੁੱਟ ਗਏ ਜੀ, ਨੌਜਵਾਨ ਤੁਰਦੇ ਨਹੀਂ, ਨੌਜਵਾਨ ਦੇ ਅੱਜ ਵੀ ਦਰਬਾਰ ਸਾਹਿਬ ਜਾ ਲਾਈਨਾਂ ਲੱਗੀਆਂ ਪਈਆਂ, ਅਨੰਦਪੁਰ ਸਾਹਿਬ ਜਾ ਲਾਈਨਾਂ ਲੱਗੀਆਂ ਪਈਆਂ, ਨੌਜਵਾਨ ਦਰਸ਼ਨ ਇਸ਼ਨਾਨ ਕਰਨ ਵਾਸਤੇ ਜਾਂਦੇ ਆ, ਨੌਜਵਾਨ ਅੱਜ ਵੀ ਕੋਈ ਗੁਰੂ ਦੀ ਗੱਲ ਹੋਵੇ ਹਰ ਜਗ੍ਹਾ 'ਤੇ ਖੜ੍ਹੇ ਆ। ਤੂੰ ਸਮਝਦਾ ਬਸ ਉਹ ਜਿਵੇਂ ਆਪ ਮਰੇ ਜੱਗ ਪਰਲੋ ਵੀ ਤੂੰ ਸਮਝਦਾ ਸਾਰਾ ਕੁਛ ਤੇਰੇ ਨਾਲ ਹੈ, ਭੁਲੇਖਾ ਮਨ 'ਚੋਂ ਕੱਢ ਦੇ। ਸਾਰੀਆਂ ਸੰਗਤਾਂ ਦਾ ਧੰਨਵਾਦ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਸ਼ ਵਿਦੇਸ਼ ਵਿੱਚ ਵੱਸਦੀਆਂ ਸਮੂਹ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਨੂੰ ਦਾਸ ਵੱਲੋਂ ਸਤਿਕਾਰ ਸਹਿਤ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਦੁਆਰਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਖੇ ਸਾਲਾਨਾ ਸਮਾਗਮ ਸੀ, 21 ਲੋੜਵੰਦ ਪਰਿਵਾਰਾਂ ਦੀਆਂ ਬੱਚੀਆਂ ਦੇ ਆਨੰਦ ਕਾਰਜ ਸੀ, ਮਹਾਨ ਨਗਰ ਕੀਰਤਨ ਸੀ, ਅਤੇ ਉਸ ਸਮਾਗਮ ਦੇ ਵਿੱਚ ਬਿਜੀ ਹੋਣ ਕਰਕੇ ਮੈਂ ਇਸ ਪਾਸੇ ਬਹੁਤਾ ਧਿਆਨ ਨਹੀਂ ਦੇ ਸਕਿਆ। ਵੈਸੇ ਇੱਕ ਦੋ TV ਚੈਨਲਾਂ ਨੇ ਸੰਪਰਕ ਕਰਕੇ ਜਿਹੜਾ ਸੀ ਇਸ 'ਤੇ ਮੇਰੇ ਵਿਚਾਰ ਲੈਣ ਦੀ ਜਿਹੜੀ ਸੀਗੀ ਉਹ ਕੋਸ਼ਿਸ਼ ਕੀਤੀ। ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਜੋਗੇ ਰੱਲੇ ਦੀਵਾਨ ਤੋਂ ਬਾਅਦ ਆਪਣੀ ਜਿਹੜੀ ਕੋਈ ਤਕਰੀਬਨ ਘੰਟੇ ਡੇਢ ਘੰਟੇ ਦੀ ਵੀਡੀਓ ਜਿਹੜੀ ਆ ਉਹ ਵਾਇਰਲ ਕੀਤੀ ਆ, ਔਰ ਜਿਸ ਦੇ ਵਿੱਚ ਉਸਨੇ ਆਪਣੇ ਸਮਾਗਮ ਬੰਦ ਕਰਨ ਦਾ ਐਲਾਨ ਕੀਤਾ। ਵਿਚਾਰ ਚਰਚਾ TV ਚੈਨਲਾਂ ਦੇ ਉੱਤੇ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ, ਭਾਈ ਅਮਰੀਤ ਸਿੰਘ ਜਨਾਲਾ ਦੇ ਨਾਲ ਕਰਨ ਦਾ ਐਲਾਨ ਕੀਤਾ। ਸਭ ਤੋਂ ਪਹਿਲੀ ਗੱਲ ਤਾਂ ਮੈਂ ਇਹੀ ਕਹਿਣੀ ਚਾਹੁੰਦਾ ਕਿ ਮੈਂ ਇਸ ਤੋਂ ਪਹਿਲਾਂ ਆਪਣੀ ਵੀਡੀਓ ਦੇ ਵਿੱਚ ਕਿਹਾ ਸੀ ਕਿ ਭਾਈ ਰਣਜੀਤ ਸਿੰਘ ਤੂੰ ਕਹਿੰਦਾ ਕਿ ਪੈਰਾਂ 'ਚ ਨਹੀਂ ਬੈਠੇ, ਇਹ ਲੋਕ ਪੈਰਾਂ 'ਚ ਬਹਾਉਣਾ ਚਾਹੁੰਦੇ ਆ, ਅਤੇ ਮੈਂ ਤੈਨੂੰ ਕਿਹਾ ਸੀਗਾ ਕਿ ਤੂੰ ਪੈਰਾਂ 'ਚ ਤਾਂ ਤੈਨੂੰ ਕੋਈ ਨਹੀਂ ਬਹਾਉਣਾ ਚਾਹੁੰਦਾ, ਬੜੇ ਸਤਿਕਾਰ ਸਹਿਤ ਵਿਚਾਰ ਕਰਨੀ ਚਾਹੁੰਦੇ ਆ, ਪੁੱਛਣਾ ਚਾਹੁੰਦੇ ਆ ਜਿਹੜੀਆਂ ਗੱਲਾਂ ਬਾਤਾਂ ਤੇਰੇ ਵੱਲੋਂ ਕੀਤੀਆਂ ਜਾ ਰਹੀਆਂ। ਪਰ ਮੈਂ ਕਿਹਾ ਸੀ ਯਾਦ ਰੱਖੀਂ ਤੂੰ ਪੈਰਾਂ 'ਚ ਨਹੀਂ, ਤੂੰ ਡੂੰਘਾ ਟੋਆ ਪੁੱਟ ਕੇ ਬੈਠੇਗਾ, ਖੱਡੇ 'ਚ ਬੈਠੇਗਾ। ਪਹਿਲੀ ਗੱਲ ਤਾਂ ਇਹ ਆ ਕਿ ਤੂੰ ਜਿਸ ਵਿਚਾਰ ਤੋਂ ਹੁਣ ਤੱਕ ਭੱਜਦਾ ਰਿਹਾ ਹੁਣ ਵਿਚਾਰ 'ਤੇ ਆ ਗਿਆ, ਚਾਹੇ ਉਹ ਗਿਆਨੀ ਹਰਪ੍ਰੀਤ ਸਿੰਘ ਨਾਲ, ਚਾਹੇ ਉਹ ਭਾਈ ਅਮਰੀਕ ਸਿੰਘ ਜਨਾਲਾ ਨਾਲ, ਵਿਚਾਰ ਵਾਲੀ ਗੱਲ 'ਤੇ ਤਾਂ ਤੂੰ ਆ ਗਿਆ। ਦੂਸਰੀ ਗੱਲ, ਮੈਂ ਸਮਝਦਾ ਕਿ ਇਹ ਬਹੁਤ ਵੱਡਾ ਤੂੰ ਸਟੰਟ ਡਰਾਮਾ ਕੀਤਾ ਹੈ ਲੋਕਾਂ ਦੀ ਹਮਦਰਦੀ ਬਟੋਰਨ ਵਾਸਤੇ, ਕਿ ਇਸ ਤਰੀਕੇ ਦੇ ਨਾਲ ਲੋਕਾਂ ਦੀ ਹਮਦਰਦੀ ਮੇਰੇ ਨਾਲ ਸਿਮਤੀ ਜਿਹੜੀ ਆ ਜੁੜ ਜਾਵੇ, ਜੋ ਵੀਡੀਓ ਦੇ ਵਿੱਚ ਵੀ ਵੈਸੇ ਤੋਂ ਬੁੱਧੀਜੀਵੀ ਕਹਿ ਕੇ ਮਿਸ਼ਨਰੀ ਪ੍ਰਚਾਰਕ ਕਹਿ ਕੇ ਬੜੇ ਤਰਲੇ ਲਏ ਆ, ਬੜੇ ਲੋਕਾਂ ਨੂੰ ਵੀ ਕਿਹਾ ਮੇਰੇ ਨਾਲ ਰਿਹੋ। ਜੇ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਕਿ ਜਿਨ੍ਹਾਂ ਨੇ ਕ੍ਰਾਂਤੀ ਲਿਆਂਦੀ, ਤਬਦੀਲੀ ਲਿਆਂਦੀ, ਮੈਨੂੰ ਇਤਿਹਾਸ ਦੇ ਵਿੱਚ ਐਸਾ ਕੋਈ ਸਾਧੂ ਸੰਤ ਮਹਾਂਪੁਰਖ ਗੁਰੂ ਪੀਰ ਫਕੀਰ ਐਸਾ ਨਹੀਂ ਮਿਲਿਆ ਜਿਹਨੇ ਲੋਕਾਂ ਅੱਗੇ ਤਰਲੇ ਕੱਢੇ ਹੋਣ, ਦੂਜੇ ਸਾਧੂ ਸੰਤਾਂ ਜਾਂ ਪ੍ਰਚਾਰਕਾਂ ਅੱਗੇ ਤਰਲੇ ਕੱਢੇ ਹੋਣ ਕਿ ਤੁਸੀਂ ਮੇਰੇ ਨਾਲ ਰਹੋ, ਤੁਸੀਂ ਮੇਰਾ ਸਾਥ ਦਿਓ, ਔਰ ਜਿਸ ਤਰੀਕੇ ਨਾਲ ਗਿੜਗਿੜਾ ਕੇ ਤਰਲੇ ਤੈਂ ਕੱਢੇ ਆ ਉਹ ਸਾਰੀ ਦੁਨੀਆ ਨੇ ਸੁਣੇ ਆ। ਜੇ ਵਾਕਈ ਤੂੰ ਤਬਦੀਲੀ ਲਿਆਉਣੀ ਚਾਹੁੰਦਾ ਕੋਈ, ਤੈਨੂੰ ਤੇਰੇ ਕਹਿਣ ਅਨੁਸਾਰ ਅਸੀਂ ਤਾਂ ਨਹੀਂ ਮੰਨਦੇ, ਪਰ ਫਿਰ ਪਰਮੇਸ਼ੁਰ ਦੁਆਰ ਦੀ ਕੀ ਲੋੜ ਆ, ਫਿਰ ਗੱਡੀਆਂ ਕਾਰਾਂ ਦੀ ਕੀ ਲੋੜ ਆ, ਫਿਰ ਚੱਕ ਖੇਸ ਜਾਂ ਲੋਈ ਮੋਢੇ 'ਤੇ ਰੱਖ ਅਤੇ ਤੁਰ ਪਾ, ਫਿਰ ਪੁਲਿਸ ਪ੍ਰੋਟੈਕਸ਼ਨ ਦੀ ਕੀ ਲੋੜ ਆ, ਤੁਰ ਪਾ। ਕ੍ਰਾਂਤੀਕਾਰੀਆਂ ਨੇ ਕਦੇ ਪਰਵਾਹ ਨਹੀਂ ਕੀਤੀ, ਉਹਨਾਂ ਨੇ ਫੋਰਸਾਂ ਨਹੀਂ ਰੱਖੀਆਂ, ਜਿਨ੍ਹਾਂ ਤਬਦੀਲੀਆਂ ਲਿਆਂਦੀਆਂ ਉਹ ਤੱਤੀਆਂ ਤਵੀਆਂ 'ਤੇ ਬੈਠੇ, ਉਹਨਾਂ ਚਾਂਦਨੀ ਚੌਂਕ 'ਚ ਸੀਸ ਕਟਾਇਆ, ਉਹ ਨੀਹਾਂ 'ਚ ਚਿਣੇ ਗਏ, ਉਹਨਾਂ ਨੇ ਇਸ ਤਰ੍ਹਾਂ ਸਰਕਾਰਾਂ ਕੋਲ ਤਰਲੇ ਨਹੀਂ ਕੀਤੇ ਕਿ ਸਾਡੇ ਪ੍ਰੋਗਰਾਮ ਕਰਾਓ ਜਾਂ ਸਾਨੂੰ ਸੁਰੱਖਿਆ ਦਿਓ।
ਮੈਂ ਇੱਕ ਗੱਲ ਕਹਿਣੀ ਚਾਹੁੰਦਾ ਕਿ ਤੂੰ ਮੈਂ ਉਹੀ ਲਫ਼ਜ਼ ਵਰਤ ਸਕਦਾ ਜਿਹੜਾ ਸ਼ਬਦ ਤੂੰ ਆਪਣੀ ਵੀਡੀਓ ਦੇ ਵਿੱਚ ਵਰਤਿਆ ਕਿ ਦਾਦੂ ਵਾਲ ਕਿਹੜੀ ਏਜੰਸੀ ਜਿਹੜੀ ਸਾਨੂੰ ਇੰਨਾ ਕੁਛ ਦੇ ਦੂਗੀ। ਅੱਜ ਤੱਕ ਜਿਹੜਾ ਕੁਛ ਤੇਰੇ ਕੋਲ ਆ ਉਹ ਜੋ ਤੂੰ 15 ਸਾਲ ਜਿਹਨੂੰ ਤੂੰ ਕਹਿੰਦਾ ਕਿ ਮੈਂ ਝੂਠ ਬੋਲਿਆ ਗੱਪਾਂ ਮਾਰੀਆਂ ਉਹਦੇ ਕਰਕੇ ਇਕੱਠਾ ਕੀਤਾ, ਉਹਦੇ ਨਾਲ ਪਰਮੇਸ਼ਰ ਦੁਆਰ ਬਣਿਆ, ਉਹਦੇ ਨਾਲ ਸਾਧਨ ਆਏ। ਤੂੰ ਕਹਿ ਰਿਹਾ ਇਹ ਚਸਕਾ ਬੜਾ ਔਖਾ ਛੱਡਣਾ, ਪੁਜਾਰੀ ਛੱਡਦੇ ਨਹੀਂ। ਮੈਨੂੰ ਤੂੰ ਇੱਕ ਗੱਲ ਦੱਸ ਵੀ ਪੁਜਾਰੀ ਜਿਨ੍ਹਾਂ ਨੂੰ ਤੂੰ ਪੁਜਾਰੀ ਕਹਿੰਦਾ ਜਿਹੜੇ ਡੇਰੇਦਾਰ ਸੰਤ ਮਹਾਤਮਾ ਨੂੰ, ਉਹਨਾਂ ਨਾਲੋਂ ਤੇਰਾ ਫਰਕ ਕੀ ਹੈ? ਕੀ ਤੇਰੇ ਰਹਿਣ ਸਹਿਣ ਦਾ ਫਰਕ ਆ ਉਹਨਾਂ ਨਾਲੋਂ? ਤੇਰੇ ਆਉਣ ਜਾਣ ਦਾ ਫਰਕ ਆ ਜਾਂ ਤੇਰੀ ਉਪਜੀਵਿਕਾ ਦਾ ਫਰਕ ਆ? ਜੇ ਉਹ ਸਾਧੂ ਸੰਤ, ਜੇ ਉਹ ਪ੍ਰਚਾਰਕ ਜਾਂ ਉਹ ਡੇਰੇਦਾਰ ਲੋਕਾਂ ਦੇ ਚੜਾਵੇ ਦੇ ਉੱਤੇ ਆਪਣਾ ਗੁਜ਼ਰ ਬਸਰ ਕਰਦੇ ਤੇਰੇ ਕਹਿਣ ਅਨੁਸਾਰ, ਤਾਂ ਮੈਨੂੰ ਤੂੰ ਦੱਸ ਦੇ ਵੀ ਤੇਰੇ ਫਾਰਮ ਹਾਊਸ ਕਿੱਥੇ ਆ, ਖਾਨਦਾਨੀ ਤੇਰੀਆਂ ਫੈਕਟਰੀਆਂ ਕਿੱਥੇ ਆ ਜਿਨ੍ਹਾਂ ਦਾ ਤੈਨੂੰ ਪੈਸਾ ਆਉਂਦਾ ਅਤੇ ਤੂੰ ਚੱਲਦਾ? ਔਰ ਮੈਂ ਉਹ ਵੀ ਲਫ਼ਜ਼ ਵਰਤ ਸਕਦਾ ਜਿੱਦਾਂ ਤੂੰ ਵਰਤਿਆ, ਮੈਂ ਵੀ ਕਹਿ ਸਕਦਾ ਕਿ ਢੱਡਰੀ, ਜਿਵੇਂ ਤੂੰ ਕਿਹਾ ਦਾਦੂ ਵਾਲ, ਮੈਂ ਕਹਿ ਸਕਦਾ ਢੱਡਰੀ ਤੇਰੀਆਂ ਫੈਕਟਰੀਆਂ ਕਿੱਥੇ ਆ, ਤੇਰੇ ਫਾਰਮ ਹਾਊਸ ਕਿੱਥੇ ਆ, ਤੇਰਾ ਉਹਨਾਂ ਨਾਲੋਂ ਫਰਕ ਕੀ ਆ? ਜੇ ਵਾਕਿਆ ਤੋਂ ਕਹਿੰਦਾ ਮੈਂ 15 ਸਾਲ ਗੱਪ ਕਹਾਣੀਆਂ ਸੁਣਾਈਆਂ ਉਸ ਪ੍ਰਜਾਤ ਨਾਲੋਂ, ਤੂੰ ਅੱਜ ਪਾਸੇ ਨਿਕਲਿਆ, ਤੂੰ ਕਿਹਾ ਮੈਂ ਸਾਧ ਬਾਬਿਆਂ 'ਚੋਂ ਨਿਕਲ ਕੇ ਆਇਆ, ਛੱਡਿਆ ਤੂੰ ਉਹ ਸਾਰਾ ਕੁਝ ਸਾਧ ਬਾਬਿਆਂ ਵਾਲਾ? ਜਿਹੜਾ ਕੋਈ ਤੂੰ ਕਹਿੰਦਾ ਮੈਂ ਸਾਧ ਬਾਬਿਆਂ 'ਚੋਂ ਨਿਕਲ ਕੇ ਇਹਨਾਂ ਵੱਲ ਆਇਆ ਦੂਜੇ ਪ੍ਰਚਾਰਕਾਂ ਵੱਲ ਵੇਖ ਕੇ, ਪਹਿਲੀ ਗੱਲ ਤਾਂ ਤੇਰੀ ਇਹੀ ਗੱਲ ਗਲਤ ਆ। ਤੂੰ ਕਿਹਾ ਕਿ ਮੈਂ ਇਹਨਾਂ ਵੱਲ ਵੇਖ ਕੇ ਅਤੇ ਉਹ ਅੱਜ ਮੇਰੇ ਨਾਲ ਨਹੀਂ ਖੜ ਰਹੇ, ਪਹਿਲੀ ਤਾਂ ਤੇਰੀ ਇਹੀ ਗਲਤੀ ਹੈ। ਤੈਨੂੰ ਕੋਈ ਗੁਰੂ ਸਾਹਿਬ ਨੇ ਗਿਆਨ ਨਹੀਂ ਬਖਸ਼ਿਆ, ਗੁਰੂ ਦਾ ਗਿਆਨ ਲੈ ਕੇ ਤੂੰ ਆਪਣੀ ਲੀਕ ਜਿਹੜੀ ਲਾਈਨ ਆ ਵੱਖਰੀ ਨਹੀਂ ਖਿੱਚੀ। ਤੂੰ ਤਾਂ ਆਪ ਕਹਿ ਰਿਹਾ ਤੂੰ ਉਹਨਾਂ ਵੱਲ ਵੇਖ ਕੇ, ਉਹਨਾਂ ਕਥਾਵਾਚਕਾਂ, ਉਹਨਾਂ ਪ੍ਰਚਾਰਕਾਂ ਜਾਂ ਉਹਨਾਂ ਬੁੱਧੀਜੀਵੀਆਂ ਜਾਂ ਮਿਸ਼ਨਰੀਆਂ ਵੱਲ ਵੇਖ ਕੇ ਪਾਸੇ ਆਇਆ ਜਿਹੜੇ ਅੱਜ ਤੇਰੇ ਨਾਲ ਨਹੀਂ ਖੜ ਰਹੇ, ਜਿਨ੍ਹਾਂ ਨੂੰ ਤੂੰ ਤਰਲੇ ਕੱਢ ਰਿਹਾ, ਜਿਨ੍ਹਾਂ ਅੱਗੇ ਤੂੰ ਗਿੜਗਿੜਾ ਰਿਹਾ, ਜਿਨ੍ਹਾਂ ਨੂੰ ਤੂੰ ਦੱਸ ਰਿਹਾ ਕਿ ਤੁਹਾਡੇ ਨੱਕ ਭੰਨਤੇ, ਉਹਨਾਂ ਨੇ ਤੁਹਾਨੂੰ ਐਂ ਕਰ ਦਿੱਤਾ, ਉਹ ਕਰ ਦਿੱਤਾ, ਤੁਸੀਂ ਅੱਜ ਵੀ ਉਹਨਾਂ ਨਾਲ ਜਾ ਖੜੇ ਹੋਏ ਹੋ ਸਟੇਜਾਂ ਬਚਾਉਣ ਵਾਸਤੇ। ਮੈਂ ਸਟੇਜਾਂ ਨਹੀਂ ਬਚਾਉਣੀਆਂ, ਮੈਂ ਇੱਕ ਗੱਲ ਕਹਿਣੀ ਚਾਹੁੰਦਾ ਕਿ ਤੂੰ ਉਹਨਾਂ 'ਚੋਂ ਨਿਕਲ ਕਿਵੇਂ ਆਇਆ? ਤੂੰ ਕਹਿੰਦਾ ਮੈਂ ਉਹਨਾਂ ਸਾਧ ਬਾਬਿਆਂ 'ਚੋਂ ਨਿਕਲਿਆ, ਕਿਹੜੀ ਗੱਲ ਤੋਂ ਤੂੰ ਨਿਕਲਿਆ? ਕੀ ਇਕੱਲਾ ਭਾਈ ਕਹਾਉਣ ਦੇ ਨਾਲ ਕੋਈ ਨਿਕਲ ਆਉਂਦਾ? ਤੂੰ ਕਹਿੰਦਾ ਮੈਂ ਭਾਈ ਕਿਹਾ, ਸੰਤ ਬਾਬਾ ਨਾ ਕਹੋ, ਇਹ ਕਹਾਉਂਦੇ ਆ ਤਾਂ ਲੋਕ ਕਹਿੰਦੇ ਆ। ਤੂੰ ਤਾਂ ਛੋਟੇ ਇਕੱਠ 'ਚ ਗਿਆ ਹੋਊ, ਮੈਂ ਤਾਂ ਲੱਖਾਂ ਦੇ ਇਕੱਠ ਵਿੱਚ ਗਿਆ ਸੀਗਾ 10 ਨਵੰਬਰ 2015 ਨੂੰ ਸਰਬੱਤ ਖਾਲਸਾ ਚੱਬਾ ਦੀ ਧਰਤੀ 'ਤੇ, ਔਰ ਇੱਥੋਂ ਤੱਕ ਕਿ ਪ੍ਰਬੰਧਕਾਂ ਨੂੰ ਵੀ ਨਹੀਂ ਸੀ ਪਤਾ ਕਿ ਮੈਂ ਸਟੇਜ 'ਤੇ ਕੀ ਕਹਿਣਾ। ਜਿਹੜੇ ਪ੍ਰਬੰਧਕ ਸਨ, ਔਰਗੇਨਾਈਜ਼ਰ ਸਨ, ਉਹਨਾਂ ਨੂੰ ਵੀ ਨਹੀਂ ਪਤਾ ਸੀ ਕਿ ਮੈਂ ਕੀ ਕਹਿਣਾ। ਅੱਜ ਵੀ ਉਹ ਗੁਰੂ ਸਾਹਿਬ ਦੀ ਹਜ਼ੂਰੀ 'ਚ ਇਹ ਗੱਲ ਤੈਨੂੰ ਦੱਸ ਸਕਦੇ ਆ। ਮੈਂ ਗੁਰੂ ਸਾਹਿਬ ਦੀ ਹਜ਼ੂਰੀ 'ਚ ਤੈਨੂੰ ਅੱਜ ਵੀ ਮੈਂ ਹਾਜ਼ਰ ਨਾਜ਼ਰ ਗੁਰੂ ਸਾਹਿਬ ਨੂੰ ਜਾਣ ਕੇ ਕਹਿ ਰਿਹਾ, ਮੈਂ ਦੱਸ ਸਕਦਾ ਔਰ ਤੈਨੂੰ ਦੱਸ ਰਿਹਾ ਕਿ ਮੈਂ ਵੀ ਉੱਥੇ ਕਿਹਾ ਸੀ ਭਾਈ ਮੈਨੂੰ ਸੰਤ ਬਾਬਾ ਨਾ ਕਹੋ, ਮੈਨੂੰ ਭਾਈ ਕਹਿ ਲਿਆ ਕਰੋ। ਭਾਈ ਸ਼ਬਦ ਛੋਟਾ ਨਹੀਂ, ਭਾਈ ਗੁਰੂ ਸਾਹਿਬ ਨੇ ਬਖਸ਼ਿਆ, ਸੰਤ ਮਹਾਤਮਾ ਦਾ ਅਸੀਂ ਸਤਿਕਾਰ ਕਰਦੇ ਹਾਂ, ਪਰ ਮੈਨੂੰ ਅੱਜ ਵੀ ਕਈ ਸਟੇਜਾਂ ਦੇ ਉੱਤੇ ਭਾਵੇਂ ਸਰਬੱਤ ਖਾਲਸਾ ਨੇ ਮੈਨੂੰ ਵੱਡੀਆਂ ਸੇਵਾਵਾਂ ਬਖਸ਼ ਦਿੱਤੀਆਂ, ਅੱਜ ਵੀ ਮੈਨੂੰ ਕਈ ਸਟੇਜਾਂ ਦੇ ਉੱਤੇ ਸੰਤ ਬਾਬਾ ਕਹਿ ਦਿੰਦੇ। ਕਈਆਂ ਨੂੰ ਬੇਨਤੀ ਕਰੀ ਦੀ ਹੈ ਭਾਈ ਬਲਜੀਤ ਸਿੰਘ ਕਹਿ ਦਿਓ, ਸੰਤ ਬਾਬਾ ਨਾ ਕਹੋ। ਪਰ ਜੇ ਤੇਰੇ ਕਹਿਣ ਅਨੁਸਾਰ ਕਿ ਸੰਤ ਬਾਬਾ ਕਹਾਇਆ ਜਾਂਦਾ, ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੇ ਵੀ ਕਦੇ ਨਹੀਂ ਸੀ ਕਿਹਾ ਵੀ ਮੈਨੂੰ ਸੰਤ ਬਾਬਾ ਕਹੋ, ਉਹਨਾਂ ਨੂੰ ਸੰਗਤਾਂ ਕਹਿੰਦੀਆਂ।
ਸਾਧੂ ਸੰਤ ਮਹਾਤਮਾ ਇੰਨੇ ਹੋਏ ਸਾਡੇ ਸਤਿਕਾਰਯੋਗ ਹੈ। ਚਲੋ ਮੈਂ ਇਸ ਪਾਸੇ ਬਹੁਤਾ ਟਾਈਮ ਨਾਲ ਆਵਾਂ। ਪਹਿਲੀ ਗੱਲ ਤਾਂ ਇਹ ਹੈ ਕਿ ਜਿਨ੍ਹਾਂ ਨੂੰ ਤੂੰ ਪੁਜਾਰੀ ਕਹਿੰਦਾ ਤੇਰਾ ਉਹਨਾਂ ਨਾਲੋਂ ਕੋਈ ਫਰਕ ਨਹੀਂ ਹੈ, ਰਹਿਣ ਸਹਿਣ ਦਾ, ਆਉਣ ਜਾਣ ਦਾ, ਉਪਜੀਵਿਕਾ ਦਾ। ਜੇ ਉਹਨਾਂ ਦੇ ਕੋਈ ਫਾਰਮ ਹਾਊਸ ਨਹੀਂ, ਫੈਕਟਰੀਆਂ ਨਹੀਂ, ਉਹ ਸੰਗਤ ਦੇ ਚੜਾਵੇ ਨਾਲ ਚੱਲਦੇ ਆਉਂਦੇ, ਸੰਗਤਾਂ ਪੂਜਾ ਭੇਟ ਕਰਦੀਆਂ ਸਤਿਕਾਰ ਨਾਲ, ਅਤੇ ਉਹੀ ਕੰਮ ਤੇਰਾ ਵਾ। ਤੇਰੇ ਕੋਲ ਵੀ ਪੈਸਾ ਇਸੇ ਤਰ੍ਹਾਂ ਆਉਂਦਾ। ਸਵਾਦ ਤਾਂ ਸੀ ਜਿਹੜੀਆਂ ਜਿਨ੍ਹਾਂ ਨੂੰ ਤੂੰ ਗੱਪ ਕਹਾਣੀਆਂ ਕਿਹਾ, ਉਸ ਨੂੰ ਛੱਡ ਕੇ ਪਰਮੇਸ਼ਰ ਦੁਆਰ ਨੂੰ ਤੂੰ ਮੋਢੇ 'ਤੇ ਖੇਸ ਰੱਖ ਕੇ ਉੱਥੋਂ ਨਿਕਲਦਾ ਅਤੇ ਤੁਰ ਪੈਂਦਾ ਸੰਗਤਾਂ ਨੂੰ, ਮੈਂ ਸੁਧਾਰਨ ਵਾਸਤੇ ਚੱਲਿਆ, ਮੈਂ ਤਬਦੀਲੀ ਲਿਆਉਣ ਚੱਲਿਆ, ਮੈਂ ਕ੍ਰਾਂਤੀ ਲਿਆਉਣ ਚੱਲਿਆ, ਔਰ ਮੈਂ ਲੋਕ ਇਹਨਾਂ ਨੌਜਵਾਨਾਂ ਦੇ ਦਿਮਾਗ ਵਿੱਚੋਂ ਜਿਹੜਾ ਹੈ ਉਹ ਗੱਪ ਕਹਾਣੀਆਂ ਕੱਢਣ ਚੱਲਿਆ, ਮੈਂ ਸਹੀ ਗੱਲ ਲੋਕਾਂ ਨੂੰ ਦੱਸਣੀ ਹੈ, ਫਿਰ ਅਸੀਂ ਇਹ ਗੱਲ ਨੂੰ ਮੰਨ ਲੈਂਦੇ। ਦੂਸਰਾ ਤੂੰ ਇੱਕ ਗੱਲ ਕਹੀ ਹੈ, ਕਹਿੰਦਾ ਕਿ ਮੈਂ ਗਿਆਨੀ ਹਰਪ੍ਰੀਤ ਸਿੰਘ ਨਾਲ ਵਿਚਾਰ ਕਰੂੰ, ਅਮਰੀਕ ਸਿੰਘ ਜਨਾਲਾ ਨਾਲ ਕਰੂੰ, ਹਰੇਕ ਹੀ ਮਾਮੇ ਬਣ ਜਾਂਦੇ, ਹਰੇਕ ਨਾਲ ਵਿਚਾਰ ਨਹੀਂ ਕਰਨੀ। ਹੁਣ ਤੇਰੀ ਭਾਸ਼ਾ 'ਚ ਮੈਂ ਕਹਿ ਸਕਦਾ ਜਿਵੇਂ ਤੂੰ ਕਿਹਾ ਵੀ ਮਾਮੇ ਨਾ ਬਣ ਜਿਓ ਮੇਰੇ, ਮੈਂ ਇਹੀ ਗੱਲ ਤੈਨੂੰ ਕਹਿਣੀ ਚਾਹੁੰਦਾ ਕਿ ਦੇਖ ਢੱਡਰੀ ਤੇਰੀ ਵਾਲੀ ਭਾਸ਼ਾ ਕਿਉਂਕਿ ਤੂੰ ਵਰਤੀ ਆ। ਮੈਂ ਪਹਿਲਾਂ ਬੜੇ ਸਤਿਕਾਰ ਨਾਲ ਭਾਸ਼ਾ ਵਰਤੀ ਆ, ਪਹਿਲੀਆਂ ਵੀਡੀਓ ਮੇਰੀਆਂ ਸੁਣੀਆਂ ਜਾ ਸਕਦੀਆਂ ਨੇ। ਮੈਂ ਇੱਕ ਗੱਲ ਕਹਿਣੀ ਚਾਹੁੰਦਾ ਤੈਨੂੰ, ਤੇਰੀ ਭਾਸ਼ਾ ਦੇ ਅੰਦਰ ਤੈਨੂੰ ਉਹ ਸਾਰੇ ਕਹਿ ਸਕਦੇ ਵੀ ਜਦੋਂ ਤੂੰ ਹਰੇਕ ਦਾ ਸਾਲਾ ਬਣ ਜਾਂਦਾ, ਕਦੇ ਨਾਨਕ ਸਰ 'ਤੇ ਟਿੱਪਣੀ, ਕਦੇ ਦਮਦਮੀ ਟਕਸਾਲ 'ਤੇ ਟਿੱਪਣੀ, ਕਦੇ ਰਾੜਾ ਸਾਹਿਬ 'ਤੇ ਟਿੱਪਣੀ, ਕਦੇ ਕਾਰ ਸੇਵਾ 'ਤੇ ਟਿੱਪਣੀ, ਜਦੋਂ ਤੂੰ ਸਾਰਿਆਂ 'ਤੇ ਟਿੱਪਣੀਆਂ ਕਰਦੇ ਤਾਂ ਸਾਰਿਆਂ ਨੂੰ ਹੱਕ ਆ, ਉਹ ਸਾਰੇ ਕਹਿ ਸਕਦੇ ਵੀ ਸਾਡੇ ਨਾਲ ਬਹਿ ਕੇ ਗੱਲਬਾਤ ਕਰ ਲਾ, ਵਿਚਾਰ ਕਰ ਲਾ। ਜਦੋਂ ਤੂੰ ਸਾਰਿਆਂ 'ਤੇ ਟਿੱਪਣੀ ਕਰੂੰਗਾ, ਤੂੰ ਸਾਰਿਆਂ ਦਾ ਸਾਲਾ ਬਣੂੰਗਾ ਤਾਂ ਉਹ ਤੇਰੇ ਨਾਲ ਵਿਚਾਰ ਕਰ ਸਕਦੇ ਆ। ਜਦੋਂ ਤੂੰ ਇਹ ਗੱਲ ਕਹੇਗਾ ਤਾਂ ਤੇਰੀ ਭਾਸ਼ਾ ਅੰਦਰ ਤੂੰ ਕਹਿ ਰਿਹਾ ਵੀ ਮਾਮੇ ਨਾ ਬਣ ਜਾਇਓ। ਮੈਂ ਇੱਕ ਗੱਲ ਕਹਿਣੀ ਚਾਹੁੰਦਾ, ਵਿਚਾਰਾਂ ਹੋਰ ਵੀ ਚੱਲਣਗੀਆਂ, ਵੀਡੀਓ ਬਣਨਗੀਆਂ, ਤੂੰ ਵੀ ਬਣਾਏਗਾ ਵਿਚਾਰ ਚਰਚਾ, ਥੋੜ੍ਹਾ ਜਿਹਾ ਭਾਸ਼ਾ ਨੂੰ ਸੰਕੋਚ ਕਰ, ਨਹੀਂ ਤਾਂ ਜਿਹੜੀ ਭਾਸ਼ਾ ਵਰਤੇਗਾ ਉਸੇ 'ਚ ਤੈਨੂੰ ਜਵਾਬ ਮਿਲੂਗਾ, ਟਿਟ ਫੋਰ ਟੈਟ ਹੋਊਗਾ, ਸਾਰੇ ਤੈਨੂੰ ਉਸ ਤਰ੍ਹਾਂ ਦੀ ਭਾਸ਼ਾ ਜਿਹੜੀ ਆ ਤੇਰੇ ਵਾਸਤੇ ਵਰਤਣਗੇ। ਅਜੇ ਤਾਂ ਆਮ ਲੋਕ ਵਰਤਦੇ ਫੇਸਬੁੱਕ 'ਤੇ ਵਰਤਦੇ ਆ, ਜਾਂ ਵਟਸਐਪ 'ਤੇ ਵਰਤਦੇ ਆ, ਜਾਂ ਹੋਰ ਇੰਟਰਨੈਟ 'ਤੇ ਕਿਤੇ ਵਰਤਦੇ ਆ, ਫਿਰ ਆਮੋ ਸਾਹਮਣੀ ਭਾਸ਼ਾ ਵੀ ਇਹ ਚੱਲ ਪਊਗੀ, ਔਰ ਇਸਦੀ ਸ਼ੁਰੂਆਤ ਵੀ ਤੂੰ ਕਰ ਰਿਹਾ। ਜਿਵੇਂ ਮੈਂ ਤੈਨੂੰ ਪਹਿਲਾਂ ਵੀ ਕਿਹਾ ਸੀਗਾ, ਜਦ ਤੇਰੇ 'ਤੇ ਹਮਲਾ ਹੋਇਆ, ਗਲਤ ਹੋਇਆ, ਅਸੀਂ ਉਹਦੀ ਨਿੰਦਾ ਕੀਤੀ, ਸਭ ਤੋਂ ਪਹਿਲਾਂ ਅਸੀਂ ਹਸਪਤਾਲ ਗਏ, ਪਰ ਉਹ ਤੇਰਾ ਕੰਮ ਸ਼ੁਰੂਆਤ ਕੀਤਾ ਸੀਗਾ। ਤੂੰ ਟਕਸਾਲ ਦੀ ਪੱਗ ਨੂੰ ਲੀਰਾਂ ਲੀਰਾਂ ਦੱਸ ਰਿਹਾ ਸੀਗਾ, ਤੂੰ ਸ਼ੁਰੂਆਤ ਕੀਤੀ ਸੀ ਤਾਂ ਤੇਰੇ 'ਤੇ ਹਮਲਾ ਹੋਇਆ, ਪਰ ਅਸੀਂ ਫਿਰ ਵੀ ਉਸ ਹਮਲੇ ਨੂੰ ਡਿਫੈਂਡ ਨਹੀਂ ਕੀਤਾ, ਕੰਡੈਮ ਕੀਤਾ। ਅਸੀਂ ਜਦੋਂ DMC ਹਸਪਤਾਲ ਗਏ, ਜਹੇਦਾਰ ਮੰਡ ਸਾਹਿਬ, ਜਹੇਦਾਰ ਅਜਨਾਲਾ ਸਾਹਿਬ ਅਤੇ ਮੈਂ ਗਏ ਸੀਗੇ, ਤਾਂ ਉਸ ਵੇਲੇ ਉੱਥੇ ਜਿਹੜੇ ਅਫਸਰ ਸੀ ਉਹਨਾਂ ਨੇ ਦੱਸਿਆ ਸੀਗਾ ਕਿ ਉਹ ਇੱਥੇ ਨਹੀਂ ਹੈਗਾ, ਉਹ ਕਿਤੇ ਬਸਤਰ ਸਾਫ਼ ਕਰ ਰਿਹਾ ਕਿਸੇ ਦੇ ਘਰ। ਅਸੀਂ ਉਸ ਪਾਸੇ ਨਹੀਂ ਬਹੁਤਾ ਵਿਸਤਾਰ 'ਚ ਜਾਣਾ ਚਾਹੁੰਦੇ। ਤੂੰ ਕਹਿੰਦਾ ਮੇਰੇ ਨਾਲ ਨਹੀਂ ਕੋਈ ਖੜਾ, ਭੋਗ ਦੇ ਉੱਤੇ ਵੀ ਜਾ ਕੇ ਤੇਰੇ ਨਾਲ ਖੜ੍ਹੇ ਸੀ ਉੱਥੇ, ਭਾਵੇਂ ਅਸੀਂ ਦਮਦਮੀ ਟਕਸਾਲ 'ਚ ਵਿੱਦਿਆ ਪ੍ਰਾਪਤ ਕੀਤੀ, ਦਮਦਮੀ ਟਕਸਾਲ ਦਾ, ਦਮਦਮੀ ਟਕਸਾਲ ਦੇ ਮਹਾਂਪੁਰਸ਼ਾਂ ਦਾ ਸਤਿਕਾਰ ਕਰਦੇ, ਕਿਸੇ ਨਾਲ ਮਤਭੇਦ ਵੀ ਹੋ ਸਕਦੇ, ਅੱਜ ਕਿਸੇ ਵਿਦਿਆਰਥੀ ਕਿਸੇ ਗਿਆਨੀ ਨਾਲ ਮਤਭੇਦ ਵੀ ਹੋ ਸਕਦੇ ਆ, ਜਿੰਦਾ ਕੌਮ ਹੈ ਆਪਸ ਵਿੱਚ ਮਤਭੇਦ ਜਿਹੜੇ ਆ ਉਹ ਪੈਦਾ ਹੋ ਜਾਂਦੇ ਆ, ਘਰ 'ਚ ਭਾਂਡੇ ਨੇ, ਚਾਰ ਭਾਂਡੇ ਟੋਕਰੀ 'ਚ ਖੜਕ ਵੀ ਜਾਂਦੇ ਆ, ਕੋਈ ਐਡੀ ਗੱਲ ਨਹੀਂ ਆ, ਪਰ ਤੈਨੂੰ ਭਾਸ਼ਾ ਦਾ ਇਸਤੇਮਾਲ ਸਹੀ ਕਰਨਾ ਚਾਹੀਦਾ। ਤੂੰ ਇਹ ਨਾ ਕਹਿ ਵੀ ਹਰੇਕ ਮਾਮੇ ਬਣ, ਤੈਨੂੰ ਹਰੇਕ ਕਹਿਣ ਲੱਗ ਜੂਗਾ ਫਿਰ ਤੂੰ ਹਰੇਕ ਦਾ ਸਾਲਾ ਬਣਦਾ ਅਤੇ ਤਾਂ ਤੇਰੇ ਨਾਲ ਵਿਚਾਰ ਜਿਹੜੀ ਆ ਕਰਨ ਅਸੀਂ ਆਏ ਹਾਂ ਜਾਂ ਅਸੀਂ ਕਰਨੀ ਚਾਹੁੰਦੇ ਹਾਂ। ਇਸ ਗੱਲ ਤੋਂ ਤੈਨੂੰ ਗੁਰੇਜ਼ ਕਰਨਾ ਚਾਹੀਦਾ। ਤੂੰ ਕਹਿ ਰਿਹਾ ਮੇਰੇ ਮਾਂ ਪਿਓ ਸਿੱਧੇ ਆ, ਉਹ ਤੋਂ ਬੜਾ ਉਹਨਾਂ ਨੇ ਜੰਮਿਆ, ਮਾਤਾ ਪਿਤਾ ਸਤਿਕਾਰਯੋਗ ਹੁੰਦੇ ਆ। ਜੇ ਤੈਨੂੰ ਮਾਂ ਬਾਪ ਦਾ ਹੀ ਤੈਨੂੰ ਸਤਿਕਾਰ ਨਹੀਂ ਆਉਂਦਾ, ਉਹਨਾਂ ਨੂੰ ਤੂੰ ਸਿੱਧਰੇ ਕਹਿ ਰਿਹਾ, ਮਾਂ ਬਾਪ ਸਾਡੇ ਸਤਿਕਾਰਯੋਗ ਆ,
ਮਾਂ ਬਾਪ ਦਾ ਸਤਿਕਾਰ ਹੀ ਨਹੀਂ ਜੇ ਸਿੱਖਿਆ ਤਾਂ ਹੋਰ ਆਪਾਂ ਗੁਰੂ ਦਾ ਸਤਿਕਾਰ ਕਿਵੇਂ ਕਰ ਲਾਂਗੇ? ਤੂੰ ਕਹਿ ਰਿਹਾ ਮਾਂ ਬਾਪ ਬੜੇ ਸਿੱਧਰੇ ਆ ਪਰ ਪੁੱਤ ਬੜਾ ਜੰਮਿਆ, ਕੱਦ ਛੋਟਾ, ਬੜਕ ਬੜੀ ਆ, ਤੂੰ ਆਪ ਹੀ ਆਪਣੀ ਬੜਕ ਦੀਆਂ ਆਪਣੇ ਮੂੰਹੋਂ ਮੀਆਂ ਮਿੱਠੂ, ਆਪ ਹੀ ਤੇਰੀਆਂ ਵੀਡੀਓ ਪਈਆਂ ਨੇ, ਕਦੇ ਤੂੰ ਕਹਿ ਰਿਹਾ ਜਦੋਂ ਮੇਰੇ 'ਤੇ ਹਮਲਾ ਹੋਇਆ, ਮੈਂ ਗੱਡੀ ਰਿੰਮਾਂ 'ਤੇ ਭਜਾਈ, ਮੈਂ ਸਪੀਡ ਨਾਲ ਭੱਜਿਆ ਉੱਥੇ ਜਾ ਕੇ, ਭਈਆਂ ਨੂੰ ਕਿਹਾ ਵੀ ਸਾਨੂੰ ਇੱਥੇ ਵੜਨ ਦਿਓ ਜੀ, ਅਸੀਂ ਲੁਕ ਜਾਈਏ, ਉਦੋਂ ਬੜਕ ਕਿੱਥੇ ਗਈ ਸੀ? ਕਿਹੜੀ ਬੜਕ ਦੀਆਂ ਗੱਲਾਂ ਕਰਦਾ? ਕੋਟਕਪੂਰੇ ਜਦੋਂ ਪੁਲਿਸ ਨੇ ਤਸ਼ੱਦਦ ਕੀਤਾ ਸਰਕਾਰ ਨੇ, ਅਤੇ ਉੱਥੇ ਸਾਥੀਆਂ ਡਾਹ ਕੇ ਖੜ੍ਹਦੇ, ਕਿੰਨੇ ਸਿੰਘ ਖੜ੍ਹੇ ਉੱਥੇ, ਗ੍ਰਿਫਤਾਰੀਆਂ ਵੀ ਹੋਈਆਂ, ਤੇਰੀ ਤਾਂ ਗ੍ਰਿਫਤਾਰੀ ਵੀ ਨਹੀਂ ਹੋਈ, ਤੇਰੀ ਆਪਦੀ ਵੀਡੀਓ ਆਈ ਹੈ, ਤੂੰ ਕਹਿ ਰਿਹਾ ਸਾਨੂੰ ਗ੍ਰਿਫਤਾਰ ਕੀਤਾ, ਤੇਰੇ ਜਥੇ ਨੂੰ ਮੇਰੇ ਨਾਲ ਗ੍ਰਿਫਤਾਰ ਕੀਤਾ, ਭਾਈ ਗੁਰਪ੍ਰੀਤ ਸਿੰਘ ਤੇਰੇ ਜਥੇ ਦੇ ਬਾਕੀ ਸਾਥੀਆਂ ਨੂੰ ਮੇਰੇ ਨਾਲ ਗ੍ਰਿਫਤਾਰ ਕੀਤਾ, ਸਾਨੂੰ ਬੱਸ 'ਚ ਚੜ੍ਹਾ ਕੇ ਲਗਾਏ, ਅੱਗੇ ਜਾ ਕੇ ਸਾਨੂੰ ਪੰਜ ਗ੍ਰਾਈਆਂ ਵਾਲੇ ਰਸਤੇ 'ਤੇ ਲਾਹ ਦਿੱਤਾ, ਅਸੀਂ ਫਿਰ ਵਾਪਸ ਆ ਗਏ ਅਤੇ ਤੇਰੇ ਜਥੇ ਵਾਲੇ ਜਿਹੜੇ ਸੀ ਉਹ ਚਲੇ ਗਏ ਅੱਗੇ, ਫਿਰ ਤੇਰੀ ਵੀਡੀਓ ਵਾਇਰਲ ਹੋਈ, ਤੂੰ ਕਹਿ ਰਿਹਾ ਵੀ ਪੁਲਿਸ ਲਾਠੀਆਂ ਚਲਾ ਰਹੀ ਸੀ, ਲੋਕਾਂ ਦੇ ਕੁੰਡੇ ਖੜਕਾਏ ਲੋਕਾਂ, ਅਸੀਂ ਭੱਜੇ ਉੱਥੋਂ ਨਿਕਲੇ, ਕੁੰਡੇ ਖੜਕਾਉਂਦੇ ਲੋਕ, ਕੁੰਡੇ ਨਹੀਂ ਸੀ ਖੋਲਦੇ, ਕਿੱਥੇ ਸੀ ਬੜਕ? ਕਿਹੜੀ ਬੜਕ ਦੀਆਂ ਗੱਲਾਂ ਕਰਦਾ? ਤੇਰੀ ਬੜਕ ਦੀਆਂ ਤਾਂ ਉਹ ਗੱਲ ਮੈਂ ਸਮਝ ਸਕਦਾ, ਜਿਵੇਂ ਗੰਗਾਨਗਰ ਦੀਵਾਨ ਸੀ, ਇੱਕ ਡੇਰੇ ਸਰਸੇ ਦੇ ਪੈਰੋਕਾਰ ਨੇ ਡੀਸੀ ਦਫ਼ਤਰ ਦੇ ਅੱਗੇ ਆਪਣੇ ਆਪ ਦੇ ਪੈਟਰੋਲ ਛਿੜ ਕੇ ਅੱਗ ਲਾ ਲਈ, ਅਤੇ ਤੂੰ ਮੌੜ ਮੰਡੀ ਕੋਲੋਂ ਹੀ ਮੁੜ ਗਿਆ, ਮਾੜਾ ਜਿਹਾ ਤੈਨੂੰ ਕਿਸੇ ਨੇ ਫੋਨ 'ਤੇ ਕਿਹਾ ਤਾਂ ਮਾਹੌਲ ਬੜਾ ਖਰਾਬ ਆ, ਅਤੇ ਤੂੰ ਸੰਗਤ ਉੱਥੇ ਵਿਚਾਰੀ ਹੈਰਾਨ ਹੁੰਦੀ ਰਹੀ ਗੰਗਾਨਗਰ, ਅਤੇ ਤੂੰ ਮੌੜ ਮੰਡੀ ਤੋਂ ਗੱਡੀਆਂ ਵਾਪਸ ਕਰਕੇ ਪਰਮੇਸ਼ਰ ਦੁਆਰ ਨੂੰ ਤੁਰ ਪਿਆ। ਤੇਰੀ ਬੜਕ ਦੀ ਤਾਂ ਉਹ ਗੱਲ ਆ, ਜਿਵੇਂ ਇੱਕ ਕਹਾਵਤ ਆ, ਕਹਿੰਦੇ ਕਿਸੇ ਢੱਠੇ ਨੂੰ ਕਿਸੇ ਨੇ ਕਿਹਾ ਵੀ ਉਹ ਬੜਕ ਮਾਰਦਾ, ਅਤੇ ਉਹਨੇ ਅੱਗੋਂ ਆਖਿਆ ਕਹਿੰਦਾ ਢੱਠਾ ਵਾਂ, ਬੜਕ ਤਾਂ ਮਾਰਦਾ, ਅਤੇ ਫਿਰ ਪੰਜਾਬੀ ਦਾ ਲਫ਼ਜ਼ਾ ਵਰਤਣਾ ਪਊਗਾ, ਉਹਨੇ ਆਖਿਆ ਮੋਕ ਮਾਰਦਾ, ਕਹਿੰਦਾ ਇਹ ਗਊ ਦਾ ਜਾਇਆ ਇਹ ਤਾਂ ਕਰਕੇ ਮੋਕ ਮਾਰਦਾ। ਤੇਰੀ ਬੜਕ ਦੀ ਤਾਂ ਉਹ ਗਾਂ ਗਊ ਦੇ ਜਾਏ ਵਾਲੀ ਗੱਲ ਆ, ਕਿਹੜੀ ਬੜਕ ਦੀਆਂ ਤੂੰ ਗੱਲਾਂ ਕਰਦਾ? ਕਿਉਂ ਖਾਨਾ ਜੰਗੀ ਦਾ ਮਾਹੌਲ ਪੈਦਾ ਕੀਤਾ? ਫਿਰ ਤੂੰ ਆਪਣੀਆਂ ਗੱਲਾਂ ਕਹਿ ਰਿਹਾ ਕਿ ਜਿਹੜਾ ਹੈ ਇੰਟਰਪ੍ਰਟੇਸ਼ਨ ਜਿਹੜੀ ਆ, ਮੈਂ ਇੰਟਰਪ੍ਰਟੇਸ਼ਨ ਬੱਚਿਆਂ ਨੂੰ ਦਊਂਗਾ, ਆ ਉਹ ਸਰੋਵਰ ਆ, ਆ ਉਹ ਗੁਰਦੁਆਰਾ ਸਾਹਿਬ ਆ, ਆ ਉਹ ਨਿਸ਼ਾਨ ਸਾਹਿਬ ਆ, ਤੇਰੀ ਇੰਟਰਪ੍ਰਟੇਸ਼ਨ ਦੇ ਉੱਤੇ ਜਿਹੜੇ ਕੰਮ ਹੋਏ ਆ, ਤੇਰੇ ਨਾਲਦਿਆਂ ਨੇ ਕੀਤੇ ਆ, ਇੱਕ ਤਾਂ ਲਾਈਵ ਬਹਿਸ 'ਤੇ ਜਦੋਂ ਬੈਠਾਂਗੇ ਤੂੰ ਸਮਾਂ ਜ਼ਰੂਰ ਕੱਢੀ, ਹੋ ਸਕਦਾ ਗਿਆਨੀ ਹਰਪ੍ਰੀਤ ਸਿੰਘ ਨਾਲ ਤੇਰੀ ਬਹਿਸ ਨਾਲ ਨਾ ਹੋਵੇ, ਉਹ ਨਾ ਟੀ ਵੀ 'ਤੇ ਬਹਿਸ ਕਰਨ ਵਾਸਤੇ ਆਉਣ। ਜਥੇਦਾਰ ਅਜਨਾਲਾ ਸਾਹਿਬ ਨੇ ਕਿਹਾ ਕਿ ਸੰਗਤ ਦੇ ਵਿੱਚ ਬਹਿਸ ਜਿਹੜੀ ਆ ਉਹ ਕਰਨੀ ਆ, ਸੰਗਤ ਵਿੱਚ ਬੈਠ ਕੇ ਬਹਿਸ ਕਰੇ, ਹੋ ਸਕਦਾ ਤੇਰੀ ਜਥੇਦਾਰ ਅਜਨਾਲਾ ਸਾਹਿਬ ਨਾਲ ਵੀ ਬਹਿਸ ਨਾ ਹੋਵੇ। ਪਰ ਮੈਂ ਭਾਈ ਰਣਜੀਤ ਸਿੰਘ ਤੈਨੂੰ ਕਹਿਣਾ ਚਾਹੁੰਦਾ, ਤੇਰੇ ਵਾਲਾ ਲਫ਼ਜ਼ ਨਹੀਂ ਵਰਤਦਾ ਹੁਣ, ਉਹ ਤੈਨੂੰ ਅਹਿਸਾਸ ਕਰਾਉਣ ਵਾਸਤੇ ਮੈਂ ਵਰਤਿਆ ਸੀਗਾ। ਭਾਈ ਰਣਜੀਤ ਸਿੰਘ ਤੂੰ ਬਹਿਸ ਦਾ ਸਮਾਂ ਜ਼ਰੂਰ ਰੱਖੀਂ, ਮੈਨੂੰ ਜ਼ਰੂਰ ਦੱਸੀਂ, ਸਮਾਂ ਮਿਲਾ ਕੇ ਆਪਾਂ ਟੀ ਵੀ ਦੇ ਉੱਤੇ ਬੈਠ ਜਾਵਾਂਗੇ, ਆਪਾਂ ਟੀ ਵੀ 'ਤੇ ਬੈਠ ਕੇ ਵਿਚਾਰ ਜਿਹੜੀ ਆ ਕਰ ਲਵਾਂਗੇ। ਮੈਂ ਇਹ ਕੰਡੀਸ਼ਨ ਨਹੀਂ ਰੱਖਦਾ ਵੀ ਸੰਗਤ 'ਚ ਬੈਠ ਕੇ ਕਰਾਂਗੇ ਜਾਂ ਮੈਂ ਟੀ ਵੀ 'ਤੇ ਨਹੀਂ ਆਉਣਾ, ਆਪਾਂ ਆਪਸ 'ਚ ਕਿਸੇ ਟੀ ਵੀ ਚੈਨਲ ਨਾਲ ਬਣਾ ਲਵਾਂਗੇ ਬੈਠ ਕੇ, ਅਤੇ ਕੋਈ ਰੌਲਾ ਨਹੀਂ, ਕੋਈ ਜਾਤੀ ਵਿਤਕਰਾ ਨਹੀਂ, ਗੁਰੂ ਦੀ ਬਾਣੀ ਦੀ ਗੱਲ, ਗੁਰੂ ਦੇ ਇਤਿਹਾਸ ਦੀ ਗੱਲ। ਤੂੰ ਕਹਿੰਦਾ ਮੈਂ 40 ਮਿੰਟ ਦਊਂਗਾ, ਮੈਂ 40 ਮਿੰਟ ਤੈਨੂੰ ਦੇਊਂਗਾ, 40 ਮਿੰਟ ਤੇਰੇ, ਮੈਨੂੰ 10 ਮਿੰਟ ਹੀ ਦੇ ਦੀ ਭਾਵੇਂ, 10 ਮਿੰਟ ਪਹਿਲਾਂ ਮੇਰੇ ਅਤੇ 40 ਮਿੰਟ ਤੇਰੇ, 40 ਤੋਂ 50 ਲੈ ਲਈ ਇੱਕ ਘੰਟੇ ਦੀ ਬਹਿਸ ਦੇ ਵਿੱਚ ਆਪਾਂ ਗੱਲ ਕਰ ਲਾਂ, 10 ਮਿੰਟ ਹੀ ਬਹੁਤ ਆ, 20 ਵੀ ਨਹੀਂ ਕਹਿੰਦਾ ਮੈਂ ਤੇਰੇ ਵਾਂਗੂ, ਤੂੰ 20 ਕਹੇ ਆ, ਮੈਂ 10 ਮਿੰਟ ਹੀ ਕਹਿਣਾ, ਪਰ ਮੇਰੇ 10 ਮਿੰਟ ਜਿਹੜੇ ਆ ਉਹ ਸਵਾਲ ਦੇ ਜਵਾਬ ਜਿਹੜੇ ਆ ਗੁਰਬਾਣੀ ਦੇ ਇਤਿਹਾਸ ਜਾਂ ਜਿਹੜੀਆਂ ਗੱਲਾਂ ਤੂੰ ਕੀਤੀਆਂ ਉਹਦੇ ਬਾਰੇ ਹੀ ਆ, ਪਰ ਦਈ ਜ਼ਰੂਰ ਮੈਂ ਤੈਨੂੰ ਇਸ ਗੱਲ ਨੂੰ, ਜਿਹੜਾ ਹੈਗਾ ਤੂੰ ਚੈਲੰਜ ਸਮਝਦਾ ਤਾਂ ਚੈਲੰਜ ਸਮਝ ਲਈ ਇਸ ਗੱਲ ਨੂੰ, ਪਰ ਸਮਾਂ ਜ਼ਰੂਰ ਦਈ, ਕਿਉਂਕਿ ਹੋ ਸਕਦਾ ਉਹਨਾਂ ਨਾਲ ਤੇਰੀ ਬਹਿਸ ਨਾ ਹੋ ਸਕੇ,
ਗਿਆਨੀ ਹਰਪ੍ਰੀਤ ਸਿੰਘ ਨਾਲ, ਜਥੇਦਾਰ ਅਜਨਾਲਾ ਸਾਹਿਬ ਨਾਲ ਨਾ ਹੋ ਸਕੇ, ਪਰ ਮੈਂ ਤੇਰੇ ਜਿੱਥੇ ਵੀ ਟਾਈਮ ਰੱਖਣਾ ਹੋਇਆ, ਨਿਊਜ਼ 18 'ਤੇ ਰੱਖਣਾ, ਜੀ ਪੰਜਾਬ 'ਤੇ ਰੱਖਣਾ, ਚੜ੍ਹਦੀ ਕਲਾ ਟਾਈਮ ਟੀਵੀ 'ਤੇ ਰੱਖਣਾ, ਕਿਸੇ ਚੈਨਲ 'ਤੇ ਰੱਖਣਾ, ਤੂੰ ਕਿਹਾ ਮੇਰੇ ਚੈਨਲ ਨਾਲ ਚੱਲ, ਤੇਰੇ ਚੈਨਲ ਵੀ ਨਾਲ ਲਾ ਲਈ, ਮੈਨੂੰ ਕਿਸੇ ਤਰ੍ਹਾਂ ਦੀ ਕੋਈ ਕਿਸੇ ਤੋਂ ਐਲਰਜੀ ਨਹੀਂ ਆ, ਵਿਚਾਰ ਚਰਚਾ ਜ਼ਰੂਰ ਕਰੀ, ਪਰ ਜਿਹੜੀ ਇੰਟਰਪ੍ਰਿਟੇਸ਼ਨ ਜਿਹੜੀ ਤੂੰ ਦਿੱਤੀ ਆ, ਤੇਰੀ ਇੰਟਰਪ੍ਰਿਟੇਸ਼ਨ 'ਤੇ ਕਿੰਨੇ ਕਿੰਨੇ ਕੀ ਕੰਮ ਕੀਤਾ, ਇੰਟਰਪ੍ਰਿਟੇਸ਼ਨ ਤੇਰੀ ਅਤੇ ਬਿੱਟੂ ਨੇ ਕੀ ਕੀਤਾ, ਤੇਰੀ ਇੰਟਰਪ੍ਰਿਟੇਸ਼ਨ 'ਤੇ ਗੁਰਪ੍ਰੀਤ ਉਹ ਸ਼ਾਇਦ ਹੁਣ USA ਆ ਸਮਾਣੇ, ਉਹਨੇ ਕੀ ਕੀਤਾ, ਜਾਂ ਕਿਸ ਤਰ੍ਹਾਂ ਤੇਰੀ ਇੰਟਰਪ੍ਰਿਟੇਸ਼ਨ 'ਤੇ ਕੀ ਕੰਮ ਹੋਏ, ਬਹੁਤ ਕੁਛ ਆ, ਉਹ ਆਪਾਂ ਜਿਹੜਾ ਹੈਗਾ ਲਾਈਵ ਬੈਠ ਕੇ ਕਰਾਂਗੇ, ਉਹ ਇੱਦਾਂ ਬੈਠ ਕੇ ਨਹੀਂ, ਆਪਾਂ ਨੇ ਜਿਹੜਾ ਮੈਂ ਵੀਡੀਓ ਇੱਦਾਂ ਸੋਸ਼ਲ ਮੀਡੀਆ 'ਤੇ ਪਾ ਕੇ ਤੇਰੇ ਤੱਕ ਪਹੁੰਚਾਉਣ ਵਾਸਤੇ ਨਹੀਂ, ਉਹ ਤੈਨੂੰ ਦੱਸਣਾ, ਉਹ ਆਪਾਂ ਜਦੋਂ ਲਾਈਵ ਬੈਠਾਂਗੇ ਉਦੋਂ ਆਪਾਂ ਗੱਲ ਕਰਾਂਗੇ, ਲਾਈਵ ਬੈਠ ਕੇ ਆਪਾਂ ਕਰਾਂਗੇ ਵੀ ਹਰਿਮੰਦਰ ਸਾਹਿਬ ਜੋ ਹੈ ਉਹਦੀ ਕੀ ਮਹੱਤਤਾ ਵਾ, ਅਕਾਲ ਤਖਤ ਸਾਹਿਬ ਦੀ ਕੀ ਮਹੱਤਤਾ, ਅੰਮ੍ਰਿਤ ਸਰੋਵਰ ਦੀ ਕੀ ਮਹੱਤਤਾ, ਅਤੇ ਜਿਹੜੇ ਗ੍ਰੰਥਾਂ ਨੂੰ ਤੂੰ ਕਹਿੰਦਾ ਮੈਨੂੰ ਵੇਖ ਕੇ ਇੱਕ ਚੀਚੀ ਆਉਂਦੀ ਆ, ਉਹਨਾਂ ਗ੍ਰੰਥਾਂ ਦੀ ਕੀ ਮਹੱਤਤਾ ਵਾ, ਜਿਹੜੇ ਸਾਡੇ ਇਤਿਹਾਸਕ ਸਰੋਤ ਆ, ਇਤਿਹਾਸਕ ਗ੍ਰੰਥ ਆ, ਉਹਨਾਂ ਦੀ ਸਾਡੇ ਜੀਵਨ 'ਚ ਕੀ ਮਹੱਤਤਾ ਵਾ। ਮੈਂ ਪਹਿਲਾਂ ਵੀ ਅਕਸਰ ਕਹਿੰਦਾ ਹੁੰਦਾ ਕਿ ਦੁੱਧ 'ਚ ਕੱਖ ਪੈ ਗਿਆ ਅਤੇ ਕੱਖ ਕੱਢ ਕੇ ਦੁੱਧ ਵਰਤਣਾ ਸਿਆਣਪ ਆ, ਕੱਖ ਪਿੱਛੇ ਦੁੱਧ ਡੋਲਣਾ ਸਿਆਣਪ ਨਹੀਂ ਆ। ਅੱਜ ਦੋ ਚਾਰ ਜੇ ਕੋਈ ਇੱਦਾਂ ਦੀਆਂ ਗੱਲਾਂ ਆ ਗਈਆਂ ਜਿਹੜੀਆਂ ਸਾਡੀ ਗੁਰਮਤ ਦੇ ਉੱਤੇ ਨਹੀਂ ਝੁਕਦੀਆਂ, ਗੁਰਮਤ ਅਨੁਸਾਰ ਨਹੀਂ ਆ, ਉਹਨਾਂ ਨੂੰ ਆਪਾਂ ਪਾਸੇ ਕਰਕੇ ਬਾਕੀ ਜਿਹੜਾ ਸਾਡਾ ਸਾਰਾ ਇਤਿਹਾਸ ਆ, ਸਾਡਾ ਜੋ ਗੌਰਵਮਈ ਸੰਘਰਸ਼ਮਈ ਇਤਿਹਾਸ ਆ, ਉਹਨੂੰ ਲੈ ਕੇ ਅਤੇ ਅਸੀਂ ਚੜ੍ਹਦੀ ਕਲਾ ਵਾਲੇ ਪਾਸੇ ਜਾਣਾ, ਅਸੀਂ ਉਸ ਇਤਿਹਾਸ ਨੂੰ ਰੱਦ ਨਹੀਂ ਕਰਨਾ। ਇਹ ਸਾਰੀਆਂ ਵਿਚਾਰਾਂ ਜਿਹੜੀਆਂ ਆਪਾਂ ਲਾਈਵ ਬੈਠ ਕੇ ਕਰਾਂਗੇ, ਅਤੇ ਸਮਾਂ ਜ਼ਰੂਰ ਹੁਣ ਇਹਦੇ 'ਚ, ਇਹ ਨਾ ਕਹੀਂ ਕਿ ਜਿਹੜਾ ਹੈਗਾ ਸਮਾਂ ਨਹੀਂ ਹੈਗਾ, ਸਮਾਂ ਜ਼ਰੂਰ ਦੱਸੀ ਕਿਤੇ ਬੈਠ ਕੇ ਟੀ ਵੀ ਚੈਨਲ ਦੇ ਉੱਤੇ ਲਾਈਵ ਇੰਟਰਪ੍ਰਿਟੇਸ਼ਨ ਦੀਆਂ ਗੱਲਾਂ ਪਾਣੀ ਅਤੇ ਇਤਿਹਾਸ ਦੇ, ਇਹ ਸਾਰੀਆਂ ਗੱਲਾਂ ਜਿਹੜੀਆਂ ਉਹ ਆਪਾਂ ਲਾਈਵ ਬੈਠ ਕੇ ਕਰਾਂਗੇ। ਜੋ ਤੂੰ ਕਹਿਣਾ ਹੋਇਆ ਤੂੰ ਉਹ ਕਹਿ ਦੇਈਂ, ਜਿਹੜੇ ਤੇਰੇ ਚੇਲੇ ਆ, ਜਿਹੜੇ ਤੈਨੂੰ ਫਾਲੋ ਕਰ ਰਹੇ ਆ, ਤੂੰ ਕਿਉਂਕਿ ਆਪ ਕਹਿ ਰਿਹਾ ਮੇਰੇ ਬੰਦੇ, ਉਹ ਤੇਰੇ ਬੰਦੇ ਹੀ ਆ, ਤੇਰੇ ਚੇਲੇ ਹੀ ਬਣ ਗਏ ਆ, ਹੈ ਹੁੰਦੇ ਤਾਂ ਸਾਥੀ ਆ, ਜਿਹੜਾ ਵੀ ਕੋਈ ਕਥਾ ਕੀਰਤਨ ਪ੍ਰਚਾਰ ਕਰਦਾ ਉਹਦੇ ਸਾਥੀ ਹੁੰਦੇ ਆ, ਪਰ ਤੂੰ ਆਪਦੇ ਬੰਦੇ ਬਣਾ ਲਏ, ਚੇਲੇ ਬਣਾ ਲਏ, ਅਤੇ ਜਿਸ ਤਰੀਕੇ ਨਾਲ ਸਾਰੀਆਂ ਗੱਲਾਂ ਬਾਤਾਂ ਉਹਨਾਂ ਨੇ ਕਮੈਂਟ ਕਰਨੇ, ਮੈਂ ਉਹਨਾਂ ਦੀ ਕਦੇ ਪਰਵਾਹ ਨਹੀਂ ਕੀਤੀ, ਇਹੋ ਜਿਹੀਆਂ ਨਾ ਅਸੀਂ ਕਦੇ ਸਰਕਾਰਾਂ ਦੀ ਪਰਵਾਹ, ਨਾ ਇਹੋ ਜਿਹੇ ਕਮੈਂਟਾਂ ਦੀ ਪਰਵਾਹ ਵਾ। ਤੂੰ ਇੱਕ ਆਪਣੇ ਆ ਹਉਮੇ ਹੰਕਾਰ ਕੇ ਮੇਰਾ ਦਿਮਾਗ ਵਾਲਾ ਦਿਮਾਗ 'ਤੇ ਗੋਲੀ ਜਿਹੜੀ ਆ ਮੇਰੇ ਇੱਥੇ ਮਾਰਿਓ ਅਤੇ ਦਿਮਾਗ ਉੱਥੇ ਪਿਆ ਹੋਵੇ, ਨਾ ਤੇਰੇ ਅਸੀਂ ਕੋਈ ਗੋਲੀ ਮਾਰਨੀ ਆ, ਸਾਰਿਆਂ ਨੂੰ ਬੇਨਤੀ ਕਰਾਂਗੇ ਨਾ ਤੇਰੇ ਕੋਈ ਗੋਲੀ ਮਾਰੇ, ਨਾ ਤੇਰਾ ਦਿਮਾਗ ਉੱਥੇ ਜਿਹੜਾ ਬੁੜਕ ਕੇ ਜਾਣਾ, ਤੂੰ ਉਸੇ ਤਰ੍ਹਾਂ ਹੀ ਟਿਕਾਣੇ 'ਤੇ ਆ ਜਾਣਾ। ਤੂੰ ਕਹਿੰਦਾ ਸਾ ਮੈਂ ਇਹਨਾਂ ਦੀਆਂ ਦੁਕਾਨਾਂ ਬੰਦ ਕਰਾ ਦੇਣੀਆਂ, ਅਤੇ ਸਥਾਨ ਨੇ ਗੁਰੂ ਦੇ ਸਥਾਨ ਨੇ ਚੱਲ ਰਹੇ, ਅੱਗੇ ਨਾਲੋਂ ਵੀ ਵੱਧ ਚੱਲ ਰਹੇ, ਜਦੋਂ ਦਾ ਤੂੰ ਦਰਬਾਰ ਸਾਹਿਬ 'ਤੇ ਜਾਂ ਅੰਮ੍ਰਿਤ ਸਰੋਵਰ 'ਤੇ ਸ਼ੰਕਾ ਕੀਤੀ ਆ, ਉਦੋਂ ਵੱਧ ਹੁਣ ਤਾਂ ਗੈਰ ਸਿੱਖ ਵੀ ਦਰਬਾਰ ਸਾਹਿਬ ਆ ਰਹੇ ਆ, ਰਸਤੇ ਭਰੇ ਜਾਂਦੇ, ਪਰਿਕਰਮਾ ਭਰੀਆਂ ਜਾਂਦੀਆਂ ਨੇ ਦਰਬਾਰ ਸਾਹਿਬ ਨੂੰ, ਘੰਟਿਆਂ ਬੱਧੀ ਲਾਈਨਾਂ 'ਚ ਲੱਗਣਾ ਪੈਂਦਾ ਮੱਥਾ ਟੇਕਣ ਵਾਸਤੇ ਦਰਬਾਰ ਸਾਹਿਬ, ਤੇਰੇ ਪ੍ਰਚਾਰ ਨਾਲ ਕੋਈ ਅਸਰ ਨਹੀਂ, ਉਲਟਾ ਤੇਰੀ ਦੁਕਾਨ ਜ਼ਰੂਰ ਬੰਦ, ਇੱਕ ਤੇਰੇ ਸਾਥੀ ਦੀ ਬੰਦ ਹੋ ਗਈ UK ਦੇ ਅੰਦਰ, ਅਤੇ ਤੇਰੀ ਵੀ ਬਾਹਰ ਦੀ ਦੁਕਾਨ ਬੰਦ ਹੋ ਗਈ। ਤੂੰ ਸੋਚਦਾ ਹੋਏਗਾ ਕਿ ਪਰਮੇਸ਼ਰ ਦੁਆਰ ਬੈਠ ਕੇ ਅਤੇ ਯੂਟਿਊਬ ਅਤੇ ਫੇਸਬੁੱਕ ਦੇ ਮਾਧਿਅਮ ਦੇ ਨਾਲ ਤੂੰ ਇਸ ਤਰ੍ਹਾਂ ਦਾ ਕੂੜ ਪ੍ਰਚਾਰ ਕਰ ਲਏਗਾ ਵੀ ਬਾਹਰੋਂ ਛੱਡ ਕੇ, ਇਹ ਤੈਨੂੰ ਕੂੜ ਪ੍ਰਚਾਰ ਤੇਰੇ ਡੇਰੇ 'ਚ ਬੈਠ ਕੇ ਵੀ ਨਹੀਂ ਕਰਨ ਦੇਣਾ। ਜੇ ਤੂੰ ਸੋਚਦਾ ਹੋਵੇਂ ਪਰਮੇਸ਼ਰ ਦੁਆਰ ਬੈਠ ਕੇ ਯੂਟਿਊਬ ਅਤੇ ਫੇਸਬੁੱਕ 'ਤੇ ਕੂੜ ਪ੍ਰਚਾਰ ਕਰ ਲੂੰਗਾ, ਗੁਰੂ ਕੇ ਪੰਥ ਖਾਲਸੇ ਨੇ ਤੈਨੂੰ ਇੱਥੇ ਵੀ ਨਹੀਂ ਕਰਨ ਦੇਣਾ। ਤੂੰ ਅੱਜ ਆਪਣੀ ਹਾਲਤ ਇਹ ਦੇਖ ਲਾ, ਤੂੰ ਜਿਨ੍ਹਾਂ ਦੇ ਕਹਿੰਦਾ ਮੈਂ ਪਿੱਛੇ ਲੱਗ ਕੇ ਅਤੇ ਮੈਂ ਜਿਹੜਾ ਸੀ ਉਹ ਇੱਧਰੋਂ ਇੱਧਰ ਆਇਆ, ਅੱਜ ਤੂੰ ਕਹਿੰਦਾ ਉਹ ਵੀ ਮੇਰੇ ਨਾਲ ਨਹੀਂ ਖੜ੍ਹਦੇ, ਕਿਉਂ ਨਹੀਂ ਖੜ੍ਹਦੇ, ਉਹਨਾਂ ਨੂੰ ਵੀ ਪਤਾ ਦਰਬਾਰ ਸਾਹਿਬ ਦੀ ਮਹੱਤਤਾ ਕੀ ਆ, ਅਕਾਲ ਤਖਤ ਸਾਹਿਬ ਦੀ ਮਹੱਤਤਾ ਕੀ ਆ, ਅੰਮ੍ਰਿਤ ਸਰੋਵਰ ਦੀ ਮਹੱਤਤਾ ਕੀ ਆ, ਅਤੇ ਸਿੱਖ ਇਤਿਹਾਸ ਦੀ ਮਹੱਤਤਾ ਕੀ ਆ।
ਅੱਜ ਦੇ ਤੂੰ ਆਪਣੇ ਆਪ ਨੂੰ ਇਕੱਲਾ ਸਮਝ ਰਿਹਾ, ਠੀਕ ਹੈ ਕੁਝ ਫਾਲੋਅਰ ਤੇਰੇ ਨਾਲ ਹੋਣਗੇ, ਪੂਰੇ ਪੰਥ ਚੋਂ ਕੋਈ ਸੰਸਥਾ ਕੋਈ ਜਥੇਬੰਦੀ ਨਹੀਂ ਹੈ ਤੇਰੇ ਨਾਲ, ਤੇ ਤੈਨੂੰ ਖੁਦ ਮੈਂ ਇੱਕ ਵਾਰ ਫਿਰ ਕਹੂੰਗਾ, ਅਹਿਸਾਸ ਕਰਨਾ ਚਾਹੀਦਾ ਆਪ ਨੜੇ ਗਰੀਬਾਣ 'ਚ ਝਾਤ ਮਾਰ ਕੇ ਦੇਖਣੀ ਚਾਹੀਦੀ ਹੈ ਕਿ ਤੂੰ ਇਹੋ ਜਿਹਾ ਕੁਝ ਕੀ ਕਰ ਰਿਹਾ ਜਿਹਦੇ ਕਰਕੇ ਕੋਈ ਵੀ ਨਹੀਂ ਹੈ। ਤੇ ਫਿਰ ਵੀ ਸਮਝਦੇ ਰਸਤੇ ਜਾ, ਪੰਥ ਦੀ ਵਿੱਚ ਖਾਨਾ ਜੱਗੀ, ਇਸ ਤਰ੍ਹਾਂ ਦਾ ਮਾਹੌਲ ਪੈਦਾ ਨਾ ਕਰ। ਇੱਦਾਂ ਦਾ ਪ੍ਰਚਾਰ ਪਹਿਲਾਂ ਕਰਨ ਵਾਲੇ ਵੀ ਬਹੁਤ ਆਏ, ਬੜਾ ਕੁਛ ਹੋਇਆ, ਕਿੱਧਰ ਗਏ ਕੋਈ ਅੱਜ ਨਾਂ ਨਹੀਂ ਜਾਣਦਾ। ਜਿਵੇਂ ਪੁੱਛੇ ਅਸਮਾਨ ਫਰੀਦਾ ਖੇਵਟ ਕਿਨ ਗਏ, ਜਾਲਣ ਗੁਰਾਂ ਨਾਲ ਉਲਾਮੇ ਜੀ ਸਹਿ, ਤੂੰ ਕਹਿੰਦਾ ਕਿ ਮੈਂ ਸੰਸਾਰ ਬਦਲ ਦੇਣਾ, ਨੌਜਵਾਨ ਬਦਲ, 4-5 ਸਾਲ ਜੇ ਮੈਂ ਪ੍ਰਚਾਰ ਕਰ ਗਿਆ ਤੇ ਮੈਂ ਕਰ ਦੇਣਾ, ਇਹ ਹਉਮੇ ਦੀ ਹੰਕਾਰ ਦੀਆਂ ਗੱਲਾਂ ਨੇ। ਸੇਵਾਦਾਰ ਗੁਰੂ ਦਾ ਬਣ ਕੇ, ਸਿੱਖ ਬਣ ਕੇ ਆਪਾਂ ਕੋਈ ਗੁਰੂ ਦੀ ਗੱਲ ਕਰੀਏ, ਆਪਾਂ ਗੁਰੂ ਦੇ ਸੇਵਾਦਾਰ ਸਿੱਖ ਬਣ ਕੇ, ਦਾਸ ਬਣ ਕੇ ਕੋਈ ਗੁਰੂ ਦੀ ਜਿਹੜੀ ਗੱਲ ਆ ਉਹਨੂੰ ਕਰੀਏ। ਜਿਹੜੇ ਗੈਰ ਸਿੱਖ ਕੋਈ ਸਾਡੀ ਸਿੱਖੀ 'ਤੇ ਹਮਲਾ ਕਰਦੇ ਆ ਜਾਂ ਸਾਡੇ ਪੰਥ ਦੇ ਉੱਤੇ, ਆਪਾਂ ਉੱਧਰ ਨੂੰ ਹਿੱਕ ਡਾ ਕੇ ਆਪਣੇ ਜਿਹੜੀਆਂ ਪ੍ਰਚਾਰ ਦੀਆਂ ਤੋਪਾਂ ਉੱਧਰ ਨੂੰ ਬੀੜੀਏ, ਆਪਾਂ ਆਪਣੇ ਗੁਰਸਥਾਨਾਂ ਵਾਲੀ ਨਾ ਤੋਪਾਂ ਬੀੜ ਦਈਏ। ਨਿੱਕੀ ਨਿੱਕੀ ਗੱਲ 'ਤੇ ਤੂੰ ਤੇਰੀਆਂ ਸਟੇਟਮੈਂਟਾਂ ਆ ਜਾਂਦੀਆਂ ਨੇ, ਪਰ ਦਰਬਾਰ ਸਾਹਿਬ ਦੇ ਉੱਤੇ DGP ਬੋਲਿਆ ਤੇਰੀ ਕੋਈ ਨਹੀਂ ਆਈ ਕਿ ਦਰਬਾਰ ਸਾਹਿਬ ਜਿਹੜੇ ਸਿੱਖ ਜਾਂਦੇ ਆ ਕਰਤਾਰਪੁਰ ਸਾਹਿਬ ਉਹ ਅੱਤਵਾਦੀ ਬਣ ਕੇ ਪਰਦੇ, ਤੇਰੀ ਕੋਈ ਸਟੇਟਮੈਂਟ ਨਹੀਂ। ਦਿੱਲੀ ਦੇ ਵਿੱਚ ਇੰਨਾ ਕਤਲੇਆਮ ਹੋ ਗਿਆ, ਤੇਰੀ ਕੋਈ ਸਟੇਟਮੈਂਟ ਨਹੀਂ। ਇੱਥੋਂ ਪਤਾ ਲੱਗਦਾ ਜਦੋਂ ਤੂੰ ਕਹਿੰਦਾ ਕਿ ਮੈਨੂੰ ਕਿਹੜੀਆਂ ਏਜੰਸੀਆਂ ਕਹਿੰਦੇ ਜਿਹੜੀਆਂ ਸਿੱਖ ਵਿਰੋਧੀ ਏਜੰਸੀਆਂ ਨੇ, ਇੱਥੋਂ ਪਤਾ ਲੱਗਦਾ ਵੀ ਜਦੋਂ ਉਹਨਾਂ ਦੀ ਗੱਲ ਆਉਂਦੀ ਹੈ ਤਾਂ ਤੇਰੀ ਜ਼ਬਾਨ 'ਚੋਂ ਬੋਲ ਨਹੀਂ ਨਿਕਲਦੇ, ਪਰ ਜਦੋਂ ਕੋਈ ਸਿੱਖੀ ਦਾ ਮਸਲਾ ਕਿਤੇ ਨਗਰ ਕੀਰਤਨ ਦੇ ਵਿੱਚ ਬਰੂਦ ਫਟ ਜਾਵੇ, ਆਤਿਸ਼ਬਾਜ਼ੀ ਫਟ ਜਾਵੇ, ਤਾਂ ਤੂੰ ਝੱਟ ਹੀ ਬਿਆਨ ਜਿਹੜੇ ਤੇਰੇ ਨਾਲ ਦੀ ਨਾਲ ਹੀ ਜਿਹੜੇ ਉਹ ਵਾਇਰਲ ਹੋ ਜਾਂਦੇ ਆ। ਇੱਥੋਂ ਪਤਾ ਲੱਗ ਜਾਂਦਾ ਕਿ ਏਜੰਸੀਆਂ ਕੀ ਨੇ, ਇਹਨਾਂ ਗੱਲਾਂ ਦੇ ਨਾਲ ਏਜੰਸੀਆਂ ਦੀ ਜਿਹੜੀ ਸਮਝ ਆ ਉਹ ਪੈ ਜਾਂਦੀ ਹੈ। ਸੋ ਮੈਂ ਬਹੁਤੇ ਵਿਸਥਾਰ ਵਿੱਚ ਨਾ ਜਾਵਾਂ, ਮੈਂ ਤੈਨੂੰ ਕਹਿਣਾ ਚਾਹੁੰਦਾ ਕਿ ਆ ਜਿਹੜੀ ਤੇਰੀ ਇੰਟਰਪ੍ਰਿਟੇਸ਼ਨ ਦੀਆਂ ਗੱਲਾਂ, ਤੇਰੀ ਇੰਟਰਪ੍ਰਿਟੇਸ਼ਨ ਕੀ ਹੈ, ਇਹ ਆਪਾਂ ਜਦੋਂ ਲਾਈਵ ਬੈਠਾਂਗੇ ਉਸ ਵੇਲੇ ਆਪਾਂ ਗੱਲਾਂ ਬਾਤਾਂ ਜਿਹੜੀਆਂ ਸਾਰੀਆਂ ਕਰਾਂਗੇ। ਅਤੇ ਇਹਨਾਂ ਵਿਚਾਰਾਂ ਵਾਸਤੇ ਤੇਰੀ ਜਿਹੜੀ ਲਾਈਵ ਤੂੰ ਵੀਡੀਓ ਪਾਈ ਆ, ਵਾਇਰਲ ਕੀਤੀ ਆ 1.5 ਘੰਟੇ ਦੀ, ਉਹ ਮੈਂ ਸੁਣੀ ਆ, ਅਤੇ ਇਸ ਕਾਰਨ ਕਰਕੇ ਮੈਂ ਤੈਨੂੰ ਕਹਿ ਰਿਹਾ। ਦੂਸਰੀ ਗੱਲ, ਤੂੰ ਕਿਹਾ ਆਪੂ ਬਣੇ ਜਥੇਦਾਰ, ਅਸੀਂ ਆਪੂ ਨਹੀਂ ਬਣੇ, ਸਾਨੂੰ ਕੌਮ ਨੇ ਪੰਥ ਨੇ ਉੱਥੇ ਸੇਵਾਵਾਂ ਬਖਸ਼ੀਆਂ ਸੀ, ਜਿੰਨੀਆਂ ਨਿਭਾ ਹੋਈਆਂ ਨਿਭਾਈਆਂ, ਜਿੰਨੀਆਂ ਨਿਭਾ ਹੋ ਰਹੀਆਂ ਨਿਭਾ ਰਹੇ ਹਾਂ। ਜੇ ਤੈਨੂੰ ਕਹਿ ਦੀ ਆਪੂ ਬਣਿਆ ਸੰਤ, ਆਪੂ ਬਣਿਆ ਭਾਈ, ਆਪੂ ਬਣਿਆ ਪ੍ਰਚਾਰ, ਤੈਨੂੰ ਕਿਹਨੇ ਬਣਾਇਆ, ਕਿਹਨੇ ਸਰਟੀਫਿਕੇਟ ਦਿੱਤਾ ਤੈਨੂੰ, ਕਿਉਂਕਿ ਤੂੰ ਤਾਂ ਜਿਹੜੀ ਥਾਲੀ 'ਚ ਖਾਧਾ ਉਸੇ 'ਚ ਸੇਕ, ਜਿੱਥੋਂ ਤੂੰ ਰਾੜਾ ਸਾਹਿਬ ਤੋਂ, ਜਿਹਦੀ ਸਿੱਧ ਸਰ ਭੀਖੀ ਤੋਂ ਜਿੱਥੋਂ ਤੂੰ ਤੁਰਿਆ ਸੀਗਾ, ਤੂੰ ਉਹਨਾਂ ਦੇ ਵੀ ਖਿਲਾਫ ਹਾਂ। ਅਤੇ ਜਿਹੜੇ ਕਦੇ ਬਾਬੇ ਕਰਮ ਸਿੰਘ ਦੀਆਂ ਤੂੰ ਧਾਰਨਾ ਰੋ ਰੋ ਕੇ ਪਰਨਾ ਗਿੱਲਾ ਕਰ ਦਿੰਦਾ ਸੀ, ਮੈਨੂੰ ਪੈਂਦੇ ਆ ਭੁਲੇਖੇ, ਅੱਜ ਤੇਰੀ ਨੀਲੀ ਕਾਰ ਦੇ, ਅੱਜ ਉਹ ਨੀਲੀ ਕਾਰ ਤੂੰ ਤਾਂ ਉਹਨਾਂ ਦਾ ਨਹੀਂ ਬਣਿਆ। ਕਦੇ ਤੈਨੂੰ ਬਾਬਾ ਈਸ਼ਰ ਸਿੰਘ ਦਾ ਵਾਜਾ ਕਹਿੰਦਾ ਹੁੰਦਾ ਸਾਂ, ਕਰਦਾ ਮਸਤਾਨੇ ਦੀ ਵੱਜਦਾ ਜਦੋਂ ਵਾਜਾ ਤੇਰਾ, ਹੁਣ ਪਤਾ ਨਾ ਤੂੰ ਕਾਹਦੇ 'ਚ ਮਸਤ ਹੋਇਆ ਫਿਰਦਾ। ਪਰ ਇਹ ਪੰਥ ਦੇ ਵਿੱਚ ਇੱਦਾਂ ਦੀਆਂ ਗੱਲਾਂ ਰਣਜੀਤ ਸਿੰਘ ਨਹੀਂ ਚੱਲਣੀਆਂ। ਗੁਰੂ ਦੇ ਸਿਧਾਂਤ ਦੀ ਗੱਲ, ਗੁਰਬਾਣੀ ਦੀ, ਗੁਰਸਿੱਖੀ ਦੀ ਗੱਲ, ਗੁਰਮਤ ਦੀ ਗੱਲ ਜਿਹੜੀ ਆ ਉਹ ਪੰਥ ਦੇ ਵਿੱਚ ਹੁੰਦੀ ਆਈ ਆ, ਸਦੀਆਂ ਤੋਂ ਹੁੰਦੀ ਆਈ ਆ, ਹੁੰਦੀ ਰਹਿਣੀ ਆ ਅਤੇ ਹੁੰਦੀ ਆ ਰਹੀ ਆ। ਤੂੰ ਵੱਖਰਾਪਣ ਆਪਣਾ ਰੱਖ ਕੇ ਹਮੇਸ਼ਾ ਤੂੰ ਕਹਿੰਦਾ ਵੀ ਮੈਂ ਬਾਬਾ ਨੰਬਰ 1 ਸੀ, ਪਹਿਲੀ ਗੱਲ ਇਹ ਵੀ ਮੈਂ ਦੱਸ ਦਿਆਂ, ਤੈਨੂੰ ਕਿਹਨੇ ਕਿਹਾ ਤੂੰ ਬਾਬਾ, ਇਹੀ ਭੁਲੇਖੇ ਪਾਲੇ ਆ। ਤੂੰ ਕਦੇ ਕਹਿੰਦਾ ਮੈਂ ਸਟਾਰ ਪ੍ਰਚਾਰਕ, ਬਾਬਾ ਨੰਬਰ 1, ਏਅਰਪੋਰਟ ਜਾਮ ਕਰਦੇ, ਤੇਰੇ ਹੁਣ ਨਹੀਂ ਏਅਰਪੋਰਟ ਜਾਮ ਹੁੰਦੇ, ਤੂੰ ਕਰਾ ਕੇ ਦਿਖਾ ਮੈਨੂੰ ਅਮਰੀਕਾ ਦਾ ਏਅਰਪੋਰਟ ਜਾਮ, ਕਨੇਡਾ ਦਾ, ਇੰਗਲੈਂਡ ਦਾ, ਇੰਡੀਆ ਦਾ, ਕਰਾ ਕੇ ਦਿੱਲੀ ਦਾ ਏਅਰਪੋਰਟ ਜਾਮ ਕਰਾ ਕੇ ਦਿਖਾ ਦੇ। ਜੇ ਤੂੰ ਇਕੱਠ ਦੀ ਗੱਲ ਕਰਦਾ, ਗੁਰਬਾਣੀ ਸੁਣਾ, ਗੁਰੂ ਦਾ ਇਤਿਹਾਸ ਸੁਣਾ। ਇਕੱਠ ਦਾ, ਇਕੱਠ ਤਾਂ ਸਰਸੇ ਵਾਲੇ ਦਾ ਬਹੁਤ ਹੁੰਦਾ ਸੀਗਾ, ਇਕੱਠ ਤਾਂ ਗਾਉਣ ਵਾਲਿਆਂ ਦੇ ਬਹੁਤ ਹੁੰਦੇ ਆ, ਇਕੱਠ ਤਾਂ ਅਖਾੜਿਆਂ 'ਚ ਬਹੁਤ ਹੁੰਦੇ ਆ, ਇਕੱਠਾਂ ਦੀ ਗੱਲ ਨਹੀਂ ਆ। ਇਕੱਠ ਨੂੰ ਤੂੰ ਆਪਣਾ ਨਾ ਸਮਝ, ਇਹੀ ਤੇਰੀ ਹਉਮੇ ਆ, ਤੂੰ ਸਮਝਦਾ ਇਹ ਮੇਰਾ ਵਾ,
ਇਕੱਠ ਤੇਰਾ ਨਹੀਂ ਆ। ਇਹੀ ਗੱਲ ਤੂੰ ਬਰਗਾੜੀ ਜਾ ਕੇ ਕਹੀ ਸੀਗੇ ਜਦੋਂ ਭੋਗ ਸੀ ਦੋਨਾਂ ਸਿੰਘਾਂ ਦਾ, ਤੂੰ ਕਿਹਾ ਸੀ ਬੇਅਦਬੀ ਤੇ ਬੜੇ ਥਾਈਂ ਹੋਈ ਆ, ਪਰ ਆਹ ਜਿਹੜਾ ਇਕੱਠ ਆ ਇਹ ਸਾਡੇ ਕਰਕੇ ਪ੍ਰਚਾਰਕਾਂ ਕਰਕੇ ਆ, ਇਹ ਪ੍ਰਚਾਰਕਾਂ ਕਰਕੇ ਇਕੱਠ ਹੋਇਆ। ਤੇਰਾ ਤਾਂ ਕੁਛ ਵੀ ਨਹੀਂ ਸੀ ਰਿਹਾ ਜੇ ਅਸੀਂ ਹਉਮੈ ਕਰੀਏ ਇਸ ਗੱਲ ਦੀ, ਤੇ ਤੇਰੇ ਨਾਲ ਉੱਤੇ ਕਈ ਅਸੀਂ ਤਾਂ 20-20 ਕਿਲੋਮੀਟਰ ਜਾਮ ਕਰਤਾ ਸੀ ਬਰਗਾੜੀ, ਬਰਗਾੜੀ ਤਾਂ 20-20 ਕਿਲੋਮੀਟਰ ਜਾਮ ਹੋ ਗਿਆ ਸੀ ਮੋਰਚੇ ਵੇਲੇ, ਤੇ ਅਸੀਂ ਕਹੀਏ ਜੇ ਸਾਡਾ ਹਉਮੈ ਕਰੀਏ, ਪਰ ਨਹੀਂ ਉਹ ਸਾਡਾ ਨਹੀਂ, ਉਹ ਗੁਰੂ ਗ੍ਰੰਥ ਸਾਹਿਬ ਕਰਕੇ ਕੱਟ ਸੀ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਰੋਸ ਵਜੋਂ ਕੱਟ ਸੀਗਾ। ਆਪਾਂ ਸਾਰੇ ਗੁਰੂ ਕਰਕੇ ਹਾਂ, ਸਾਡੇ ਕਰਕੇ ਗੁਰੂ ਨਹੀਂ ਆ, ਆਪਾਂ ਗੁਰੂ ਕਰਕੇ ਹਾਂ, ਇਹ ਤੈਨੂੰ ਸਮਝਣਾ ਚਾਹੀਦਾ। ਇਹ ਵਿਚਾਰਧਾਰਾ ਲੈ ਕੇ ਚੱਲ, ਬਾਕੀ ਤੇਰੇ ਸਮੇਂ ਦੀ ਮੈਂ ਉਡੀਕ ਕਰੂੰਗਾ ਕਿ ਤੂੰ ਸਦਾ ਸਮਾਂ ਕਦੋਂ ਰੱਖਦਾ ਟੀਵੀ ਚੈਨਲ ਦੇ ਉੱਤੇ, ਪਰ ਤੈਅ ਕਰਕੇ ਰੱਖੀ, ਸਮਾਂ ਬਣਾ ਕੇ ਰੱਖੀ ਕਿ ਕਦੋਂ ਆਪਾਂ ਨੇ ਜਿਹੜੀ ਆ ਵਿਚਾਰ ਉੱਥੇ ਕਰਨੀ ਆ, ਸਾਰੀਆਂ ਗੱਲਾਂ ਜਿਹੜੀਆਂ ਮੁੱਕ ਜਾਣਗੀਆਂ, ਆਪਾਂ ਵਿਚਾਰ ਜਿਹੜੀਆਂ ਉੱਥੇ ਕਰ ਲਵਾਂਗੇ। ਅਤੇ ਸਾਰੀਆਂ ਸੰਗਤਾਂ ਨੂੰ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਜਿਹੜੇ ਮਾਈ ਭਾਈ ਨੂੰ ਗੁੰਮਰਾਹ ਕੀਤਾ ਜਾ ਰਿਹਾ ਇਸ ਤਰ੍ਹਾਂ ਦੀਆਂ ਗੱਲਾਂ ਕਰਕੇ ਕਿ ਮੈਂ ਨੌਜਵਾਨਾਂ ਨੂੰ ਇਸ ਤਰ੍ਹਾਂ, ਨੌਜਵਾਨ ਟੁੱਟ ਗਏ ਜੀ, ਨੌਜਵਾਨ ਤੁਰਦੇ ਨਹੀਂ, ਨੌਜਵਾਨ ਦੇ ਅੱਜ ਵੀ ਦਰਬਾਰ ਸਾਹਿਬ ਜਾਂ ਲਾਈਨਾਂ ਲੱਗੀਆਂ ਪਈਆਂ, ਅਨੰਦਪੁਰ ਸਾਹਿਬ ਜਾਂ ਲਾਈਨਾਂ ਲੱਗੀਆਂ ਪਈਆਂ, ਨੌਜਵਾਨ ਦਰਸ਼ਨ ਇਸ਼ਨਾਨ ਕਰਨ ਵਾਸਤੇ ਜਾਂਦੇ ਆ, ਨੌਜਵਾਨ ਅੱਜ ਵੀ ਕੋਈ ਗੁਰੂ ਦੀ ਗੱਲ ਹੋਵੇ ਹਰ ਜਗ੍ਹਾ 'ਤੇ ਖੜ੍ਹੇ ਆ। ਤੂੰ ਸਮਝਦਾ ਬਸ ਉਹ ਜਿਵੇਂ ਆਪ ਮਰੇ ਜੱਗ ਪਰਲੋ, ਵੀ ਤੂੰ ਸਮਝਦਾ ਸਾਰਾ ਕੁਝ ਤੇਰੇ ਨਾਲ ਹੈ, ਭੁਲੇਖਾ ਮਨ 'ਚੋਂ ਕੱਢ ਦੇ। ਸਾਰੀਆਂ ਸੰਗਤਾਂ ਦਾ ਧੰਨਵਾਦ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਸ਼ ਵਿਦੇਸ਼ ਵਿੱਚ ਵੱਸਦੀਆਂ ਸਮੂਹ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਨੂੰ ਦਾਸ ਵੱਲੋਂ ਸਤਿਕਾਰ ਸਹਿਤ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਦੁਆਰਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਖੇ ਸਾਲਾਨਾ ਸਮਾਗਮ ਸੀ, 21 ਲੋੜਵੰਦ ਪਰਿਵਾਰਾਂ ਦੀਆਂ ਬੱਚੀਆਂ ਦੇ ਆਨੰਦ ਕਾਰਜ ਸੀ। ਮਹਾਨਗਰ